ਕਿਵੇਂ ਜੱਟ ਹੈ ਹੋਰ ਪਿੰਦੇ ਕਿਵੇਂ ਵਧੀਆ ਚੱਲ ਚੜੀ ਚੱਲ ਹੋਰ ਬਾਈ ਕੀ ਹਾਲ ਨੇ ਤੌਲੀ ਹਲਾ ਜਾਣਾ ਤੇਰਾ ਓਏ ਤੌਲੀ ਰੈਡੀ ਕਰਨ ਦਿੰਦਾ ਬਾਈ हां भी गप की गल काले नागे दस की हुए नहीं खाले निके मेरा मंजा उड़ी जाता थले तारे नू ओए निके मेरा मंजा उड़ी जाता उतर गया साहब लाने ये गान खादी पोला के थे नले बार ਐਤਕੀ ਤਾਂ ਕਣਕ ਤੇ ਲਾਤਾ ਸੀ ਬਾਪੂ ਨੇ ਕਣਕ ਵੱਢਾਂ ਤੇਰੀ ਯਾਦ ਹੜੰਬੇ ਚ ਰੁਗ ਲਵਾਂ ਤੇਰੀ ਯਾਦ ਇੰਨਾ ਸ਼ੁਕਰ ਹੜੰਬੇ ਚ ਬਾਹ ਨਹੀਂ ਆ ਗਈ ਮੇਰੀ ਛੁੱਟੀਆਂ ਤਾਂ ਹੋਣੀ ਨਹੀਂ ਚਾਹੀਦੀ ਬਾਈ ਗੋੜ ਛੁੱਟੀਆਂ ਚ ਬਹੁਤ ਮਿਸ ਕੀਤਾ ਤੈਨੂੰ ਅੱਛਾ ਉੱਤੋਂ ਫੋਨ ਹੜੰਬੇ ਚ ਆ ਗਿਆ ਭੁੱਲਿਆ ਕੀ ਹੋਏ ਤੂੰ ਨਹੀਂ ਮਿਸ ਕੀਤਾ ਮੈਨੂੰ ਮੈਂ ਵੀ ਕੀਤਾ ਯਾਰ ਦਾਰੂ ਦੀ ਬੋਤਲ ਚ ਤਾਂ ਕੀ ਹੁਣ ਤਾਂ ਤੂੰ ਮੈਨੂੰ ਚਾਹ ਦੇ ਪਤੀਲੇ ਚ ਵੀ ਦਿਸਣ ਲੱਗ ਅੱਛਾ ਜੀ ਸੌ ਲੱਗੇ ਵੱਡੇ ਮਹਾਰਾਜ ਬਹੁਤ ਯਾਦ ਆਉਂਦੀ ਬੋਲੇ ਓਏ ਤੈਨੂੰ ਮੇਰੀ ਯਾਦ ਆਈ ਕਿ ਨਹੀਂ ਆਉਂਦੀ ਸੀ ਪੱਕਾ ਓਲੇ ਓਏ ਕਿਹੜਾ ਹੈ ਅੱਛਾ ਪਰ ਹੀ ਆ ਕੋਈ ਬਸ ਤੇਰੀ ਸਮਾਈਲ ਬਹੁਤ ਵਧੀਆ ਲੱਗਦੀ ਹੈ ਮੈਨੂੰ ਸੁਣਦਾ ਨਹੀਂ ਓਏ ਕਿਹੜਾ ਉਹ ਵੀਰ ਸਮੀਰ ਜਿਹੜਾ ਮਿਰਜੇ ਜੱਟ ਨਾਲ ਪੰਗੇ ਲੈ ਜਾਂਦਾ ਸਾਹਮਣੇ ਤਾਂ ਅਜੇ ਵੱਡਾ ਸੂਰਮਾ ਕਹੋਣ ਆਪਣੇ ਆਪ ਨੂੰ ਉਹ ਤੂੰ ਇਹਦੇ ਨਾਲ ਕਿੱਧਰ ਤੁਰੀ ਫਿਰਦੀ ਹੈ ਇਹਦੀ ਤਾਂ ਪਿੰਡ ਆ ਸਹੇਲੀ ਅਹੇ ਦੇ ਘਰ ਦੇ ਰਿਸ਼ਤਾ ਲੱਭਦੇ ਫਿਰਦੇ ਆ ਤੇਰੇ ਨਾਲ ਤਾਂ ਸ਼ੁਗਲੀ ਹੈ ਬਸ ਪਕਾਈ ਮਾਰਦਾ ਇਹ ਟੌਂਡਾ ਇੱਕ ਨੰਬਰ ਦਾ ਝੂਠਾ ਸੱਚੀ ਬੋਲ ਰਿਹਾ ਮੈਂ ਝੂਠਾ ਇੱਕ ਨੰਬਰ ਦਾ ਹਾਂ ਆ ਖੇਡੀ ਨਾ ਖੇਡਣ ਦਈਏ ਬਸ ਪੈਗੀ ਕਰ ਜੇ ਠੰਡ ਏਸੀ ਚੱਲ ਰਹੇ ਨੇ ਮੇਰੇ ਚੱਲ ਵੀ ਤੇਰੀ ਵਾਰੀ ਹੁਣ ਸਰ ਮੇਰੇ ਤੋਂ ਨਹੀਂ ਹੋਣਾ ਤਾਂ ਤੂੰ ਚੱਲ ਗਿੱਧਾ ਹੀ ਪਾ ਦੇ ਮੇਰੀ ਚਿੱਠੀ ਉੱਤੇ ਬਹਿ ਗਿਆ ਚੂਚਾ ਕਰਕੇ ਉੜਾ ਦੇਨੀ ਆ ਭੋਲੇ ਮਨ ਜਾ ਯਾਰ ਏਡਾ ਕਾਹਦਾ ਗੁੱਸਾ ਹੁਣ ਤਾਂ ਕਈ ਦਿਨ ਹੋ ਗਏ ਵੀਰੇ ਆ ਕੰਮ ਕਰਕੇ ਤਾਂ ਕੇਜਰੀਵਾਲ ਤੋਂ ਟਿਕਟ ਦਾ ਦਾਅਵੇਦਾਰ ਬਣ ਗਿਆ ਹੋਵੇਗਾ ਨਾ ਤੂੰ ਮਸਾ ਮਸਾ ਗੱਲ ਬਣੀ ਸੀ ਮਿੰਟਾਂ 'ਚ ਖੇਡ ਖਰਾਬ ਕਰਕੇ ਰੱਖਤੇ ਤੇਰਾ ਤਾਂ ਸੱਚੀ ਹੀ ਉਹ ਕੰਮ ਹੈ ਨਾ ਖੇਡੀਆਂ ਨਾ ਖੇਡਣ ਦੇਈਏ ਬਸ ਕੁੱਤੀ 'ਚ ਮੁੱਤਣਾ ਕੋਈ ਨਹੀਂ ਪੁੱਤ ਦੇਵੇਂਗਾ ਲਿਖੇ ਤੂੰ ਵੀ ਭੋਲੇ ਮੰਨ ਲੈ ਮੇਰੀ ਗੱਲ ਕੁਝ ਨਹੀਂ ਰੱਖਿਆ ਪੈਰਾਂ ਪੂਰਾਂ 'ਚ ਬਾਈ ਨਾ ਤਾਂ ਆਪਾਂ ਬਣਾਈ ਆ ਤੇ ਨਾ ਬੰਨ ਦੇਣੀ ਆ ਸਿੱਧੀ ਜੀ ਗੱਲ ਚੱਲ ਸਰਵਿਸ ਕਰਾ ਐਕਸਕਿਊਜ਼ ਮੀ मैं फर्स्ट ईयर च नवी आई हाँ देखो मैं बहुत ही सिंपल जी कुड़ी हाँ मैनू ज्यादा लल्लो पप्पो तो करनी नहीं आती जे मैं बहुत सोहनी नहीं तो माड़ी भी नहीं नाले मैं 5-7 दिन च हिसाब ला लिया है तो सारे इतने विंगे टेढ़े जे ही पर मुक्ति गल है कि तू मैनू पसंद है I love you. सोच के जवाब दे दी मैनू काली नहीं है ਨਿਕਲਿਆ ਬਾਹਰ ਕੋਮਾ ਚੋਂ ਹੁਣ ਓਲੇ ਬਹੁਤ ਦਲੇਰ ਕੁੜੀ ਸੀ ਵੀਰੇ
गुड जॉब। थैंक यू सर। सर मैं जावा हूँ। जाओ। थैंक यू। एक मिनट आप फैशन फूचन जो कट करके आया करो कॉलेज। ओके आई लव यू। तू मैनु पसंद है। चल आ गया। सारा कुछ गुलाबी हो गया वो। सारा कुछ कितने गुलाबी हो गया वो। ये तो पैसा सारा कुछ की हो गया तेनू। ओ नहीं भाई कंधा पर्दे सराहना भी गुलाबी एदा झग्गा भी गुलाबी आ पजामा भी गुलाबी है भाई। ओ क्यों बकवास मारी जाना। नहीं भाई मैं लगता यार मैंने कुछ हो गया भाई। सच्ची सारा कुछ गुलाबी है यार। मैं तो नहीं बजता यार भोले। हाँ मैं लगता इनू पिंक नागन दस गई। इनू पिंकेरिया हो गया। ਸਸਰੀਕਾਲ। ਸਸਰੀਕਾਲ ਜੀ। ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਸੀ। ਕੱਲ ਲਈ ਮੈਂ ਬਹੁਤ ਸੌਰੀ ਹਾਂ। ਉਹ ਸੀਨੀਅਰਸ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਸੀ ਪ੍ਰਪੋਜ਼ ਕਰਨ ਲਈ। ਮੇਰੀ ਰੈਗਿੰਗ ਚੱਲ ਰਹੀ ਸੀ ਨਾ। ਅੱਛਾ ਚਲੋ ਕੋਈ ਨਾ ਅੱਗੇ ਤੋਂ ਮੇਰਾ ਨਾਂ ਲੈ ਦਿਓ ਯਾਦਵਿੰਦਰ ਸਿੰਘ ਜੀ। ਹੁਣ ਨਿੱਕਾ ਕਹਿੰਦੇ ਆ ਕੋਈ ਰੈਗਿੰਗ ਨਹੀਂ ਕਰੂਗਾ ਜੀ। ਥੈਂਕ ਯੂ। ਪਤਾ ਕੀ ਆ ਪਿਛਲੇ 2 ਸਾਲਾਂ 'ਚ ਮੈਂ ਸੋਨੂੰ ਮੋਨੂੰ ਜਾਨੂ ਬੇਬੀ ਇਹੋ ਜਿਹੀਆਂ ਬਹੁਤ ਕੁੜੀਆਂ ਨੂੰ ਨਾ ਕੀਤੀ ਆ ਮੈਂ। ਤੂੰ ਪਹਿਲੀ ਆ ਜਿਹਨੇ ਚਲਾਂ ਵੀ ਟੰਗ ਸਿੱਧਾ ਮੱਥੇ 'ਚ ਪ੍ਰਪੋਜ਼ ਮਾਰਿਆ। ਸੰਭਲਿਆ ਨਹੀਂ ਗਿਆ ਸੱਟ ਖਾ ਬੈਠਣਾ। ਹੁਣ ਤਾਂ ਹਵਾ ਵੀ ਬਹੁਤ ਠੰਡੀ ਲੱਗਦੀ ਆ ਚਾਰੇ ਪਾਸੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਹੁਣ ਤੁਸੀਂ ਮੇਰੀ ਰੈਗਿੰਗ ਕਰ ਰਹੇ ਹੋ ਨਾ। ਅੱਛਾ ਮੇਰੀ ਕਲਾਸ ਦਾ ਟਾਈਮ ਹੋ ਗਿਆ ਮੈਂ ਲੇਟ ਹੋ ਰਹੀ ਹਾਂ ਬਾਏ। ਕਾਲੀ ਬਾਲੀ ਰਹਿੰਦੀ ਹੈ ਯਾਰ। ਅੱਜ ਕਲਾਸ 'ਚ ਬੋਇਜ਼ ਨਹੀਂ ਨਜ਼ਰ ਆ ਰਹੇ ਜਸਪ੍ਰੀਤ? ਪਤਾ ਨਹੀਂ ਮੈਮ। ਖੈਰ ਛੱਡੋ ਅੱਜ ਆਪਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਪੜਾਂਗੇ ਆਇਲ ਪੇਂਟਿੰਗ ਤੇ ਕਲੇ ਮਾਡਲਿੰਗ ਬਾਰੇ। ਲੱਗਦਾ ਹੈ ਕਿਸੇ ਨੇ ਤੇਰੇ ਨਾਂ ਤੇ ਪੱਕੀ ਮੋਹਰ ਲਾਤੀ। ਤੇ ਤੁਸੀਂ ਸਾਰੇ ਪੇਜ ਨੰਬਰ 21 ਖੋਲੋ ਤੇ ਸਭ ਤੋਂ ਪਹਿਲਾਂ ਆਪਾਂ ਫਿਗਰ ਨੰਬਰ 3 ਦਾ ਇੱਕ ਸਕੈਚ ਤਿਆਰ ਕਰਦੇ ਹਾਂ। ਓਏ ਨਵੇਂ ਨਵੇਂ ਕਾਲਜ ਆਏ ਹੋ ਯਾਰ, ਜਾਓ ਜਾ ਕੇ 20 ਦਿਨ ਪਾਰਕਾਂ ਪੂਰਕਾਂ 'ਚ ਬੈਠੋ। ਨਾਲੇ ਫਿਲਮਾਂ ਦੇਖੋ ਕਿਹੜੇ ਕੰਮੀ ਲੱਗੇ ਤੁਸੀਂ ਨਹੀਂ ਸਵੇਰੇ ਆ ਕੇ। ਵੀਰੇ ਪੜ੍ਹਾਈ ਖਰਾਬ ਹੋਜੂ। ਉਹ ਪੜ੍ਹਾਈ ਆ ਕਿ ਤੇਰੀ ਗੋਭੀ ਗਜਰਾਂ ਦਾ ਅਚਾਰ ਹੈ ਜਿਹੜਾ ਉੱਲੀ ਲਾ ਕੇ ਖਰਾਬ ਹੋਜੂ। ਨਾਲੇ ਮੁੱਛਾਂ ਤਾਂ ਐ ਚੜੀਆਂ ਜਿਵੇਂ ਕਲਾਸ ਲਾਉਣ ਨਹੀਂ ਕਬਜ਼ਾ ਲੈਣ ਚੱਲਿਆ ਹੁੰਦਾ। ਤੂੰ ਘਬਰਾ ਨਾ, ਮੇਰੇ ਨੋਟਸ ਲੈ ਲਈ। ਚਲੋ ਜਾਓ ਜਾਓ ਚਲੋ ਚਲੋ ਖੇਡੋ ਮਾਲ ਮੂਲ ਘੁੰਮੋ ਜਾਓ ਪੂਰੀ ਛੋਲੇ ਖਾਓ। ਚਲੋ ਚਲੋ ਸ਼ਾਬਾਸ਼। ਹਾਂ ਓਏ ਬੈਟਰੀ ਇੱਧਰ। ਓਏ ਕੋਈ ਨਹੀਂ ਗੱਪ ਜਾਣ ਦੇ ਨੂੰ। ਮੇਰੀ ਗੱਲ ਸੁਣ, ਚਾਰ ਪੰਜ ਛੱਡ ਕੇ ਬਹਿਣਾ ਦੋ ਦਿਨਾਂ ਨੂੰ। ਕਿਹਦੇ ਤੋਂ ਭਾਜੀ? ਅੱਛਾ 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 ਉਹ ਲੰਮੀ ਜਹੀ ਜਿੰਦੇ ਕੱਲ ਹਰਾ ਪਰਸੋ ਗੁਲਾਬੀ ਤੇ ਅੱਜ ਕਰੀਮ ਜਿਹਾ ਸੂਟ ਪਾਇਆ। ਭਾਜੀ ਕਿੰਨੀ ਸੋਹਣੀ ਹੈ ਨਾ ਉਹਦੀਆਂ ਮੋਟੀਆਂ ਮੋਟੀਆਂ ਅੱਖਾਂ ਤੇ ਭਾਜੀ ਉਹਦੇ ਬੁੱਲ। ਰੋਕੋ ਇਹਨੂੰ, ਇਹ ਤਾਂ ਹੁਣੇ ਬੁੱਲਾਂ ਤੱਕ ਪਹੁੰਚ ਗਿਆ। ਇਹ ਤਾਂ ਪੂਰੀ PhD ਕਰੀ ਫਿਰਦਾ ਕੁੜੀ ਤੇ। ਉਹ ਤੂੰ ਮੇਰੇ ਤੋਂ ਮੱਖੀਆਂ ਨਾ ਸਕਾਲੀ। ਜੇ ਤੂੰ ਮੈਨੂੰ ਕਲਾਸ ਦੇ ਨੇੜੇ ਤੇੜੇ ਵੀ ਦੇਖ ਗਿਆ ਫਿਰ ਮੈਂ ਗਿੱਟੇ ਛਾਂਗੂੰਗਾ। ਜਾ ਭੱਜ ਤੂੰ। ਚੱਲ ਚੱਲ ਤੇਲ ਘੱਟ ਲਾਇਆ ਕਰਨ ਵਾਲੇ ਵਾਲਾਂ ਨੂੰ। ਚਲੋ ਚਲੋ ਖੇਤੀ ਚਲੋ ਭੱਜ ਲਓ ਭੱਜ ਲਓ। ਚੱਲ ਮਨਰਾਜ ਤੂੰ ਨੈਕਸਟ ਕਲਾਸ ਲਾਉਣੀ ਹੈ ਕਿ ਲਾਇਬ੍ਰੇਰੀ ਜਾਣਾ? ਨਹੀਂ ਮੈਂ ਤਾਂ ਨੈਕਸਟ ਕਲਾਸ ਲਾਉਣੀ ਹੈ। ਭੁੱਖ ਵੀ ਲੱਗੀ ਹੈ ਯਾਰ। ਨਿਕਲੋ ਜੀ ਨਿਕਲੋ। ਸ਼ਾਬਾਸ਼ ਸ਼ਾਬਾਸ਼। ਆ ਜਾ ਆ ਜਾ ਲਾ ਲਿਆ ਲੈਕਚਰ ਛੇਤੀ। ਇੱਕ ਮਿੰਟ ਇੱਕ ਮਿੰਟ ਤੁਸੀਂ ਬੈਠੋ ਬੈਠੋ। ਸ਼ਾਬਾਸ਼। ਨਾਂ ਕੀ ਹੈ ਤੁਹਾਡਾ? ਮਨਰਾਜ ਕੌਰ। ਵੈਰੀ ਗੁੱਡ, ਬੜਾ ਅੱਛਾ ਨਾਂ ਹੈ ਬਾਈ ਮਨਰਾਜ। ਕਿੱਦਾਂ ਦੇ ਮੁੰਡੇ ਪਸੰਦ ਨੇ ਤੁਹਾਨੂੰ? ਵੀਰੇ ਮੈਂ ਕਾਲਜ ਪੜ੍ਹਨ ਆਉਣੀ ਹਾਂ, ਮੁੰਡੇ ਪਸੰਦ ਕਰਨ ਨਹੀਂ।
ਵੀਰੇ ਨਾਲ ਬਾਅਦ ਚ ਗੱਲ ਕਰ ਲਿਓ ਤੁਸੀਂ ਬੰਦੇ ਦੀ ਆਪਣੀ ਵੀ ਕੋਈ ਚੋਇਸ ਹੁੰਦੀ ਹੈ ਨਾ ਚੋਇਸ ਮੀਨਸ ਕਿ ਸਾਡੇ ਤਿੰਨਾਂ ਚੋਂ ਔਰ ਠੀਕ ਆ ਤੇ ਮੁੰਡਿਆਂ ਚ ਕੀ ਪਸੰਦ ਹੈ ਫੁਕਰਾਪੰਤੀ ਨਹੀਂ ਪਸੰਦ ਮੈਨੂੰ ਸਮਝ ਨਹੀਂ ਆਉਂਦੀ ਆ ਬ੍ਰੈਂਡਾਂ ਬਰੂੰਡਾਂ ਦੇ ਚੱਕਰ 'ਚ ਕਿਉਂ ਘਰ ਫੂਕਦੇ ਹੋ ਸ਼ੂਜ਼ ਭਾਵੇਂ 12,000 ਦੇ ਪਾ ਲਓ ਪਿੱਛੇ ਤਾਂ ਤੁਸੀਂ 100 ਦੀ ਜੁੱਤੀ ਪਾਉਣ ਵਾਲੀ ਦਾ ਹੀ ਕਰਨਾ ਹੁੰਦਾ ਸੋ ਸਿੰਪਲ ਰਹਿਣ 'ਚ ਕੀ ਪ੍ਰੋਬਲਮ ਹੈ ਤੇ ਹਾਂ ਉਹ ਮੁੰਡੇ ਤਾਂ ਮੈਨੂੰ ਬਿਲਕੁਲ ਹੀ ਨਹੀਂ ਪਸੰਦ ਜੋ ਇੱਕ ਕੁੜੀ ਨਾਲ ਗੱਲ ਕਰਨ ਤਿੰਨ ਤਿੰਨ ਜਣੇ ਆਉਣ ਹੋਰ ਕੁਛ ਵੀਰੇ ਨਹੀਂ ਜੀ ਬਸ ਹੋ ਗਈ ਤਸੱਲੀ हां जी हुण दसो यार 30-32,000 लाया यार कहिंदी ब्रांड केड़े काम दे ओए ते एचएमटी ट्रैक्टर वेले दी है इनू नहीं स्किनी वाले मुंडे पसंद मैनू तला दे तू कुर्ता जादरा पा के आया कर हुण कॉलेज भी लिया फड़ा इधर कर ए चीजां तां हुण तेरे लिए मिट्टी ने सब ए भी तेरे किसे काम दी ने हुण ए अलग ओए झग्गा भी ब्रांडेड है ओ तू जा परे मर ता रहण दे पहले ही झग्गा चौड़ कर गई ओ चल ठीक है चल चंगा भाई ख्याल रखी अपना है निके ਇਹਦੀ ਡੱਬੀ ਜ਼ਰੂਰ ਲਿਆ ਦੀ ਗਾ ਯਾਰ ਵਾਕਈ ਬੜੀ ਦਲੇਰ ਆ ਕੁੜੀ ਤਾਂ ਹੈਲੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਬਾਈ ਜੀ ਮੈਂ ਹਾਂਜੀ ਪਰ ਬਾਈ ਜੀ ਮੈਂ ਤਾਂ ਕਦੇ ਪਿੰਡ ਦੀ ਜੂਹ ਨਹੀਂ ਟੱਪਿਆ ਹੈਂਜੀ ਤੁਸੀਂ ਕਹਿ ਰਹੇ ਘਰ ਨਹੀਂ ਦੱਸਣਾ ਜੈਲਦਾਨੀ ਦਾ ਸੁਭਾਅ ਦਾ ਨਹੀਂ ਤੁਹਾਨੂੰ ਪਤਾ ਹਾਂਜੀ ਠੀਕ ਆ ਜੀ ਹਾਂਜੀ ਤੁਸੀਂ ਕਹਿੰਦੇ ਫਿਰ ਕਰਨਾ ਹੀ ਪਊ ਜੀ ਹੈਂਜੀ ਠੀਕ ਆ ਜੀ ਠੀਕ ਆ ਬਾਈ ਜੀ ਉਹ ਬਾਈ ਇੰਨਾ ਘੱਟ ਇੰਨਾ ਘੱਟ ਤਾਂ ਆਪਣੇ ਪਿੰਡ ਦੇ ਲੰਬੜਦਾਰ ਦੇ ਭੋਗ ਤੇ ਨਹੀਂ ਹੋਇਆ ਸੀ ਆਪੋ ਮੁੱਛਾਂ ਠੀਕ ਆ ਭਰਾ ਦੀਆਂ ਜਮਾ ਹੀ ਬੰਬ ਧੂੜ ਨਿਕਲ ਜੂ ਅੱਜ ਤਾਂ ਉਹ ਬਾਈ ਜੀ ਬਾਈ ਜੀ ਉਹ ਮੈਨੂੰ ਤਾਂ ਸਕੂਲ ਚ ਹੀ ਸੀਰੀ ਲਾ ਦੇ ਧਰਮ ਨਾਲ ਬੜੀ ਮੌਜ ਆਈ ਤੇ ਮੈਂ ਤਾਂ ਆਪਣੀ ਕੱਲ ਹੀ ਬਾਡੀ ਚੱਕ ਲਿਆ ਉਹਨਾਂ ਉਹ ਪੈਰ ਪਰੇ ਕਰ ਯਾਰ ਕੱਪੜਿਆਂ ਨੂੰ ਗਰੀਸ ਨਾ ਲਾ ਦੀ ਲੱਗਦਾ ਮੌਜ ਦਾ ਇਹ ਉਹ ਕਿੱਥੇ ਰਹਿ ਗਈ ਯਾਰ ਨਿੱਕੇ ਆ ਗਈ ਓਏ ਮਾਰ ਸੈਲਫ ਪਾਲਾ ਗਿਰ ਖੜ ਜਾ ਓਏ ਦੇਸੀ ਪਸੰਦ ਆ ਕਹਿੰਦੇ ਮਨਰਾਜ ਤੂੰ ਚੁੱਪ ਚਾਪ ਸਿੱਧੀ ਤੁਰੀ ਜਾ ਚੰਦਾ ਪੱਕੇ ਨਾ ਦੇਈਏ ਠੀਕ ਹੈ ਇਹ ਸ਼ੋਅ ਕੀ ਕਰਨਾ ਚਾਹੁੰਦਾ ਸਮਝ ਨਹੀਂ ਆਉਂਦੀ ਕੀ ਤਮਾਸ਼ਾ ਬਣਾਇਆ ਨਾ ਦੇ ਪਿੱਛੇ ਪਿੱਛੇ ਹੋ ਜਾ ਓਏ ਪਿੱਛੇ ਹੁਣ ਨੂੰ ਹੁਣ ਦਾਣੇ ਵਾਲੇ ਟੈਂਕ 'ਚ ਵੜ ਜਾਈਏ ਇੱਥੇ ਹੀ ਦੜਾਂਗੇ ਅਸੀਂ ਤੁਹਾਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਆਪਣੇ ਪਿੰਡਾਂ ਵਾਲਿਆਂ ਦਾ ਜਲੂਸ ਕਢਾ ਰਿਹਾ ਇੱਥੇ ਕਿਹੜਾ ਝੋਨਾ ਬੀਜਿਆ ਜਿਹੜਾ ਕੰਪੈਨ ਲੈ ਕੇ ਆ ਗਿਆ ਪਾਗਲ ਇਹਨੂੰ ਕੀ ਹੋਇਆ ਤੂੰ ਪਤਾਸੇ ਲੈਣੇ ਕੁੜੀ ਬਾਲੀ ਚੈਂਟ ਆ ਉਹ ਮੈਨੂੰ ਤਾਂ ਆਪ ਪੂਰੀਆਂ 35 ਬੜੀ ਲੱਗਦੀ ਆ ਉਹ ਤੁਸੀਂ ਰਹਿਣ ਦਿਓ ਯਾਰ ਮੈਨੂੰ ਲੱਗ ਗਿਆ ਪਤਾ ਸਿੱਧਾ ਹੋਣੀ ਪੈਣਾ ਮੈਨੂੰ ਸਿੱਧਾ ਕੀ ਹੋਣਾ ਪੈਣਾ ਉਹ ਬਾਈ ਤੁਹਾਡਾ ਕੀ ਗਿਆ ਉਹ ਬੇਇੱਜ਼ਤੀ ਤਾਂ ਮੇਰੀ ਹੋਈ ਹੈ ਉਹ ਮੈਂ ਜਾਨ ਤੇ ਖੇਡ ਕੇ ਇੱਥੇ ਕਿਰਪੈਨ ਲੈ ਕੇ ਆਇਆ ਉਹ ਹੁਣ ਮੈਂ ਪਿੰਡ ਜਾ ਕੇ ਕੀ ਮੂੰਹ ਦਿਖਾਉਂਗਾ ਆਹੋ ਬਹੁਤ ਸੁਨੱਖਾ ਨਾ ਮੂੰਹ ਤੇਰਾ ਉਹ ਵੀਰੇ ਪਿੰਡ ਜਾ ਵੜਾ ਯਾਰ ਉੱਥੇ ਬੇਬੇ ਤੋਂ ਨਾਲੇ ਮੇਰੇ ਕੋਲ ਹੀ ਪਹੁੰਚੇਗਾ ਨਾਲੇ ਆਪਣੀ ਵੱਖੀ ਚਾਹੇਗਾ ਚੱਲ ਨਿਕਲ ਇਥੋਂ ਚੱਲ ਯਾਰ ਓ ਬਾਈ ਕੀ ਹੋਵੇ ਬਾਈ ਜੀ ਚੇਤੇ ਹੀ ਲੱਗਿਆ ਇਹ ਜਾਣ ਨੂੰ ਦਿਲ ਨਹੀਂ ਕੀਤਾ ਪਰ ਤੁਹਾਡਾ ਬਾਈ ਜੀ ਹਸਪੀਟਲ ਬਹੁਤ ਸੋਹਣਾ ਲੱਗਾ ਓਏ ਹਸਪਤਾਲ ਨਹੀਂ ਹੈਗਾ ਯਾਰ ਹੋਸਟਲ ਆ ਜਾਵੜਾ ਉਹ ਨਾਲੇ ਕਪੈਨ ਵੀ ਲੈ ਜਾਂਦੀ ਯਾਰ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਤੋਂ ਮੇਰੇ ਯੂਨਿਟ ਸਟਾਰਟ ਹੈ
छेती चल, इन्नी भीड़ हुंदी अजकल, बस सीट भी नहीं मिलनी, खड़ के जाना पैना। मैं रोज देखदा टुट्टी जी वास्ते पिंड जानी तू, आजा मैं छड़ दना। नहीं, मेरी सहेली मेरे नाल है। मेरे बथेरे यार वेली कले तेरे फिरदे आ, लै आउना इहदे लई भी कोई ना कोई। ओ इक तां काली बाली रहिंदी इह, पिछे ही पै गया। होर की गल तां सुन लै यार। मनराज मैं चलदी आ। आ वी लै जा। हुण दस सच्चा प्यार हो गया तेरे नाल? आ सच्चे प्यार वाले ना छत्ती छड़ के आई हैं स्कूल च, जुत्ती देखी है मेरी? मैं आप दी दे देना, नाले साटी हाथ लगूगी, पर जुत्तियां उन्हें अलाउड है जिन्हें ना लावा। और नहीं कुछ? हाय देखी, तेरे वाली वेखी जांदा है। वेखण दे। कुछ ज्यादा ही फीलिंग लग गया। एक सेकंड। छोले कुलचे, मेरी भी एक चाह कह दे। चाह ले कहीं छोटे। हुण दस तू चाहना की है? ब्याह कराना तेरे नाल। ए मैरिज ब्यूरो नहीं है, कॉलेज है, ते मैं इत्थे पढ़न आउनी आ। किसे ना किसे नाल तां कराउणे आ, कि साथ नहीं होना? देख व्याह तां मैं अपने घरदियां दी मर्जी नाल कराउणा, आ गल तां ना जमा क्लीयर आ। सो तू जो ये कर रहा है ना, इहदा कोई फायदा नहीं। पक्का कर देनी मर्जी नाल कराउणा? पक्का। लै भी जे गल आ, छड्डदा तेरा पिछा, तू भी की याद रखेंगी। अच्छा गल पिछा तो मैं तेरा छड़ दूँ, पर जे मैंने किसी होर मुंडे नाल फुरफुर कर दी दिखी ना, तो तेरे सामने खंभ जे पटूंगा। चतराइयां सहन दी आदत नहीं मैनू। तू फिक्र ही ना कर। ਐ ਤੇਰੇ ਲਾਲ ਨਾਗਿਨ, ਵਧਗੀ ਵਧਗੀ, ਹੋਰ ਵਧਾ ਇਹਨੂੰ, ਸੱਜੇ ਨੂੰ ਜਾ ਸੱਜੇ ਨੂੰ। ਕਿਉਂ ਸੱਜੇ ਨੂੰ ਸੜਕ ਬਣੀ ਹੋਈ ਹੈ? ਓਏ ਤੂੰ ਮਰਵਾ ਨਾ ਦਈ, ਉਹ ਖੱਬਾ ਨਪ ਖੱਬਾ, ਉਹ ਤੂੰ ਮਰ ਜਾਣਾ ਇੱਧਰ ਨਪ। ਉਹ ਵਧਾ ਵਧਾ ਨਾਗਿਨ ਨੂੰ, ਬਣਿਆ ਕੁਛ? ਉਹ ਯਾਰ ਜਿਹਨੇ ਵਿਆਹ ਹੀ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ, ਉਹਦੇ ਪਿੱਛੇ ਟਾਈਮ ਖਰਾਬ ਕਰਕੇ ਕੀ ਫਾਇਦਾ? ਉਹਦੇ ਪਿੱਛੇ ਤਾਂ ਵਿਚੋਲਾ ਲਾਉਣਾ ਪਊਗਾ। ਪਿੱਛੇ ਲਾਉਣ ਨੂੰ ਤਾਂ ਕਹਿੰਦਾ ਜਿਵੇਂ ਵਿਚੋਲਾ ਨਹੀਂ ਕੁੱਤਾ ਲਾਉਣਾ ਹੁੰਦਾ। ਪਰ ਹੁਣ ਐਂ ਦੱਸੋ, ਵਿਚੋਲਾ ਕਿੱਥੋਂ ਲੱਭਾਂਗੇ? ਕੀ ਮਤਲਬ? ਆਪਾਂ ਨੀ ਵੀ ਇਹੋ ਜਿਹੇ ਕੁੱਤੇ ਕੰਮ ਚ ਪੈਂਦੇ। ਮੰਨ ਜਾ ਯਾਰ ਵੀਰਾ ਬਣ ਕੇ। ਆਪਾਂ ਨੀ ਬਈ, ਕੜਾ ਪਾਉਂਗਾ ਬੇਬੇ ਨੂੰ ਕਹਿ ਕੇ ਵੀਰਾ ਬਣ ਕੇ। ਕੜਾ ਚਾਹੇ ਸੰਗਲ ਪਾ, ਮੈਂ ਨੀ। ਨਾਲੇ ਕੀ ਸਾਰਾ ਦਿਨ ਸੱਪਾਂ ਨਾਲ ਖੋਜਲਦਾ ਰਹਿਣਾ ਯਾਰ, ਆਈਫੋਨ ਲੈ ਕੇ ਦਊਂਗਾ, ਉਹ ਬਤਾਉਂ ਵਾਲੀ ਖੇਡੀ ਕੈਂਡੀ ਕ੍ਰਸ਼ ਵੀਰਾ ਬਣ ਕੇ। ਸਾਲੇ ਬਣੇ ਨੇ ਬਤਾਉਂ ਵਾਲੇ ਤੇ ਮੈਥੋਂ ਨੂੰ ਹੈ? ਮੈਂ ਨਹੀਂ ਬਾਈ, ਮੰਨ ਜਾ ਯਾਰ, ਮੰਨ ਜਾ ਯਾਰ, ਇੱਡਾ ਬਹੁਤਾ ਨਖਰਾ ਨਹੀਂ ਹੋ ਸਕਦਾ ਬਾਈ। ਨਾ ਨਾ, ਆਪਾਂ ਨਹੀਂ ਬਾਈ, ਨਾ। ਧੀਆਂ ਭੈਣਾਂ ਤਾਂ ਜੀ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਮਾੜਾ ਕੰਮ ਆਪਾਂ ਕਰਨਾ ਨਹੀਂ। ਦੇਖੋ ਸੱਚ ਕਹਿਣਾ ਸੁਖੀ ਰਹਿਣਾ, ਨਾਲੇ ਕੁੜੀਆਂ ਚਿੜੀਆਂ ਦਾ ਵਿਚਾਰੀਆਂ ਦਾ ਪਾਪ ਖੱਟ ਕੇ ਜਾਣਾ ਕਿੱਥੇ ਹੈ? ਆਖਰ ਉਸ ਰੱਬ ਨੂੰ ਵੀ ਤਾਂ ਜਾਨ ਦੇਣੀਆਂ ਨਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਬਾਈ ਜੀ ਹਰਨੇਕ ਸਿੰਘ ਭੋਲਾ ਜੀ, ਮੇਰਾ ਨਾਂ ਗੰਡੂਆਂ ਪਿੰਡ ਤੋਂ ਆ ਜੀ, ਸਨਾਮ ਕੋਲੋਂ, ਸਾਧੂ ਸਿੰਘ ਦਾ ਮੁੰਡਾ, ਤੇ ਮੈਂ ਰਿਸ਼ਤੇ ਕਰਾਉਣ ਦਾ ਕੰਮ ਕਰਦਾ ਜੀ। ਆਓ ਜੀ, ਆਓ ਜੀ, ਜੀ ਆਇਆਂ ਨੂੰ। ਆ ਤਾਂ ਤੁਸੀਂ ਬਹੁਤ ਹੀ ਵੱਡਾ ਪੁੰਨ ਦਾ ਕੰਮ ਕਰਦੇ ਹੋ ਜੀ। ਕੁੜੀ ਹੈ ਕਿਹੜੇ ਪਿੰਡੋਂ? ਓਏ ਹੋਏ, ਉਹ ਤਾਇਆ ਇਹ ਤਾਂ ਭੈਣ ਲਈ ਰਿਸ਼ਤਾ ਲੈ ਕੇ ਆਇਆ, ਉਹ ਤੂੰ ਐਵੇਂ ਨਾ ਹਰ ਜਗ੍ਹਾ ਆਪਣਾ ਯੱਕਾ ਤੋੜ ਲਿਆ ਕਰ।
ਉਹ ਤਾਇਆ ਸਾਡਾ ਛੜਿਆ ਜੀ। ਹੁਣ ਦੱਸੋ ਇਸ ਉਮਰ 'ਚ ਇਹਦੇ ਲਈ ਕਿੱਥੋਂ ਡੋਲਾ ਲੈ ਕੇ ਆਈਏ। ਦੇਖੋ ਜੀ ਉਮਰ ਤਾਂ ਮੈਂ ਚਲਾ ਦੂੰ ਪਰ ਆ ਰੰਗ ਨਹੀਂ ਚੱਲਣਾ। ਤੁਸੀਂ ਤਾਏ ਨੂੰ ਛੱਡੋ ਜੀ, ਕੋਈ ਵਧੀਆ ਮੁੰਡਾ ਤਾਂ ਦੱਸੋ। ਜੇ ਕੋਈ ਚੰਗਾ ਮੁੰਡਾ ਮਿਲ ਜੇ ਨਾ ਅਸੀਂ ਖੜੇ ਪੈਰ ਕੁੜੀ ਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ। ਮੈਂ ਕਹਿੰਦਾ ਜੀ ਮਿਲ ਗਿਆ ਸਮਝੋ ਮੁੰਡਾ ਤਾਂ ਹੈ ਮੇਰੀ ਨਿਗਾਹ ਦੇ ਵਿੱਚ ਇੱਕ, ਨਾਲੇ ਚੁਆਨੀ ਲੈਣੀ ਨੀ ਕੁੜੀ ਨੂੰ ਆਪਣੀ ਨੂੰ ਚਾਹੇ ਤਿੰਨ ਕੱਪੜਿਆਂ 'ਚ ਤੋਰ ਦਿਓ। ਆਹ ਵਧੀਆ। ਉਹ ਗੱਲ ਸੁਣੋ ਤੁਸੀਂ ਬਹੁਤੇ ਸਿਆਣੇ, ਇਹੋ ਜਿਹੇ ਝੋਲਾ ਚੱਕਦੇ ਮਗਰ ਨਾ ਲੱਗੋ। ਇਹ ਵਿਚੋਲਿਆਂ ਦਾ ਮਹਿਕਮਾ ਇਹੋ ਜਿਹਾ ਹੀ ਹੁੰਦਾ, ਮਾਰ ਕੇ ਨਾ ਵੱਡੇ ਵੱਡੇ ਗੱਪ ਟਾਂਕਾ ਜੋੜ ਕੇ ਆਪ ਗਾਹਾਂ ਜਾਂਦੇ ਆ। ਨਹੀਂ ਨਹੀਂ ਜੀ ਆਹ ਗੱਪ ਗੁੱਪ ਵਾਲੀ ਕੋਈ ਗੱਲ ਨਹੀਂ, ਜੇ ਗੱਪ ਵਾਲੀ ਗੱਲ ਹੁੰਦੀ ਤਾਂ ਮੈਂ ਤੁਹਾਡਾ ਜੇ ਕਾਨਾ ਰੋੜ ਦਿੰਦਾ। ਆਹ ਵੇਪੁਰ ਹੈ ਜੈਲਦਾਰ ਦਾ ਮੁੰਡਾ ਜੀ, 38 ਕਿੱਲੇ ਜ਼ਮੀਨ ਆਉਂਦੀ, ਚਾਹੇ ਪਤਾ ਕਰਾ ਲਓ ਜਾ ਕੇ। ਚਲੋ ਠੀਕ ਹੈ ਤੁਸੀਂ ਤੋਰੋ ਗੱਲਬਾਤ। ਚਲੋ ਠੀਕ ਹੈ ਜੀ ਮੈਂ ਅੱਜ ਹੀ ਤੋਰ ਲੈਣਾ, ਤੁਸੀਂ ਆਪਣੀ ਤਾਰੀ ਰੱਖੋ। ਹੈ ਜੀ ਚਲੋ ਠੀਕ ਹੈ ਜੀ ਫਿਰ, ਹੈ ਸਤਿ ਸ਼੍ਰੀ ਅਕਾਲ। ਚੰਗਾ ਜੀ ਠੀਕ ਹੈ। ਬਸ 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 ਰੋਕ ਦੇ ਬਾਈ। ਬਾਈ ਜੀ ਆਹ ਘਰ ਆ, ਇੱਥੋਂ ਅੱਗੇ ਆਪ ਚਲੇ ਜਾਓ, ਤੁਸੀਂ ਕਰ ਰਹੇ ਹੋ ਕੁੱਤੇ ਕੰਮ। ਜੇ ਬਾਈ ਜੀ ਦੀ ਦਾਦੀ ਨੂੰ ਪਤਾ ਲੱਗ ਗਿਆ ਨਾ ਤੁਹਾਡਾ ਕੱਖ ਨਹੀਂ ਜਾਣਾ, ਉਹਨੇ ਮੇਰੇ ਗਰੀਬ ਦੇ ਗੋਲੀ ਮਾਰ ਦੇਣੀ ਆ। ਉਹ ਦਾਦੀ ਨੂੰ ਫੁੱਲਣ ਦੇ ਵੀ ਇਹ ਤਾਂ ਜਾ ਕੇ ਪਤਾ ਲੱਗੂਗਾ। ਚਲੋ ਓਕੇ। ਸੱਚੇ ਪਾਤਸ਼ਾਹ ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਕੌਣ ਹੈ ਸ਼ੇਰਾ? ਮੈਂ ਸਿਆਣਿਆ ਨੀ। ਹਰਨੇਕ ਭੋਲਾ ਜੀ ਮੇਰਾ ਨਾਂ, ਮੈਂ ਗੰਡੂਆ ਪਿੰਡ ਤੋਂ ਆਇਆ, ਮੈਂ ਰਿਸ਼ਤੇ ਕਰਾਉਣ ਦਾ ਕੰਮ ਕਰਦਾ ਜੀ। ਸੁਣਿਆ ਤੁਹਾਡੇ ਵੀ ਇੱਕ ਮੁੰਡਾ ਹੈ? ਹਾਂ ਪੋਤਾ ਹੈਗਾ ਜੀ ਮੇਰਾ। ਜ਼ਮੀਨ ਕਿੰਨੀ ਕੁ ਬਾਪੂ ਜੀ ਭਲਾ ਆਪਣੇ? 38 ਕਿੱਲੇ ਆ ਜੀ, ਤੇ ਸੰਦ ਵੀ ਆਪਦੇ ਆ। ਲੈ ਫਿਰ ਤਾਂ ਸੁੱਕਣ ਲਹਿਰਾਂ ਵਹਿਰਾਂ ਹੋਈਆਂ ਪਈਆਂ ਨੇ। ਸਤਿ ਸ਼੍ਰੀ ਅਕਾਲ ਜੀ। ਤੂੰ ਕੀ ਆ ਬੁੜੇ ਦੇ ਗੋਡੇ ਮੁੱਢ ਬੈਠਾ ਹੈ? ਹੈ ਜਿਹੜੀ ਗੱਲ ਕਰਨੀ ਸਿੱਧਾ ਹੋ ਕੇ ਮੇਰੇ ਨਾਲ ਕਰ। ਮੈਂ ਤਾਂ ਜੀ ਰਿਸ਼ਤੇ ਕਰਾਉਣਾ, ਸੁਣਿਆ ਆਪਣੇ ਵੀ ਇੱਕ ਮੁੰਡਾ ਹੈ। ਅਸੀਂ ਨਹੀਂ ਰਿਸ਼ਤਾ ਰੁਸ਼ਤਾ ਕਰਨਾ, ਸਾਡਾ ਮੁੰਡਾ ਤਾਂ ਹਾਲੇ ਪੜ੍ਹਦਾ, ਵਗਦੇ ਇੱਥੋਂ। ਕੋਈ ਨਹੀਂ ਜੀ ਮੈਂ ਘੰਟੇ ਤੱਕ ਫੇਰ ਆ ਜੂ, ਪੜ੍ਹ ਲੈਣ ਦੋ। ਬੇ ਫਟੇ ਮੂੰਹ ਤੇਰੇ, ਕਾਲਜ ਪੜ੍ਹਦਾ। ਲੈ ਕੁੜੇ ਆ ਕੀ? ਲੱਸੀ ਹੈ ਵੀ ਜੀ। ਲੱਸੀ ਨਹੀਂ, ਆਪਣਾ ਮੁੰਡਿਆਂ ਵਾਲਾ ਘਰ ਹੈ, ਇਹ ਜੇ 3900 ਇੱਥੇ ਹੋਣਗੇ। ਤੂੰ ਲੱਸੀ ਪਿਆ ਵਾ ਘਰ ਪੂਰਾ ਕਰਨਾ ਤੇ ਤਰੋਏ ਇੱਥੋਂ। ਮੈਂ ਕਿਹਾ ਵਗ ਜਾ, ਅਸੀਂ ਨਹੀਂ ਮੁੰਡਾ ਵੇਚਣਾ। ਲੈ ਬੇਬੇ ਵੇਚਣ ਨੂੰ ਮੁੰਡਾ ਕਿ ਮਰੂਦ ਆ ਉਹ। ਮੈਂ ਤੂੰ ਇੱਕ ਗੱਲ ਪੁੱਛਾਂ ਬੇਬੇ? ਪੁੱਛ ਲੈ। ਲੋਕ ਤਾਂ ਧਾਰਾ ਟੀਕਾ ਲਾ ਕੇ ਚਾਹੁੰਦੇ, ਤੁਸੀਂ ਗੋਲੀ ਮਾਰ ਕੇ ਚਾਹੁੰਦੇ ਹੋ? ਮੈਂ ਦਾਦੇ ਮੰਗਾਉਣੇ ਆ। ਇਹਨੇ ਕਿਹੜਾ ਸਟਾਰਟ ਹੋਣਾ ਮੌਕੇ ਤੇ? ਧੱਕਾ ਹੀ ਲਵਾ ਦੇ। ਕਮਾਲ ਹੈ, ਇਸ ਪਿੰਡ ਚ ਕਿਸੇ ਦੀ ਇੱਜ਼ਤ ਕਰਨ ਦਾ ਰਿਵਾਜ ਹੀ ਨਹੀਂ। ਚੱਲ ਬਈ ਮਨਾ। ਸਤਿ ਸ਼੍ਰੀ ਅਕਾਲ, ਤਕੜੇ ਹੋ ਬੀਜੀ? ਆ ਪੁੱਤ ਕੀ ਹਾਲ ਆ ਤੇਰਾ? ਠੀਕ ਹੈ, ਜਿਉਂਦੀ ਰਹਿ, ਰੱਬ ਤੈਨੂੰ ਸੋਹਣਾ ਜਿਹਾ ਘਰ ਵਾਲਾ ਦੇਵੇ। ਨੀ ਬਹੂ, ਹਾਂਜੀ ਬੀਜੀ, ਆ ਸ਼ਾਂਤੀ ਦਾ ਡੋਲੂ ਲੱਸੀ ਨਾਲ ਉੱਤੇ ਤੱਕ ਭਰ ਦੇ ਗਰੀਬਣੀ ਦਾ। ਨੀ ਗਰੀਬਾਂ ਨੂੰ ਦਿੱਤਾ ਤਾਂ ਪੁੰਨ ਲੱਗਦਾ। ਜਾ ਪੁੱਤ ਪਵਾ ਲੈ ਲੱਸੀ, ਪਵਾ ਲੈ। ਠੀਕ ਹੈ ਜੀ। ਨਾ ਗੱਲ ਸੁਣ, ਤੂੰ ਆਉਂਦੇ ਜਾਂਦੇ ਜਣੇ ਖਾਣ ਨੂੰ ਆਪਣਾ ਭੇਜ ਦੇਣ ਲੱਗ ਜਾਂਦੇ। ਜੇ ਕੋਈ ਕਾਲੇ ਕੱਛੇ ਵਾਲਾ ਹੋਇਆ ਨਾ, ਤੇਰੇ ਗਲ ਚ ਗੁੱਠਾ ਦੇ ਕੇ ਨਾ ਸਾਰੇ ਘਰ ਦਾ ਸੰਭਾਲ ਲੈ ਜੂ। ਤੂੰ ਤਾਂ ਮਰਨਾ, ਸਾਨੂੰ ਵੀ ਨਾਲ ਮਾਰੇਗਾ ਤੂੰ। ਹੈ ਜਾ ਹੁਣ, ਬਹੁ ਦੁੱਧ ਲੈ ਜਾ ਭਾਈ, ਮੱਖੀਆਂ ਇੱਥੇ ਫਿਰਦੀਆਂ। ਨਿੱਕਿਆ ਛੋਲੇ ਬੜੇ ਕਰਾਰੇ ਹੋਏ, ਕਿੱਥੋਂ ਲੈ ਕੇ ਆਇਆ? ਮੇਰੀ ਦਾਦੀ ਨੇ ਘੱਲਿਆ, ਪਸਤੌਲ ਨਾ ਬਣ ਕੇ। ਅੱਜ ਚਿਕਨ ਖਾਣ ਦਾ ਮਨ ਹੈ, ਜੇ ਮੰਗਾ ਦੇਵੇ ਨਾ ਧਰਮ ਨਾਲ ਨਜ਼ਾਰਾ ਹੀ ਆਜੂ। ਆਜੂ ਆਜੂ, ਇਹ ਕਿਹੜੀ ਗੱਲ ਆ? ਮੰਗਾ ਲੈ ਯਾਰ ਫਿਰ। ਉਹ ਨਿੱਕਿਆ ਮੰਗਾ ਲੈ ਆ ਚੱਕੋ ਬਟਰ ਚਿਕਨ। ਉਹ ਤੁਹਾਡੀ ਬੁੜੀ ਹੈ ਕਿ ਲੇਡੀ ਜਾਣਾ ਮਾੜਾ? ਉਹ ਹਰ ਟਾਈਮ ਪਸਤੌਲ ਪਾ ਕੇ ਰੱਖਦੀ ਹੈ, ਜਿਵੇਂ ਰੋਜ਼ ਬੰਦਾ ਮਾਰ ਕੇ ਰੋਟੀ ਖਾਂਦੀ ਹੁੰਦੀ ਆ ਉਹ। ਉਹ ਤੁਹਾਡੇ ਪਰਿਵਾਰਾਂ 'ਚ ਤਾਂ ਫਰਕ ਹੀ ਬਹੁਤ ਹੈ, ਉਹ ਕਿੱਥੇ ਤੁਸੀਂ ਕਿੱਥੇ। ਮਨਰਾਜ ਦੇ ਘਰਦਿਆਂ ਨੇ ਮੈਨੂੰ ਪਿਆਰ ਨਾਲ ਬਿਠਾਇਆ, ਠੰਡਾ ਪਿਆਇਆ, ਤੇ ਤੁਹਾਡੀ ਬੁੜੀ ਨੇ ਲੱਸੀ ਵਾਲਾ ਗਲਾਸ ਵੀ ਹੱਥ 'ਚੋਂ ਖੋਲਿਆ। ਉਹ ਭਰਾਵਾ ਮੈਥੋਂ ਨਹੀਂ ਗਊ ਹੱਤਿਆ ਹੁੰਦੀ। ਉਹ ਯਾਰ ਤੂੰ ਬੇਬੇ ਦਾ ਛੱਡ, ਤੂੰ ਐਂ ਦੱਸ ਮਨਰਾਜ ਦੇ ਘਰ ਦੇ ਕਹਿੰਦੇ ਸੀ? ਮਨਰਾਜ ਦੇ ਘਰ ਦੇ ਉਹਦੇ ਵਾਸਤੇ ਰਿਸ਼ਤਾ ਲੱਭ ਰਹੇ ਨੇ, ਕਹਿੰਦੇ ਜੇ ਕੋਈ ਢੰਗ ਦਾ ਰਿਸ਼ਤਾ ਮਿਲ ਗਿਆ ਚਾਹੇ ਅਸੀਂ ਕੱਲ ਨੂੰ ਕੁੜੀ ਨੂੰ ਵਿਆਹ ਦਈਏ। ਪਰ ਤੇਰੇ ਕਰਦੇ ਕਹਿੰਦੇ ਸਾਡਾ ਮੁੰਡਾ ਤਾਂ ਪੜ੍ਹਦਾ, ਹਲੇ ਨਿਆਣਾ, ਜਿਵੇਂ ਤੂੰ ਪਹਿਲੀ ਕੱਚੀ 'ਚ ਪੜ੍ਹਦਾ ਹੁੰਦਾ। ਉਹ ਬਣਾਊਗੀ ਤੈਨੂੰ DC ਤੁਹਾਡੀ ਬੁੜੀ। ਹਾਂਜੀ ਪੈਰੀ ਪੈਂਦਾ ਬੇਬੇ ਆ ਗਿਆ ਮੇਰੇ ਪੁੱਤ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ। ਕਿਵੇਂ ਆ ਬਾਪੂ? ਦਣੀ ਸੁੱਤਾ ਪਿਆ? ਦੇ ਤੂੰ
ਤੂੰ ਕਿਵੇਂ ਟਿੰਡ ਫੋੜੀ ਚੱਕੀ ਤੁਰਿਆ ਨਾ ਬੇਬੇ ਮੈਂ ਲਾ ਲਿਆ ਸਾਹਿਬ ਕੋਈ ਨੀ ਰੱਖਿਆ ਪੜਾਈਆਂ ਚ ਧੱਕਾ ਹੀ ਆ ਨੇਰਾ ਇੱਥੇ ਕੀ ਹੈ ਸਪਰੇਹਾਂ ਫਾਹੇ ਮਿੱਟੀ ਘੱਟਾ ਵੇਖੋ ਜੂਨ ਹੈ ਜ਼ਿਮੀਦਾਰਾਂ ਦੀ ਗੱਲ ਸੁਣ ਲੈ ਜਿੰਨੀ ਵਾਰੀ ਆਇਆ ਨਾ ਉਨੀ ਵਾਰੀ ਮੁੜ ਜਾ ਉਹ ਬੇਬੇ ਜੇ ਸਾਰੇ ਨੌਕਰੀਆਂ ਵਾਲੇ ਹੋ ਗਏ ਤੇ ਖੇਤੀ ਕੌਣ ਕਰੂਗਾ ਨਾਲੇ ਤੁਹਾਨੂੰ ਪਤਾ ਆਏ ਸਾਲ ਅਨਾਜ ਦੀ ਪੈਦਾਵਾਰ ਕਿੰਨੀ ਘੱਟ ਰਹੀ ਹੈ ਆਬਾਦੀ ਕਿੰਨੀ ਵਧੀ ਜਾਂਦੀ ਬੇਬੇ ਉਹ ਪੜ੍ਹੇ ਲਿਖੇ ਮੁੰਡਿਆਂ ਨੂੰ ਖੇਤੀ 'ਚ ਆਉਣਾ ਪੈਣਾ ਤਾਂ ਕਿਤੇ ਜਾ ਕੇ ਦੇ ਸੁਧਰੂ ਨਹੀਂ ਤੇ ਭੁੱਖੇ ਮਰ ਜਾਂਗੇ ਆਪਣੀ ਪੱਕੀ ਹੈ ਆਪਾਂ ਖੇਤੀ ਕਰਨੀ ਹੈ ਨਹੀਂ ਪੜ੍ਹਨਾ ਚੰਗਾ ਤੂੰ ਹੁਣ ਦੇਸ਼ ਨੂੰ ਸੁਧਾਰ ਲੈ ਲਿਆ ਮੋਟਰਸਾਈਕਲ ਦੀ ਚਾਬੀ ਉਹਨਾਂ ਨੂੰ ਕਰ ਦੇ ਦੇ ਹੁਣ ਉਹ ਖੜਾ ਟਰੈਕਟਰ ਖੇਤ ਜਾ ਅੱਜ ਆਪਣੀ ਪਾਣੀ ਦੀ ਵਾਰੀ ਹੈ ਬੇ ਤੈਨੂੰ ਤਾਂ ਅੱਥਣ ਤੱਕ ਅਕਲ ਆਈ ਲੈ ਬੀਜੀ ਪਾਣੀ ਤਾਂ ਪੀ ਲੈਣਗੇ ਮੁੰਡੇ ਨੂੰ ਨਹੀਂ ਪਾਣੀ ਨੂੰ ਕੀ ਹੈ ਜੰਗ ਚੋਂ ਆਇਆ ਮੋਟਰ ਤੇ ਜਾ ਕੇ ਪੀ ਲੂ ਕਿਤੇ ਨਹੀਂ ਇਹਦਾ ਸੰਘ ਸੁੱਕਦਾ ਉੱਠ ਹੁਣ ਭੱਜ ਜਾ ਹੁਣ ਨਾਲੇ ਖਬਰਦਾਰ ਤੇ ਮੈਨੂੰ ਕਿਸੇ ਨੇ ਵਿਆਹ ਦੀ ਧਮਕੀ ਦਿੱਤੀ ਜੇ ਤੂੰ ਪੜ੍ਹਨੋਂ ਹਟ ਗਿਆ ਤੇਰਾ ਵਿਆਹ ਕਰ ਦਾਂਗੇ ਮੇਰਾ ਵੀ ਸ਼ੱਕ ਦੀ ਅੱਜ ਕਰ ਦੋ ਵਿਆਹ ਮੈਂ ਨਹੀਂ ਡਰਦਾ ਕਿਸੇ ਤੋਂ ਉਹ ਤੇਰੇ ਨਾਲ ਵਿਆਹ ਦੀ ਗੱਲ ਕਿ ਨਹੀਂ ਕੀਤੀ ਆ ਨਾ ਮਨ ਚ ਤਾਂ ਸੋਚਦੀ ਹੋਵੋਗੇ ਬੀਬੀ ਵੇਖ ਲਾ ਤੂੰ ਬੜਾ ਅੰਦਰ ਜਾਮੀ ਆ ਵੇ ਜਿਹੜੇ ਮਨਾਂ ਦੀਆਂ ਵੀ ਜਾਣਦਾ ਜਬਕ ਜਾ ਇੱਥੋਂ ਕੀ ਲੱਛਣ ਫੜੇ ਆਏ ਨੇ ਉੱਠ ਜਾ ਹੁਣ ਤੂੰ ਸੁੱਤਾ ਪਿਆ ਫਿਰ ਸਾਰੀ ਰਾਤ ਭੌਂਕਦਾ ਫਿਰਦਾ ਉੱਠ ਕੇ ਬਹਿ ਜਾ ਕਰ ਕਦੇ ਹੁਣ ਕਦੋਂ ਜਾਣਾ ਆਪਾਂ ਕਿਰਪੈਨ ਲੈ ਕੇ ਕਾਲਜ ਬਾਈ ਕਿਹੜੀ ਤੇਰੀ ਭੂਆ ਨੇ ਉੱਥੇ ਕਣਕ ਬੀਜੀ ਓਏ ਤੂੰ ਕਿਰਪੈਨ ਲੈ ਕੇ ਵੱਢਣ ਜਾਣੀ ਜਿਹੜੀ ਬਾਈ ਜੀ ਬਹੁਤ ਲੱਗਿਆ ਯਾਰ ਰਮੇ ਤੂੰ ਪੈ ਕਦੇ ਰਿਸ਼ ਕੁਸ਼ ਕਾਲੇ ਚੱਕਰਾਂ ਚ ਸਾਡਾ ਗਰੀਬਾਂ ਦਾ ਕਾਹਦਾ ਇਸ਼ਕ ਸਾਡੀ ਜ਼ਿੰਦਗੀ ਦਾ ਚਾਹ ਗੁੜ ਚ ਹੀ ਲੰਘ ਗਈ ਚਾਹ ਲਿਆਂਦੀ ਗੁੜ ਮੁੱਕ ਗਿਆ ਗੁੜ ਲਿਆਂਦਾ ਚਾਹ ਮੁੱਕ ਗਈ ਪਿਆਰ ਕਰਨ ਲਈ ਤਾਂ ਵਿਹਲ ਹੀ ਨਹੀਂ ਮਿਲੀ ਸੁੱਖ ਨਾਲ ਜਵਾਕ ਵੀ ਛੇ ਕਰ ਲੈ ਪਤਾ ਹੀ ਨਹੀਂ ਲੱਗਿਆ ਪਿਆਰ ਕਿਹੜੇ ਸਨ 'ਚ ਲੰਘ ਗਿਆ ਹੈ ਤੇ ਕੁੱਲ ਮਿਲਾ ਕੇ ਫਿਟੇ ਮੂੰਹ ਜਾਂ ਪਾਣੀ ਵੇਖ ਲਾ ਜਾ ਕੇ ਹੈਲੋ ਨਿੱਕੇ ਓਏ ਹਾਂ ਭੁੱਲੇ ਓਏ ਤੂੰ ਕਰੀ ਆ ਹਾਂ ਮੈਂ ਕਦੋਂ ਆਵਾਂ ਉਹ ਤੂੰ ਦੋ ਦਿਨਾਂ 'ਚ ਆ ਜੀ ਤੁਹਾਡੇ ਘਰ ਦੇ ਮੰਨਦੇ ਤਾਂ ਹੈ ਨਹੀਂ ਆ ਓਏ ਹੁਣ ਮੰਨ ਜਾਣਗੇ ਕੋਈ ਚੱਕਰ ਨਗਾ ਜੇ ਤੁਹਾਡੀ ਬੁੜੀ ਨਾ ਮੰਨੀ ਆਪਾਂ ਦੋ ਦਿਨਾਂ ਤੱਕ ਝੋਲਾ ਜਾ ਕੇ ਵੇਰਾ ਆਣਾ ਚੱਲ ਠੀਕ ਆ ਮੈਂ ਆਉਣਾ ਆਹ ਆਹੋ ਚੰਗਾ ਚੰਗਾ ਬਾਈ ਕੁੜੀ ਸੀ ਫੋਟੋ ਦਿਖਾ ਦੇ ਮਾੜੀ ਜੀ ਭੋਲਾ ਕੁੜੀ ਹੁੰਦੀ ਨਹੀਂ ਜਾ ਫਿਰ ਪਾਣੀ ਲਾਓ ਜਾ ਚੱਲ ਆਓ ਨੱਥੂ ਰਾਮਾ ਆ ਦੇਖ ਕੇ ਮੈਂ ਚੂਹੇ ਵਾਂਗੂ ਖੁੱਡ ਪੱਟਣ ਲੱਗਿਆ ਹੈਲੋ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਸੁਣਿਆ ਤੁਹਾਡੇ ਇੱਕ ਵਿਆਹੁਣ ਵਾਲਾ ਮੁੰਡਾ ਮੈਨੂੰ ਨਹੀਂ ਪਤਾ ਬੀਬੀ ਕੋ ਪੁੱਛ ਲਾ ਇੱਕ ਤਾਂ ਬੀਬੀ ਸਰਪੰਚ ਨਹੀਂ ਬਣਾ ਰੱਖੀ ਤੁਸੀਂ ਯਾਰ ਤੂੰ ਫੇਰ ਤੱਕ ਤੜਕੇ ਆ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਜੀ ਇੱਕ ਵਾਰੀ ਹੋਰ ਸੁਲਾਹ ਮਾਰ ਆਈਏ ਨਾਲੇ ਤੁਹਾਡਾ ਨਿਆਣਾ ਵੀ ਹੁਣ ਤੱਕ ਜਵਾਨ ਹੋ ਗਿਆ ਹੋਊ ਇਸ ਵਾਰੀ ਤਾਂ ਮੈਂ ਬਹੁਤ ਵੱਡੇ ਘਰ ਦਾ ਰਿਸ਼ਤਾ ਲੈ ਕੇ ਆਇਆ ਮਾੜੀ ਸਲਾਹ ਕਿਸੇ ਉਤਰੇ ਦੀ ਸਾਡਾ ਮੁੰਡਾ ਤਾਂ ਝੋਲਾ ਚੱਕ ਕੇ ਘਰੇ ਆ ਗਿਆ ਲੈ ਫਿਰ ਤਾਂ ਸ਼ੁਕਰ ਕਰੋ ਰੱਬ ਦਾ ਤੁਹਾਡੇ ਝੋਲਾ ਚੱਕ ਮੁੰਡੇ ਨੂੰ ਮੈਂ ਐਡੇ ਵੱਡੇ ਘਰ ਦਾ ਰਿਸ਼ਤਾ ਕਰਵਾ ਰਿਹਾ ਲੈ ਹੋਰ ਕੀ ਤੈਨੂੰ ਤਾਂ ਆਪਦੀ ਛਾਪ ਦੀ ਅੱਗ ਲੱਗੀ ਹੋਈ ਹੈ ਸਾਡਾ ਆਪਦਾ ਕਪੁੱਤ ਪਤਾ ਨਹੀਂ ਕੀ ਕਰਦਾ ਫਿਰਦਾ ਕਿਸੇ ਦੀ ਕੁੜੀ ਲੈ ਕੇ ਡੋਬਣੀ ਅਸੀਂ ਚੱਲ ਠੀਕ ਹੈ ਬੇਬੇ ਬੇ ਗੱਲ ਸੁਣ ਮੇਰਾ ਨਾ ਭਾਣਜਾ ਹੈ ਉਹ ਹਾਲੇ ਛੜਾ ਹੀ ਹੈ 40 ਤੋਂ 2 ਸਾਲ ਉੱਤੇ ਟੱਪ ਗਿਆ ਉਹਦੇ ਵਾਸਤੇ ਕੋਈ ਕੁੜੀ ਦੇਖ ਛੱਡੀ ਉਹ ਵੀ ਚੱਲੂਗੀ ਨਾ ਬੇਬੇ ਆਪਾਂ ਸੈਕਿੰਡ ਹੈਂਡ ਕੰਮ ਹੀ ਨਹੀਂ ਕਰੀਦਾ ਸਿੱਧਾ ਸ਼ੋਰੂਮ ਵਾਲਾ ਕੰਮ ਹੀ ਕਰੀਦਾ ਤੁਰ ਜਾ ਇੱਥੋਂ ਲੱਗਦਾ ਸ਼ੋਰੂਮ ਦਾ ਜਵਾਕੜੀ ਕਰੀ ਕੀ ਚੱਕੀ ਜਾਂਦਾ ਉਹ ਬੇਬੇ ਸਾਡਾ ਤਾਂ ਕੰਮ ਹੀ ਇਹ ਹੈ ਲੱਗਦਾ ਇਹ ਵੀ ਵਿਆਹੁਣ ਜੋਗੀ ਹੋ ਗਈ ਹਾਂ ਤੂੰ ਇਹਨੂੰ ਵੀ ਰਿਸ਼ਤਾ ਕਰਾਏਗਾ ਨਹੀਂ ਨਹੀਂ ਇਹ ਤਾਂ ਮੈਂ ਆਪਦੇ ਵਾਸਤੇ ਦੇਖ ਰਿਹਾ ਬੇ ਤੈਨੂੰ ਉਹ ਦੇਗੀ ਆ ਪਸਤਾਉਣ ਨਹੀਂ ਦਿੰਦਾ ਮਿੰਟ ਚ ਘੋੜੀ ਚੜਾ ਦੂੰ ਤੈਨੂੰ ਇੱਕ ਤਾਂ ਬੇਬੇ ਪਤਾ ਨਹੀਂ ਕੀ ਤੜਕੇ ਤੜਕੇ ਤੂੰ ਭਰਿੰਡਾ ਖਾ ਲੈਨੀ ਆ ਬਹੁਤ ਕੌੜਾ ਬੋਲਦੀ ਆ ਲੱਗਦਾ ਭਰਿੰਡਾ ਦਾ ਖੌਂਸੜੇ ਨਾ ਖਾਲੀ ਮੈਂ ਤਾਂ ਚੂਹੀ ਹੱਥ ਧੋ ਕੇ ਪੈ ਜਾ ਧਿਆਨ ਨਾਲੇ ਉਹ ਕੀ ਬਣਿਆ ਬੋਲੇ ਬੁਰਾ ਹੀ ਬਣਿਆ ਤੁਹਾਡੀ ਬੁੜੀ ਤਾਂ ਬਾਲਾ ਹੀ ਵੱਢ ਖਾਣ ਨੂੰ ਪੈਂਦੀ ਆ ਯਾਰ
ਹੱਥ ਪੱਲੇ ਨਹੀਂ ਫੜਾਉਂਦੀ ਬਾਈ ਕਿਵੇਂ ਨਾ ਕਿਵੇਂ ਕਰਕੇ ਤਾਂ ਬੇਬੇ ਨੂੰ ਮਨਾਉਣਾ ਪਊ ਯਾਰ ਬਾਈ ਜੀ ਮੇਰੀ ਦਾਦੀ ਦੱਸਦੀ ਸੀ ਸਾਡੇ ਬੁੜੇ ਦਾ ਚਾਲ ਚੱਲਣ ਬੜਾ ਮਾੜਾ ਸੀ ਇਸ ਕਰਕੇ ਹੁਣ ਨਿਆਣੀ ਉਮਰੇ ਵਿਆਹ ਕਰਤਾ ਸੀ ਓਏ ਹੁਣ ਤੇਰੇ ਭਾਅ ਦਾ ਇਹ ਲੋਕਾਂ ਦੀਆਂ ਧੀਆਂ ਭੈਣਾਂ ਛੇੜੇ ਤੈਨੂੰ ਅਗਲੇ ਸਾਲ ਪਾਲੀ ਵੀ ਇਹਨਾਂ ਨਾਲ ਹੀ ਰਲਾਉਣਾ ਆ ਜਾ ਮੇਰਾ ਪੁੱਤ ਆ ਜਾ ਤੁਸੀਂ ਘਰੇ ਜਾ ਕਹੇਗਾ ਮੇਰੀ ਬੇਬੇ ਕੋਲੇ ਮੈਂ ਨੀ ਜਾਂਦਾ ਤੁਹਾਡੀ ਬੁੜੀ ਤਾਂ ਚਿੱਤਰਾਂ ਦੀ ਗੋਲੀ ਮਾਰਦੀ ਹੈ ਨਾਲੇ ਵੱਡਾ ਛੋਟਾ ਵੀ ਨਹੀਂ ਦੇਖਦੀ ਕੀ ਬੰਦਾ ਨਹੀਂ ਚਿੱਤਰ ਮਾਰੂ ਸਾਲੇ ਦੇ ਰੋਟੀ ਪੀਏਗਾ ਹਾਂ ਦੇਖ ਰੋਟੀ ਦੇ ਨਾਂ ਨੂੰ ਕਿਵੇਂ ਗਿੱਟੇ ਤੱਕ ਲਾਲ ਗਈ ਬੇਬੇ ਬਾਈ ਹੈ ਖੇਤ ਗਿਆ ਹੈ ਕੀ ਕੰਮ ਸੀ ਅਸ਼ਾਂਤੀ ਨੇ ਚਿੱਠੀ ਭੇਜੀ ਸੀ ਬਾਈ ਵਾਸਤੇ ਹੈਂ ਸ਼ਾਂਤੀ ਦੀ ਚਿੱਠੀ ਲਿਆ ਉਰੇ ਮੈਨੂੰ ਦੇ ਨਾ ਮੈਂ ਤਾਂ ਬਾਈ ਨਹੀਂ ਦੂੰਗਾ ਦਿਨੇ ਕਿ ਨਹੀਂ ਜੇ ਚੱਕਾ ਸੋਟੀ ਲਿਆ ਲੈ ਪੜ੍ਹ ਕੇ ਸੁਣਾ ਕੀ ਲਿਖਿਆ ਨਿੱਕੇ ਬੇਬੀ ਮੈਂ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹਾਂ ਰਾਂਝੇ ਨੇ ਤਖ਼ਤ ਹਜ਼ਾਰਾ ਛੱਡਿਆ ਸੀ ਤੂੰ ਮੇਰੇ ਪਿੱਛੇ ਕਾਲਜ ਛੱਡ ਕੇ ਆ ਗਿਆ ਮੈਂ ਲੱਸੀ ਦੇ ਬਹਾਨੇ ਗੇੜੇ ਮਾਰਦੀ ਰਹਿੰਦੀ ਹਾਂ ਤੇਰੇ ਤੋਂ ਦੂਰ ਆਉਣ ਲਈ ਜੀ ਨਹੀਂ ਕਰਦਾ ਹੁਣ ਤੜਕੇ ਤੜਕੇ ਦੇਖ ਲੈਂਦੀ ਹਾਂ ਤਾਂ ਸਾਰਾ ਦਿਨ ਨਵੇਂ ਸੂਟਾਂ ਜਿੰਨਾ ਚਾਹ ਚੜਿਆ ਰਹਿੰਦਾ ਹੈ ਮੈਨੂੰ ਆਪਣੀ ਪੱਗਾਂ ਦਾ ਰੰਗ ਦੱਸ ਦੇ ਮੈਂ ਚੁੰਨੀਆਂ ਰੰਗਾਉਣੀਆਂ ਏ ਤੇਰੀ ਮਿੱਠੀ ਚੀਜ਼ੀ ਸ਼ਾਂਤੀ ਆ ਕੀ ਹੈ ਵੇ ਅਸ਼ਾਂਤੀ ਨੇ ਬਾਈ ਦੇ ਦਿਲ ਚ ਤੀਰ ਮਾਰਿਆ ਫੋਟ ਮੁੰਡਾ ਤਾਂ ਰੂੜੀ ਤੇ ਡਿੱਗ ਪਿਆ ਹੁਣ ਪਤਾ ਲੱਗਿਆ ਕਿ ਉਹ ਮੋਰਨੀ ਬਣ ਬਣ ਗੇੜੇ ਮਾਰਦੀ ਹੈ ਅੱਗੇ ਤੋਂ ਜੋ ਵੀ ਚਿੱਠੀ ਹੋਵੇ ਗੋਲੀਆਂ ਨੂੰ ਮੇਰੇ ਕੋਲ ਲੈ ਕੇ ਆਉਣੀ ਹੈ ਤੈਨੂੰ ਪਤਾ ਮੈਂ ਵੱਡਾ ਛੋਟਾ ਨਹੀਂ ਦੇਖਦੀ ਬਾਈ ਲੈ ਦੋ ਦੱਤੇ ਭਗਾਉਣਾ ਓਮ ਸ਼ਾਂਤੀ ਓਮ ਸ਼ਾਂਤੀ ਸ਼ਾਂਤੀ ਓਮ ਬੇਬੇ ਸਾਰੇ ਕੰਮ ਸ਼ਾਂਤੀ ਨਾਲ ਹੋ ਗਏ ਧਰਮ ਨਾਲ ਆਪਾਂ ਨੂੰ ਫੁੱਲ ਨਹੀਂ ਆ ਰਹੇ ਨੇ ਮੈਨੂੰ ਪਤਾ ਤੇਰੇ ਕੰਮ ਦਾ ਓ ਬਾਪੂ ਤੂੰ ਬੜਾ ਸ਼ਾਂਤੀ ਨਾਲ ਬੈਠਾ ਕੀ ਗੱਲ ਬਹਿ ਕੇ ਦਿਖਾਵੇ ਸ਼ਾਂਤੀ ਨਾਲ ਜੇ ਗੋਡੇ ਨਾਲ ਵੜਦੇ ਆ ਓ ਬੇਬੇ ਸ਼ਾਂਤੀ ਰੱਖਣ ਤੇ ਚੰਗੀ ਹੁੰਦੀ ਕਿ ਨਹੀਂ ਕਰ ਜਿਹੜੇ ਚਿਲਤਰ ਤੂੰ ਕਰਦਾ ਨਾ ਮੈਂ ਸਭ ਜਾਣਦੀ ਆ ਅਬ ਮਾਰੀਏ ਇਹ ਬੁੱਢਾ ਦੋ ਇੱਕ ਗਲਾਸੇ ਮਰ ਜਾਏਗਾ ਕਿਹਾ ਸੀ ਦੋ ਜਮ ਲੈ ਇੱਕ ਮੁੰਡਾ ਤੇ ਕੁੜੀਆਂ ਦੇ ਜੰਮ ਕੇ ਟੋਕਰਾ ਭਰਤਾ ਬੀਜੀ ਤੁਸੀਂ ਆਪ ਤਾਂ ਕਿਹਾ ਸੀ ਵੀ ਮੁੰਡਾ ਹੋ ਗਿਆ ਹੁਣ ਬਸ ਕਰੋ ਬਦਲ ਵਾਲ ਕਿਵੇਂ ਹੰਕਾਰੀ ਆ ਮੇਰੇ ਸਾਹਮਣੇ ਜਵਾਬ ਲੜਾਉਣੀ ਹੈ ਇਹ ਨਹੀਂ ਦੇਖਦੀ ਆਪ ਮੁੰਡਾ ਕੀ ਲੱਛਣ ਕਰਦਾ ਫਿਰਦਾ ਬੇਬੇ ਆਪਣਾ ਪੱਕਾ ਆਪਾਂ ਘਰ ਸ਼ਾਂਤੀ ਰੱਖਣੀ ਆ ਦੇਖੀ ਮੇਰੇ ਨਾ ਮਾਰੀ ਬੱਚਾ ਆਇਆ ਸ਼ਾਂਤੀ ਦਾ ਜ਼ਬਾਨ ਆਲਾ ਨਿਕਲਿਆ ਮੁੰਡਾ ਸੱਚੀ ਤੇਰਾ ਪਿੱਛਾ ਛੱਡਦਾ ਆ ਕਲਰ ਸੋਹਣਾ ਲੱਗਦਾ ਤੇਰੇ ਤੇ ਵੈਸੇ ਨਾ ਮਾੜਾ ਵੀ ਨਹੀਂ ਸੀ ਤੇ ਮੈਂ ਕਦੋਂ ਕਿਹਾ ਮਾੜਾ ਵਧੀਆ ਤੇ ਫਿਰ ਐਵੇਂ ਨਖਰੀ ਕਰੀ ਜਾ ਰਹੀ ਸੀ ਯਾਰ ਤੈਨੂੰ ਪਤਾ ਤਾਂ ਹੈ ਮੇਰੇ ਘਰਦਿਆਂ ਦਾ ਸਾਡੇ ਘਰੇ ਲਵ ਮੈਰਿਜ ਦਾ ਰਿਵਾਜ਼ ਹੀ ਹੈ ਨਹੀਂ ਸੋ ਜਿਹੜੇ ਰਾਹ ਜਾਣਾ ਨਹੀਂ ਉਹਦਾ ਪਤਾ ਪੁੱਛ ਕੇ ਕੀ ਲੈਣਾ ਬੇਬੇ ਨੇ ਗਾਲ ਕੱਢੀ ਆ ਐਵੇਂ ਵਿਚਾਰੀ ਤੇ ਗੱਲ ਪਈ ਜਾਂਦੀ ਆ
ਨਾਲੇ ਇਹਦੇ ਕਿਹੜਾ ਹੱਥਾਂ ਨੂੰ ਕੰਡ ਹੋਈ ਆ, ਗੁਲੇ ਗੁਲੇ ਹੱਥਾਂ ਵਿਚਾਰੀ ਦੇ। ਉਹ ਸ਼ਾਂਤੀ, ਤੂੰ ਬੇਬੇ ਦੀ ਬਹੁਤੀ ਫਿਕਰ ਨਾ ਕਰਿਆ ਕਰ, ਤੈਨੂੰ ਤੇ ਪਤਾ ਹੀ ਬੇਬੇ ਦੇ ਸੁਭਾਅ ਦਾ, ਆਪੇ ਪਰੋਸ ਜਾ ਕੇ ਲੱਸੀਆਂ, ਪੁੱਛਣ ਵਾਲੀ ਕਿਹੜੀ ਗੱਲ ਆ। ਠੀਕ ਹੈ, ਤੇਰਾ ਆਪਣਾ ਹੀ ਘਰ ਆ, ਇਹ ਕਿਹੜੀ ਗੱਲ ਆ। ਤੂੰ ਭੱਜ ਜਾ ਇੱਥੋਂ, ਮੈਂ ਤੈਨੂੰ ਦੱਸਾਂ। ਆ ਟੋਕਾ ਮੇਰੇ ਹੱਥ ਚ, ਚਾਰ ਪਾ ਦੂੰ ਤੇਰਾ। ਹੁੰਦੋ ਪਿਆਰ ਕਰਨੇ ਵਾਲੋਂ ਕੋ ਜਬ ਜਬ ਦੁਨੀਆ ਤੜਪਾਏ, ਖੜ ਜਾ ਤੈਨੂੰ ਮੈਂ, ਮੁਹੱਬਤ ਵੜਤੀ ਜਾਏ ਜੀ। ਓ ਤੁਹਾਡੀ ਜਾਵੜਾ ਯਾਰ, ਤਾਂ ਤੂੰ ਆਥਣ ਤੱਕ ਇੱਥੇ ਬੈਠਾ ਰਹੇਗਾ। ਕੁੜੀ ਨੂੰ ਚਿੱਠੀ ਹੈ, ਹੁਣ ਕੀ ਰਹਿ ਗਿਆ ਵੀਰੇ? ਪੈ ਪੈ ਗਈ, ਜ਼ਮਾਨਾ ਬਹੁਤ ਵਿਗੜ ਗਿਆ। ਮੇਰੀ ਸ਼ਾਂਤੀ ਇਹ ਜੀ ਨਹੀਂ। ਹਾਂ, ਤੇਰੀ ਸ਼ਾਂਤੀ ਤਾਂ ਬਹੁਤ ਸਿਆਣੀ। ਨਿੱਕੇ ਮਾਏ ਬੇਬੀ, ਅੱਜ ਤੁਹਾਡੀ ਬੁੜੀ ਮੈਨੂੰ ਸੂਈ ਕੁੱਤੀ ਵਾਂਗੂ ਪੈ ਗਈ। ਮੈਨੂੰ ਨਹੀਂ ਲੱਗਦਾ ਇਹਨੇ ਮੰਨਣਾ। ਤੂੰ ਠੀਕ ਸੀ, ਕੋਈ ਬਣਾ ਸ਼ਿਮਲੇ ਸ਼ਿਮਲੇ ਦਾ ਪਲੈਨ, ਆਪਾਂ ਵਿਆਹ ਕਰਵਾ ਕੇ ਘੁੰਮ ਫਿਰ ਕੇ ਪੁੱਠੇ ਮੁੜ ਗਏ ਫਿਰ ਬੁੱਢੀ ਗਈ ਕਾਲੂ। ਤੇਰੀ ਮਿੱਠੀ ਸ਼ਾਂਤੀ। ਹਾਂ ਬੀਬੀ, ਉਰੇ ਆ। ਆਇਆ ਆਇਆ ਬੀਬੀ, ਬੇ ਆ ਜਾ ਹੁਣ। ਹਾਂ ਤੇ ਆਪਾਂ ਤਾਂ ਪੱਟੇ ਗਏ, ਬੁਲਾਓ ਝੋਲਾ ਚੁੱਕ ਨੂੰ। ਇਹ ਤੋਂ ਪਹਿਲਾਂ ਕੋਈ ਹੋਰ ਜਬ ਖੜਾ ਹੋਵੇ ਉਹਦੇ ਜੂੜ ਪਾ ਦਈਏ। ਠੀਕ ਹੈ ਬੀਬੀ, ਜਾ ਮਗਨ ਆ ਲਈਏ। ਤੂੰ ਮੈਨੇ ਨਹਾਉਣਾ, ਉਹ ਨਹਾਉਣਾ ਜੀ ਨਾ ਤੈਨੂੰ। ਬੀਬੀ ਮੈਂ ਆਖ ਰਿਹਾ ਸੀ ਕਿ ਠੀਕ ਹੈ ਠੀਕ ਹੈ, ਪਾਣੀ ਤੱਤਾ ਬਥੇਰਾ ਤੱਤਾ, ਗਰਮੀ ਚ ਇਹਨੂੰ ਕਾਂਬਾ ਛੜਿਆ ਹੋਇਆ। ਲਓ ਜੀ, ਲਓ ਭਾਈ, ਤੁਸੀਂ ਚਾਹ ਪਾਣੀ ਪੀਓ। ਸੀਰੀ ਭੇਜਿਆ ਮੁੰਡੇ ਨੂੰ ਬੁਲਾਉਣ ਵਾਸਤੇ। ਠੀਕ ਹੈ ਜੀ, ਲਓ ਜੀ। ਮੂੰਹ ਤਾਂ ਮੁੰਡਾ ਪੜਦਾ ਇਸ ਵੇਲੇ 15ਵੀਂ ਜਮਾਤ ਚ, ਠੀਕ ਹੈ, ਪਰ ਖੇਤ ਦਾ ਨਾ ਭਰੋਸਾ ਨਹੀਂ ਕਰਦਾ। ਪੈਸੇ ਤਾਂ ਬਥੇਰੇ ਕਮਾਏ ਉਹਨੇ, ਪਰ ਐਵੇਂ ਨੀ ਬਿਮਾਰ ਹੋਣ ਤੇ ਜਵਾਕ ਡਾਕਟਰ ਕੰਨੀ ਜਾਣ ਦੀ ਥਾਂ ਸੰਦੂਕਾਂ ਕੰਨੀ ਭੱਜੇ। ਬਾਈ ਬੁੜੀ ਕੁਛ ਜ਼ਿਆਦਾ ਹੀ ਤੇਜ਼ ਹੈ। ਘਰ ਬਾਰ ਚੰਗਾ, ਆਪਣੇ ਨਾਲੋਂ ਜ਼ਮੀਨ ਵੀ ਚੰਗੀ ਹੈ ਕਿ ਨਹੀਂ? ਕੁੜੀ ਮੌਜਾਂ ਕਰੂ ਆਪਣੀ। ਗੁੱਡੀ ਤੇਰੀ ਹੈ ਭਾਈ? ਨਹੀਂ ਜੀ, ਮੈਂ ਤਾਂ ਬੈਚੂਲਰ ਹਾਂ ਜੀ। ਕੀ ਕਿਹਾ? ਮੇਰਾ ਮਤਲਬ ਤਾਇਆ ਤਾਂ ਸਾਡਾ ਛੜਾ ਜੀ, ਮੇਰੀ ਭੈਣ ਹੈ ਜੀ। ਬਾਪੂ ਨੂੰ ਕੰਮ ਸੀ, ਬਾਪੂ ਆ ਨਹੀਂ ਸਕਿਆ। ਅੱਛਾ, ਮੇਰਾ ਵੀ ਭਾਣਜਾ ਹੈ, ਉਹਨੇ ਵੀ ਨਹੀਂ ਕਰਾਇਆ, ਅਲੱਛਣ ਮਾੜੇ ਸੀ। ਨਹੀਂ ਜੀ ਨਹੀਂ, ਇਹੋ ਜੀ ਤਾਂ ਕੋਈ ਗੱਲ ਨਹੀਂ ਜੀ, ਮੈਂ ਤਾਂ ਇੱਧਰ ਠੀਕ ਹੈ ਜੀ। ਗੁੱਸਾ ਨਾ ਕਰੀ ਭਾਈ, ਆਪ ਤਾਂ ਤੂੰ ਪੁੱਠੇ ਤਵੇ ਵਰਗਾ, ਕੁੜੀ ਦੁੱਧ ਚਿੱਟੀ ਪਾਲਦਾ ਹੋਏਗਾ। ਜਿਹੜੀਆਂ ਗੱਲਾਂ ਤੂੰ ਕਰਕੇ ਲੈ ਕੇ ਆਇਆ ਸੀ, ਓਡੀ ਗੱਲਬਾਤ ਮੈਨੂੰ ਦੀਂਦੀ ਨਹੀਂ। 38 ਕਿੱਲੇ ਆਂਦਾ ਸੀ ਤੂੰ, ਕਿਤੇ ਵਿੱਚ ਪਸ਼ੂਆਂ ਵਾਲੇ ਕਿੱਲੇ ਤਾਂ ਨਹੀਂ ਗਣਾਈ ਜਾਂਦਾ? ਪਹਿਲਾਂ ਜਿਹੜੀ ਨਾ ਘਰੇ ਜੇ ਆ ਗਿਆ ਜੀ ਮੁੰਡਾ, ਸੀ ਹੋੜ ਦੇ ਫਕਾਰੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ। ਕਿਵੇਂ ਸੱਦਾ ਬੇਬੇ? ਝੋਟਾ ਲੈਣਾ ਇਹਨੇ? ਉਹ ਬਾਈ ਜੀ ਵੇਚਣਾ ਨਹੀਂ ਹੈਗਾ ਅਸੀਂ। ਨਹੀਂ ਪੁੱਤ, ਰਿਸ਼ਤੇ ਨੂੰ ਆਏ ਨੇ ਤੇਰੇ। ਇਹ ਹੈ ਜੀ ਮੁੰਡਾ, ਦੇਖ ਲਓ ਤੁਹਾਡੇ ਸਾਹਮਣੇ ਤੁਰ ਕੇ ਲੰਗ ਲੁੰਗ ਵੀ ਨਹੀਂ ਮਾਰਦਾ, ਬਾਕੀ ਬੋਲਦਾ ਤੁਸੀਂ ਸੁਣੀ ਲਿਆ। ਜੇ ਉਂਗਲਾਂ ਗਲਾਂ ਗਿਣਨੀਆਂ ਨੇ ਤਾਂ ਗਿਣ ਸਕਦੇ ਹੋ, ਵੈਸੇ ਪੂਰੀਆਂ। ਦੇਖ ਲਓ ਦੇਖ ਲਓ, ਤੇ ਕੁੜੀ ਦੀ ਫੋਟੋ ਵੀ ਤਾਂ ਦਿਖਾਓ ਸਾਨੂੰ। ਉਹ ਨਹੀਂ ਬੇਬੇ, ਆਪਾਂ ਵੀ ਤਾਂ ਤਿੰਨ ਕੁੜੀਆਂ ਵਹੀਆਂ ਨੇ, ਐਵੇਂ ਕਿਸੇ ਦੀ ਧੀ ਭੈਣ ਦੀ ਫੋਟੋ ਵਹਿੰਦੇ ਚੰਗੇ ਲੱਗਦੇ ਆ? ਕਿੰਨੇ ਵਧੀਆ ਬੰਦੇ ਨੇ, ਕੁੜੀ ਵੀ ਇਹਨਾਂ ਦੀ ਇਹਨਾਂ ਵਰਗੀ ਹੋਊਗੀ। ਬਾਕੀ ਵੇਖੋ ਜੀ, ਰੰਗ ਤਾਂ ਦੋ ਹੀ ਹੁੰਦੇ ਨੇ, ਚਿੱਟਾ ਤੇ ਕਾਲਾ, ਰੰਗ ਤਾਂ ਕੀ ਚੱਟਣਾ। ਬਾਕੀ ਜਿਵੇਂ ਤੁਹਾਨੂੰ ਵੱਡਿਆਂ ਨੂੰ ਠੀਕ ਲੱਗੇ, ਠੀਕ ਹੈ ਜੀ। ਵਾਹ ਵਾਹ, ਠੀਕ ਹੈ। ਆ ਲਓ ਕਾਕਾ ਜੀ ਸ਼ਗਨ। ਮਾਂ ਜੀ, ਅਸੀਂ ਮੁੰਡਾ ਰੋਕ ਲਿਆ, ਅਖੀਰਲੀ ਗੱਲ ਜਿਹੜੀ ਮੁੰਡੇ ਨੇ ਕਹੀ ਨਾ, ਮੈਨੂੰ ਧਰਮ ਨਾਲ ਕੀਲ ਕੇ ਰੱਖਤਾ। ਹੁਣ ਜਦੋਂ ਤੁਹਾਡਾ ਜੀ ਕਰੇ ਤੁਸੀਂ ਆ ਜਾਓ, ਸਾਨੂੰ ਮੁੰਡਾ ਪਸੰਦ ਹੈ। ਕਿਉਂ ਬਈ? ਬਿਲਕੁਲ ਹਾਂ, ਮੁੰਡੇ ਨੇ ਤਾਂ ਇੰਨੀ ਸੋਹਣੀ ਗੱਲ ਕਰ ਦਿੱਤੀ,
ਹੁਣ ਅਸੀਂ ਤਾਂ ਸਿੱਧਾ ਸ਼ਗਨ ਪਾਉਣੀ ਆਵਾਂਗੇ। ਠੀਕ ਹੈ ਜੀ, ਠੀਕ ਹੈ ਜੀ, ਤੁਸੀਂ ਬੁੱਧਵਾਰ ਦਾ ਦਿਨ ਰੱਖ ਲਓ। ਹਾਂ ਠੀਕ ਹੈ, ਬੁੱਧਵਾਰ ਜਿਵੇਂ ਤੁਹਾਡਾ ਹੁਕਮ ਸਿਰ ਮੱਥੇ ਜੀ। ਆ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਵਧਾਈਆਂ। ਅੱਛਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੂੰ ਕਿੱਧਰ ਪੁੱਤ? ਇੱਕ ਮਿੰਟ ਮੇਰੀ ਗੱਲ ਸੁਣ, ਇੱਥੇ ਬੈਠ ਮੇਰੇ ਕੋਲੇ। ਉਮਰ ਤਾਂ ਤੇਰੀ ਹੱਸਣ ਖੇਡਣ ਦੀ ਹੈ, ਕੋਈ ਗੱਲ ਨਹੀਂ, ਬਥੇਰਾ ਹੱਸ ਲਿਆ ਖੇਡ ਲਿਆ। ਵਿਆਹ ਤਾਂ ਆਪਣੇ ਖਾਨਦਾਨ 'ਚ ਕਰਾਉਣਾ ਚੰਗਾ ਹੁੰਦਾ ਹੈ। ਦੇਖੀ ਮੁਕਰੀ ਨਾ ਮੇਰਾ ਪੁੱਤ। ਨਹੀਂ ਮੁਕਰਦਾ, ਨਹੀਂ ਮੁਕਰਦਾ, ਪੱਕਾ ਨਹੀਂ। ਮੈਂ ਸੱਦ ਕੇ ਜਾਵਾਂ ਮੇਰੇ ਪੁੱਤ ਤੋਂ। ਆ ਸੀ ਨਿੱਕੇ ਦੀ ਨਿੱਕੀ ਜੀ ਲਵ ਸਟੋਰੀ। ਮੈਂ ਪਿਆਰ ਕੀਤਾ ਤਾਂ ਦਿਲ ਨਾਲ, ਪਰ ਜਿੱਤਿਆ ਦਿਮਾਗ ਨਾਲ। ਆ ਚੱਲਿਆ ਯੱਟ ਮੁੰਦਰੀ ਪਾਉਣ। ਨਿੱਕੇ ਪੁੱਤ, ਤੇਰੇ ਸਹੁਰੇ ਦਾ ਘਰ ਆ ਗਿਆ। ਓਏ ਉੱਠ ਜਾ, ਉੱਠ ਜਾ ਓਏ। ਬਹੁਤ ਚੰਗਾ ਕੀਤਾ ਜੀ। ਹੋਰ ਸੁਣਾਓ, ਤੁਸੀਂ ਠੀਕ ਰਹਿੰਦੇ ਹੋ? ਬਸ ਠੀਕ ਹੀ ਰਹਿੰਦੇ ਹਾਂ। ਠੀਕ ਤਾਂ ਕਾਹਦਾ ਭਾਈ, ਇਹੋ ਜਿਹਾ ਹੀ ਹੈ। ਊਂ ਤਾਂ ਪਿੰਡ ਦਾ ਜੈਲਦਾਰ ਵੱਜਦਾ ਹੈ, ਪਰ ਨਾ ਦਿਨੋਂ ਦਿਨ ਨਿਗਰਦਾ ਹੀ ਜਾਂਦਾ। ਆਹੋ ਜੀ, ਜਵਾਨੀ ਪਹਿਰੇ ਤਾਂ ਸੁੱਖ ਨਾਲ ਜੈਲਦਾਰ ਸਾਹਿਬ ਹੀ ਘੁਲਦੇ ਰਹੇ ਨੇ, ਬਸ ਆ ਥੋੜਾ ਜਿਹਾ ਸ਼ੁਕਰ ਕਰਕੇ ਹੀ ਸੁੰਗੜ ਗਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੋਨੋਂ ਇੱਕ ਦੂਜੇ ਨੂੰ ਜਾਣਦੇ ਹੋ? ਹਾਂ ਵੀਰੇ, ਆ ਤਾਂ ਮੇਰੇ ਕਾਲਜ ਪੜ੍ਹਦਾ ਆ। ਲੈ ਪੁੱਤ, ਆ ਤਾਂ ਬਾਹਲੇ ਚੰਗਾ ਹੋਇਆ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ। ਐ ਬਣਦੇ ਰੱਬ ਨਾਲ ਸਬੱਬ, ਤੇਰੀਆਂ ਤੂੰ ਹੀ ਜਾਣਦਾ ਤਿਆ। ਆ ਜਾ ਪੁੱਤ, ਤੂੰ ਮੇਰੇ ਕੋਲੇ ਆ ਕੇ ਬੈਠ। ਤੂੰ ਉੱਠ ਵੇ, ਉੱਠ ਗਿਆ ਕੰਮ ਸ਼ੁਰੂ। ਆ ਜਾ ਪੁੱਤ। ਇਹਦੇ ਨਾਲ ਹੀ ਤਾਂ ਰਿਸ਼ਤਾ ਕਰਨਾ ਤੁਹਾਡਾ। ਅੱਛਾ, ਮੈਂ ਸੋਚਿਆ ਇਹੀ ਕੁੜੀ ਹੈ। ਨਹੀਂ ਨਹੀਂ ਮਾਂ ਜੀ, ਇਹ ਤਾਂ ਛੋਟੇ ਦੀ ਕੁੜੀ ਹੈ, ਪੜ੍ਹਦੀ ਹੈ ਹਾਲੇ। ਰਿਸ਼ਤਾ ਤਾਂ ਅਸੀਂ ਬਲਵਿੰਦਰ ਬਾਈ ਦੀ ਕੁੜੀ ਦਾ ਕਰਨਾ। ਬੇਬੇ ਮੈਂ ਨੀ ਕਰਾਉਣਾ ਇਹਦੇ ਨਾਲ। ਤੇਰਾ ਤਾਂ ਪਿਓ ਹੀ ਕਰਾਊਗਾ ਨਾ, ਕੀ ਹੋਇਆ ਕੁੜੀ ਨੂੰ? ਚੰਗੀ ਭਲੀ ਕੁੜੀਆਂ ਵਰਗੀ ਕੁੜੀ ਹੈ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ, ਤੂੰ ਹੀ ਭੰਗਦਾ ਸੀ ਫੋਟੋ ਦਾ ਕੀ ਕਰਨਾ? ਅਖੇ ਰੰਗ ਤਾਂ ਦੋ ਹੀ ਹੁੰਦੇ ਨੇ, ਰੰਗ ਨੂੰ ਕੀ ਚੱਟਣਾ। ਕੀ ਕਹਿੰਦੇ ਆ ਕਾਕਾ ਜੀ? ਕੁਛ ਨੀ ਕੁਛ ਨੀ ਭਾਈ, ਕਹਿੰਦਾ ਛੇਤੀ ਕਰੋ, ਆਪਾਂ ਨਾ ਚਾਹ ਪਾਣੀ ਪਿੱਛੋਂ ਪਹਿਲਾਂ ਸ਼ਗਨ ਪਾਉਣੀ ਆ। Thank you.
ਓ ਕਿੱਡੀ ਤੁਹਾਨੂੰ ਅੱਗ ਲੱਗੀ ਓ ਪੌਪਕਾਰਨਾਂ ਦੀ। ਇੱਧਰ ਜਵਾਕ ਦਾ ਘਰ ਉੱਜੜ ਗਿਆ, ਕੋਈ ਨਾ ਕਰੋ ਇੰਜੋਏ। ਬਾਪੂ ਹਾਂ, ਮੈਂ ਉੱਥੇ ਵਿਆਹ ਨਹੀਂ ਕਰਾਉਣਾ। ਹਾਂ ਬਾਪੂ, ਕੁਛ ਵੀ ਹੋ ਜਾਏ ਮੈਂ ਨਹੀਂ ਵਿਆਹ ਕਰਾਉਣਾ। ਹਾਂ ਗੱਡੀ ਰੋਕ, ਉਲਟੀ ਆਉਂਦੀ ਹੈ, ਗੱਡੀ ਰੋਕ ਓਏ। ਬੀਬੀ ਹਾਂ, ਨਿੱਕਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਮੈਨੂੰ ਕੀ ਦੱਸਦਾ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਸ਼ਾਂਤੀ ਨਾਲ ਵਿਆਹ ਕਰਾਉਣ ਫਿਰਦਾ। ਤੂੰ ਇੱਥੇ ਰੌਲਾ ਨਾ ਭਾਈ, ਘਰੇ ਜਾ ਕੇ ਗੱਲ ਕਰਦੇ ਹਾਂ। ਠੀਕ ਹੈ ਬੀਬੀ, ਵਿਆਹ ਸ਼ਾਂਤੀ ਨਾਲ ਹੋਣਾ ਚਾਹੀਦਾ, ਰੌਲਾ ਬਾਗਾ ਕੀ ਲੈਣਾ। ਫਿਰ ਤੈਨੂੰ ਤੇਰੇ ਤੈਨੂੰ ਕਦੋਂ ਅਕਲ ਆਊਗੀ ਜੇ ਵਜੇ ਤੋਂ। ਵੱਡੀ ਪੁੱਤਾਂ ਵਾਲੀ ਦੇਖ ਲੈ ਕੀ ਰੰਗ ਲਾਉਂਦਾ ਫਿਰਦਾ, ਇੱਕ ਆ ਡੁੰਨ ਬੱਟਾ ਬਣੇ ਬੈਠਾ। ਤੇਰਾ ਬਾਪੂ ਵੀ ਲੋਲਾ ਹੀ ਆਇਆ। ਹੋਰ ਯਾਰ, ਲਾਇਆ ਸ਼ਿਕਾਇਤ? ਚਲੋ ਆ ਤਾਂ ਸੋਹਣਾ ਕੰਮ ਕਰ ਆਏ, ਮੈਨੂੰ ਪਹਿਲਾਂ ਹੀ ਪਤਾ ਸੀ। ਚੱਲ ਤੂੰ ਤੋਰ ਲੈ ਹੁਣ ਕਿ ਤੂੰ ਹਾਰ ਪਾਉਣੇ ਆ। ਕਮਾਲ ਹੈ, ਪਿਆ ਮੇਰੇ ਪਿੱਛੇ ਸੀ, ਰਿਸ਼ਤਾ ਭੈਣ ਦੇ ਨਾਲ ਕਰਾ ਗਿਆ। ਮਨਰਾਜ ਕਿਵੇਂ ਸੀ ਮੁੰਡਾ? ਠੀਕ ਸੀ, ਸਵਾਹ ਠੀਕ ਸੀ। ਤੈਨੂੰ ਪਸੰਦ ਹੈ ਨਾ ਤਾਂ ਤੂੰ ਹੀ ਕਰਾ ਲੈ, ਹੱਦ ਹੈ ਤਾਏ ਦੀ ਵੀ। ਭਾਬੀ ਤੈਨੂੰ ਕਿਵੇਂ ਲੱਗਾ ਤੂੰ ਦੱਸ? ਜਾਓ ਪਰ ਜੀ ਕਰਤਾ, ਹੋਰ ਪਤਾ ਨਹੀਂ ਤੈਨੂੰ ਕੀ ਚਾਹੀਦਾ। ਇੰਨਾ ਸ਼ੁਦਾਈ ਕੋਈ ਕਿਵੇਂ ਹੋ ਸਕਦਾ, ਪਾਗਲ ਜਿਹਾ। ਹੁਣ ਕੀ ਕਰੂੰ? ਇੱਥੇ ਕੀ ਪਾਲਦਾ? ਸਪਰੇ ਕਿੱਥੇ ਹੈ? ਮਰਨਾ ਮੈਂ। ਚੱਲ ਪੀ, ਛੇਤੀ ਕਰ ਕੰਮ ਨਿਬੇੜ, ਸਾਡੇ ਕੋਲ ਵਾਧੂ ਟਾਈਮ ਹੈ ਨੀ, ਮਿੰਟ ਲਾ। ਚੱਲ ਚੱਕ। ਮੈਂ ਤੈਨੂੰ ਐਡਾ ਵੱਡਾ ਇਸ ਕਰਕੇ ਕੀਤਾ ਕਿ ਸਾਡੇ ਸਿਰ ਚ ਖੇ ਪਾਵੇ? ਕੀ ਲੱਛਣ ਫੜੇ ਨੇ ਮਾਂ ਪੁੱਤ ਨੇ? ਬੀਜੀ ਮੈਂ ਕੀ ਕੀਤਾ? ਮੇਰੇ ਸਾਹਮਣੇ ਬੋਲਦੀ ਹੈ? ਮੈਂ ਤੇਰੇ ਜਵਾਨ ਹੈ ਨੀ। ਤੂੰ ਚੁੱਪ ਕਰ ਪੁੱਤਰ, ਤੂੰ ਜਾ ਕੇ ਮੇਰੇ ਲਈ ਥੋੜੀ ਚਾਹ ਬਣਾ ਕੇ ਲਿਆ, ਮੇਰਾ ਅੱਗੇ ਸਿਰ ਦੁਖਦਾ ਪਿਆ। ਤੇਰਾ ਵਿਹਲੇ ਦਾ ਸਿਰ ਦੁਖਦਾ, ਘਰ 'ਚ ਇੰਨਾ ਕਲੇਸ਼ ਛੜਿਆ ਹੋਇਆ, ਤੈਨੂੰ ਚਾਹ ਦੀ ਅੱਗ ਲੱਗੀ ਪਈ ਹੈ? ਮੇਰੇ ਸੰਗ ਜੋ ਪਾਣੀ ਦੀ ਘੁੱਟਣੀ ਗਈ। ਪੀ ਲੈ ਹੁਣ, ਪੀ ਲੈ। ਕਿਹਨੂੰ ਉਡੀਕਦਾ ਹੁਣ ਤੂੰ? ਝਾਕਦਾ ਹੁਣ ਬਿਟਰ ਬਿਟਰ। ਚੰਗਾ ਜੀ, ਮੈਂ ਚੱਲਦਾ ਫਿਰ। ਕਿੱਥੇ? ਮੇਰੇ ਭਾਪੇ ਦਾ ਫੋਨ ਆਇਆ ਸੀ ਜੀ ਘਰੋਂ। ਭਾਪੇ ਨੇ ਇੱਥੇ ਸੱਦ ਲੈ, ਤੂੰ ਓਨਾ ਚਿਰ ਨਹੀਂ ਜਾਏਗਾ ਜਿੰਨੀ ਦੇਰ ਤੱਕ ਮੁੰਡਾ ਵਿਆਹ ਲਈ ਰਾਜੀ ਨਹੀਂ ਹੁੰਦਾ। ਮੇਜਰਾ ਚੱਕ ਕੇ ਰੱਖ ਇਹਨੂੰ, ਸਪਰੇਹਾਂ ਪੀਣੀਆਂ ਕੋਈ ਸੌਖੀਆਂ ਨੇ? ਤੇਰਾ ਵਿਆਹ ਉਸੇ ਘਰ ਚ ਹੋਊਗਾ। ਬੇਬੇ ਮੈਂ ਕੁਝ ਹੋਰ ਸੋਚਿਆ ਸੀ, ਉਹ ਗੱਲ ਨਹੀਂ। ਮੈਨੂੰ ਪਤਾ ਹੈ ਤੇਰੀਆਂ ਸੋਚਾਂ ਕਿਹੜੀਆਂ ਨੇ। ਬੇਬੇ ਤੁਹਾਨੂੰ ਕੁਝ ਨਹੀਂ ਪਤਾ, ਤੁਹਾਨੂੰ ਮੈਂ ਦੱਸਦਾ। ਉਹ ਤੂੰ ਉੱਤੇ ਚਵਾਰੇ ਚ ਜਾ, ਮੈਂ ਗੱਲ ਕਰਦਾ। ਬੇਬੇ ਜਦੋਂ ਨਵਾਂ ਨਵਾਂ ਬੈਠ ਕੇ ਗੱਡੀ 'ਚ ਜੋੜੀਦਾ ਨਾ ਤਾਂ ਟਪੂਸੀਆਂ ਤਾਂ ਮਾਰਦਾ ਹੀ ਹੁੰਦਾ, ਨਾਲੇ ਮੈਨੂੰ 5 ਤੋਲੇ ਦਾ ਕੜਾ ਕਾਹਦੇ ਵਾਸਤੇ ਪਾਉਣਾ ਤੁਸੀਂ? ਮੈਂ ਆਪੇ ਸਮਝਾਉਂ। 5 ਤੋਲੇ ਨਾ ਕਿਤੇ 32 ਤੋਲੇ, ਮੈਂ ਅੱਧੇ ਤੋਲੇ ਦੀ ਛਾਂ ਪਾਉ ਬਸ। ਮੁੰਡੇ ਨੂੰ ਜਿਵੇਂ ਮਰਜ਼ੀ ਬਣਾ, ਇੱਕ ਗੱਲ ਦਾ ਧਿਆਨ ਰੱਖੀ, ਜੇ ਮੁੰਡੇ ਨੇ ਸਪਰੇ ਪੀਣੀ ਨਾ ਤਾਂ ਤੇਰੇ ਸੰਗ 'ਚ ਮੈਂ ਸੁੱਟੂ ਗਲਾਸ ਭਰ ਕੇ। ਸਤ ਬਚਨ ਜੀ, ਕਿਹੋ ਜਿਹੇ ਨੇ ਉਹ ਤੁਹਾਡੇ ਘਰ ਦੇ? ਸਮਝਾਉਂਦਿਆਂ ਸਮਝਾਉਂਦਿਆਂ ਨੂੰ ਰਾਤ ਪੈਣ ਵਾਲੀ ਹੋ ਗਈ। ਇੱਕ ਆ ਤੁਹਾਡੀ ਬੁੜੀ ਜਦੋਂ ਬਣਾ ਕੇ ਚੂੰਗੜੇ ਵਰਗਾ ਮੂੰਹ ਬੋਲਦੀ ਹੈ ਨਾ, ਮਾੜੇ ਬੰਦੇ ਦਾ ਦਿਲ ਫਟ ਜੇ। ਤੇ ਤੂੰ ਉਹਨਾਂ ਨੂੰ ਕੀ ਦੱਸਣ ਲੱਗਿਆ ਸੀ? ਕਾਕਾ ਜੀ ਹੋਸ਼ ਕਰੋ, ਵਿਆਹ ਕਰਾ ਰਹੇ ਹੋ, ਕੋਈ ਸਬਜ਼ੀ ਮੰਡੀ 'ਚ ਨਹੀਂ ਖੜੇ। ਛਾਂਟ ਕੇ ਜੇ ਕਹਿ ਦੋਗੇ ਵੀ ਆ ਕੱਚੇ ਜੇ ਕੱਦੂ 2 ਕਿਲੋ ਤੋਲ ਦੇ। ਉਦੋਂ ਬੜੀ ਗੁੱਠ ਵਾਲੀ ਪੱਗ ਬੰਨ ਕੇ ਵਿਚੋਲਾ ਬਣ ਕੇ ਜਾਵੜਿਆ ਸੀ, ਫੋਟੋ ਨਹੀਂ ਸੀ ਦੇਖ ਸਕਦਾ? ਤੂੰ ਦੇਖ ਲੈਂਦਾ, ਨਾਲੇ ਵਿਚੋਲੇ ਨੂੰ ਸਾਡਾ ਕੋਈ ਖਾਂਦਾ ਨਹੀਂ ਪੇਸ਼ਾ ਇਹ। ਮੈਂ ਤਾਂ ਇੱਕ ਮੋਬਾਈਲ ਦੇ ਲਾਲਚ ਨੂੰ ਮੋਰੇ 'ਚ ਲੱਤ ਫਸਾ ਬੈਠਾ, ਉਹ ਮੈਨੂੰ ਨਹੀਂ ਚਾਹੀਦਾ ਭਰਾਵਾ ਤੇਰਾ ਐਪਲ ਉੱਪਲ, ਮੈਨੂੰ ਤਾਂ ਨੋਕੀ ਸੱਪ ਵਾਲਾ ਠੀਕ ਹੈ। ਬਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਯਾਰ, ਮੈਂ ਤਾਂ ਨਹੀਂ ਬਚਣਾ ਹੈ। ਤੁਹਾਡੀ ਬੁੜੀ ਤਾਂ ਖੰਗਰ ਵਰਗਾ ਪੱਕਾ ਮਨ ਬਣਾਈ ਬੈਠੀ ਹੈ, ਉਹ ਤਾਂ ਨਹੀਂ ਟੁੱਟਦਾ। ਅਤੇ ਕੁੜੀ ਵਾਲਿਆਂ ਦੀ ਇੱਜ਼ਤ ਦਾ ਸਵਾਲ ਹੈ,
ਲਵੀ ਜੇ ਕੁੜੀ ਜਵਾਬ ਦੇ ਦੇ ਫੇਰ ਬਈ ਓਏ ਹਾਂ ਆਹ ਗੱਲ ਤੇਰੀ ਠੀਕ ਹੈ ਤੂੰ ਐਂ ਕਰ ਕੁੜੀ ਨੂੰ ਬੁਲਾ ਉਹਦੇ ਨਾਲ ਲੱਛਣ ਲੋਛਣ ਕਰ ਕੌਫੀ ਕੂਫੀ ਡੋਲ ਭਰਾਵਾ ਜਿਵੇਂ ਮਰਜ਼ੀ ਕਰ ਮੇਰੀ ਮੋਰੇ ਚ ਲਤਕਦਾ ਹੇ ਸੱਚੇ ਪਾਤਸ਼ਾਹ ਮੇਰੇ ਪੋਤੇ ਨੂੰ ਸਮਰਥ ਦੇ ਜਿੱਥੇ ਕਹਾਂ ਉੱਥੇ ਵਿਆਹ ਕਰਾ ਲੈ ਵਾਹਿਗੁਰੂ ਤੂੰ ਕਿੱਧਰ ਨੂੰ ਚੱਕਿਆ ਵਾਈਫ ਨੂੰ ਮਿਲਣ ਜਾ ਰਿਹਾ ਆਪਣੇ ਨੂੰ ਕੀ ਉਹ ਜਾਣੀ ਜੇ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਮਿਲਣ ਚੱਲਿਆ ਬਸ ਆਹੀ ਕਸਰ ਰਹਿ ਗਈ ਸੀ ਸੁਣ ਲੈਣੀ ਵੱਡੀ ਐ ਸਚਿਆਰ ਨੇ ਨਾ ਤੇਰਾ ਪਿਓ ਮਿਲ ਗਿਆ ਉਹ ਵਿਆਹ ਤੋਂ ਪਹਿਲਾਂ ਤੇਰੀ ਮਾਂ ਨੂੰ ਤੇ ਆ ਜਿਹੜਾ ਮੇਰੇ ਪੇਸ਼ ਪਿਆ ਇਹ ਮਿਲਣਾ ਸੀ ਵਿਆਹ ਤੋਂ ਪਹਿਲਾਂ ਮੈਨੂੰ ਕੀ ਲੱਛਣ ਫੜੇ ਨੇ ਆ ਪਾਣੀ ਫਿਰ ਕਰਾਉਣਾ ਵਿਆਹ ਵਿਊ ਇਹ ਸਭ ਤੇਰੇ ਬਹਾਨੇ ਨੇ ਬਿਮਾਰੀ ਤੈਨੂੰ ਕੁਛ ਹੋਰ ਹੈ ਦੇ ਦੇਵੋ ਹੈਂ ਆ ਕੀ ਵੇ ਤੈਨੂੰ ਕੁਛ ਨਹੀਂ ਕਿਹਾ ਉਹ ਤਾਂ ਆਪਣੀ ਫੋਨ ਵਾਲੀ ਘਰ ਵਾਲੀ ਨੂੰ ਹਵਾਈ ਚੁੰਮੀ ਦਿੱਤੀ ਹੈ ਸ਼ਾਂਤੀ 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 ਹਾਂ ਬੇਬੇ ਖੜੀ ਪਿੱਛੇ ਹਾਂ ਖੜੀ ਆ ਅੱਖ ਚ ਵੇਖੀ ਕੀ ਪੈ ਗਿਆ ਦਿਖਾ ਵਾਹਿਗੁਰੂ ਵਾਹਿਗੁਰੂ ਕੁਛ ਨਹੀਂ ਆ ਕੁਛ ਨਹੀਂ ਆ ਕੁਛ ਨਹੀਂ ਨਹੀਂ ਚੰਗਾ ਫਿਰ ਚੰਗਾ ਸਤਿ ਸ਼੍ਰੀ ਅਕਾਲ ਬੇਬੇ ਕੀ ਗੱਲ ਕੱਲ ਬਹੁਤ ਰੌਲਾ ਪੈ ਰਿਹਾ ਸੀ ਤੁਹਾਡੇ ਘਰ ਇਹ ਸਾਰੇ ਬਾੜੇ ਤੇਰੇ ਪਾਏ ਹੋਏ ਨੇ ਭੋਲੀ ਭੋਲੀ ਫਿਰਦੀਆਂ ਨੀ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਡੁੱਬ ਜਾਣੀਏ ਤੈਨੂੰ ਸਾਡੇ ਹੀ ਘਰ ਮਿਲਿਆ ਸੀ ਸ਼ਾਂਤੀ ਲੱਸੀ ਪਵਾਲਾ ਕੁੜੇ ਆ ਜਾ ਆਹੋ ਭਰਦੇ ਡੋਲੂ ਆ ਜਿਹੜੀ ਮੀਸਣੀ ਜਿਹਨੂੰ ਤੂੰ ਤੜ ਤੜ ਕੇ ਲੱਸੀਆਂ ਪਾਉਂਦੀ ਫਿਰਦੀ ਆ ਨਾ ਇਹ ਤੇਰਾ ਘਰ ਦਾ ਬੁਣੂ ਫਿਰਦੀ ਆ ਨਿੱਕੇ ਦੇ ਮੰਗਣੇ ਦਾ ਮੂੰਹ ਮਿੱਠਾ ਨਹੀਂ ਕਰਾਉਣਾ ਤਾਂ ਨਾ ਸਹੀ ਗੁੱਸਾ ਕਿਉਂ ਕਰਦੀ ਐ ਲਓ ਕਰ ਲਓ ਗੱਲ ਬਿਸ਼ਰਮ ਦੀ ਡੁਲਗੀ ਦਾਲ ਆਖੇ ਅਸੀਂ ਡੋਲ ਡੋਲ ਖਾਂਦੇ ਆ ਜੈ ਵੱਡੇ ਦਾ ਜ਼ਮਾਨਾ ਹੀ ਬਾਲਾ ਮਾੜਾ ਆ ਗਿਆ ਬੇ ਮੇਜਰਾ ਕਿਉਂ ਬਾਂਗਾ ਦਿੰਦੀ ਰਹਿੰਦੀ ਐ ਕੀ ਹੋਇਆ ਤੁਹਾਡੀ ਬੁੜੀ ਨੂੰ ਚੁੱਪ ਕਰਨੀ ਬਾਲਾ ਨਾ ਬੋਲ ਲੈ ਮੱਖਣ ਵੀ ਪਾਤਾ ਬੇ ਉਰੇ ਆ ਛੇਤੀ ਆਇਆ 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 ਬੀਬੀ ਜਦੋਂ ਨਿੱਕਾ ਅੰਦਰ ਬਾਹਰ ਜਾਵੇ ਨਾ ਤੂੰ ਸ਼ਾਂਤੀ ਤੇ ਅੱਖ ਰੱਖਣੀ ਐ ਬੀਬੀ ਜੇ ਤੂੰ ਕਹਿਨੀ ਆ ਤੇ ਫਿਰ ਰੱਖ ਲੈਣਾ ਅੱਖ ਬੇ ਹੱਥ ਵੇ ਨਾ ਤੇਰੇ ਮੂਰੇ ਤੂੰ ਨਾ ਕੋਈ ਕਾਰਾ ਕਰਦੀ ਸ਼ਾਂਤੀ ਦੀ ਬਿੜਕ ਰੱਖਣੀ ਐ ਜੇ ਦੋਨੋਂ ਇਕੱਠੇ ਬਾਹਰ ਨਿਕਲੇ ਨਾ ਫਿਰ ਹੱਥ ਨਹੀਂ ਆਉਣੇ ਠੀਕ ਹੈ ਬੀਬੀ ਹਾਂਜੀ ਸਰ ਅੱਛਾ ਬਈ ਇੱਦਾਂ ਕਰ ਦੋ ਚਾਵਾਂ ਲੈ ਕੇ ਵੀਰ ਬਣ ਕੇ ਤੱਤੀਆਂ ਤੱਤੀਆਂ ਜੀਆਂ ਓਕੇ ਸਰ ਅੱਛਾ ਗੱਲ ਸੁਣ ਜੀ ਦੋ ਮੱਠੀਆਂ ਲੈ ਯਾਰ ਸਰ ਮੱਠੀਆਂ ਹੈ ਨਹੀਂ ਸਰ ਸੋਰੀ ਚੱਲ ਫਿਰ ਚਾਹ ਲਿਆ ਜਾ ਕੇ ਵੇਖੋ ਜੀ ਤਰੀਕਾਂ ਤਰੂਕਾਂ ਤੇ ਜਾਂਦੇ ਰਹੀਦਾ ਆਹ ਡੇਟਾਂ ਟੁੱਟਾਂ ਦਾ ਪਤਾ ਹਿਸਾਬ ਨਹੀਂ ਗਾ ਜੀ ਪਹਿਲੀ ਵਾਰੀ ਆਇਆ ਮੈਂ ਸੋਰੀ ਸਰ ਸੋਰੀ ਕੋਈ ਨਹੀਂ ਪਾਣੀ ਆ ਹਾਂਜੀ ਪਾਣੀ ਆ ਚਲੋ ਹੁਣ ਆਪਣਾ ਵਿਆਹ ਤਾਂ ਹੋਣੀ ਆ ਜੀ ਸੱਚ ਦੱਸਿਆ ਪਹਿਲਾਂ ਹੀ ਚੰਗਾ ਹੁੰਦਾ ਆਪਾਂ ਰਾਤ ਨੂੰ ਤਿੰਨ ਚਾਰ ਪੈਕ ਦੇਸੀ ਦੇ ਲਾ ਕੇ ਤਾਂ ਕਿਤੇ ਜਾ ਕੇ ਆਪਾਂ ਨੂੰ ਨੀਂਦ ਆਉਂਦੀ ਹੈ ਫੇਰ ਨਾ ਕਿ ਦੱਸਿਆ ਨਹੀਂ ਕੋਈ ਨਹੀਂ ਇੱਧਰ ਵੀ ਵੋੜਕਾ ਹੀ ਚੱਲਦੀ ਆ ਨਾਲੇ ਕੁੱਕੜ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਮੈਂ ਲੌਬਸਟਰ ਟਰਾਈ ਕੀਤਾ ਕੇਕੜਾ ਖਾਧਾ ਉਹ ਮੈਨੂੰ ਨਾ ਮੱਛੀ ਬੜੀ ਸਵਾਦ ਲੱਗਦੀ ਨਾਲੇ ਆ ਸੂਟ ਜੇ ਨਹੀਂ ਵਧੀਆ ਲੱਗਦੇ ਮੈਨੂੰ ਜੀਨਾਂ ਪਾਉਣੀਆਂ ਪਿਆ ਕਰਨੀਆਂ ਆ ਆ ਕੌਣ ਪਾਊਗਾ ਮੈਂ ਤੇ ਬਸ ਨਿੱਕਰਾਂ ਹੀ ਪਾਉਂਗੀ ਲੈ ਆ ਗਿਆ ਤੇਰਾ ਨੋਡੀ ਖਾਂ ਆ ਗਿਆ ਬੜਾ ਚਿਰ ਲਾਤਾ ਕਿਵੇਂ ਆ ਪੁੱਤ ਸਾਡੀ ਨੋ ਰਾਣੀ ਸ਼ਰਾਬਾਂ ਪੀਂਦੀ ਅਗਲੀ ਸਵੇਰੇ ਸ਼ਾਮੀ ਫਿਰ ਕੀ ਹੋਇਆ ਇਹਦੀ ਬੇਬੇ ਫੀਮ ਖਾਂਦੀ ਸੀ ਬੁੜੀ ਸਾਨੂੰ ਕੀ ਕਹਿੰਦੀ ਜਵਾਗੜੀ ਬੇਬੇ ਏਡੇ ਏਡੇ ਕੋਈ ਕੱਪੜੇ ਪਾਉਂਦੀ ਨਹੀਂ ਇਦੋਂ ਵੱਡੇ ਨਹੀਂ ਪਾਉਂਦੀ ਬੇਬੇ ਸੌਂ ਲੱਗੇ ਨਾਲੇ ਕਹਿੰਦੀ ਮੈਂ ਨਹੀਂ ਸੂਟ ਸਾਟ ਪਾਉਣੇ ਮੈਨੂੰ ਗਰਮੀ ਲੱਗਦੀ ਸੂਟਾਂ 'ਚ ਆ ਤੁਸੀਂ ਦੋਨਾਂ ਨੇ ਤਾਂ ਪਾਏ ਆ ਤੁਹਾਨੂੰ ਕਿਹੜਾ ਗਰਮੀ ਲੱਗਦੀ ਭਲਾ ਸਾਡੀ ਗੱਲ ਛੱਡ ਪੁੱਤ ਜਮਾਨੇ ਨਾਲ ਤੁਰਨਾ ਹੀ ਪੈਂਦਾ ਫਿਰ ਕੀ ਹੋਇਆ ਪਿੰਡ ਵਾਲਾਂ ਦਾ ਜੀ ਲਾਈ ਰੱਖੂਗੀ ਬੇਬੇ ਸ਼ਰਮ ਕਰ ਲੈ ਮਾੜੀ ਮੋਟੀ ਓਏ ਬਾਪੂ ਸਾਰਾ ਦਿਨ ਡੁੰਨ ਵੱਟਾ ਬਣਿਆ ਰਹਿਣਾ ਕਦੇ ਕੁਛ ਕਹਿ ਲਿਆ ਕਰ ਰੋਟੀ ਖਾ ਲਾ ਕੇ ਮੈਂ ਨਹੀਂ ਖਾਣੀ
ਖੇਸ ਸਵਾ ਖਾ ਕੇ ਆਇਆ ਹੁਣ ਸਾਨੂੰ ਚਾਰਦਾ ਮੈਂ ਤਾਂ ਇਹਦੇ ਪੋਤੜੇ ਧੋਣੀ ਰਹੀ ਹਾਂ ਭੋਲੇ ਓਏ ਭੋਲੇ ਓਏ ਕੁੜੀ ਕਾਹਦੀ ਹੈ ਵੀਰੇ ਬੰਬ ਹੈ ਬੰਬ ਨਿਰਾ ਪਟਾਕਾ ਪੂਰੀਆਂ 35 ਪੜੀ ਹੈ ਨਾਲੇ ਚੰਡੀਗੜ੍ਹ ਰਹਿੰਦੀ ਰਹੀ ਹੈ ਇੰਡੀਪੈਂਡੈਂਟ ਫਲੈਟ 'ਚ ਜਿੱਥੇ ਚਾਹੇ ਦੀ ਅੱਧੀ ਰਾਤ ਆਈ ਜਾਓ ਕੋਈ ਚੱਕਰ ਨਹੀਂ ਹੈ ਪੂਰਾ ਮੁੱਲ ਮੋੜਿਆ ਆਪਣੇ ਕੋਲ ਕਰਦਿਆਂ ਦੇ ਪੈਸੇ ਦਾ ਆਹੋ ਆਪਾਂ ਤਾਂ ਪਟਵਾਰੀ ਲੱਗੇ ਬੈਠਿਆ ਨਾ ਬਹੁਤ ਤਨਖਾਹਾਂ ਭੇਜਦਿਆਂ ਘਰਦਿਆਂ ਨੂੰ ਭੋਲੇ ਤੈਨੂੰ ਤਾਂ ਚੱਕਣੀ ਇਹ ਪਸੰਦ ਵੀ ਵਾਲੀਆਂ ਨੇ ਓਏ ਤੂੰ ਚਲਾ ਕੇ ਦੇਖਾਂ ਚੱਕਾ ਸ਼ਾਇਦ ਬਣ ਜੇ ਗੱਲ ਅੱਛਾ ਇਹੋ ਜਿਹਾ ਚੱਕਰ ਨਹੀਂ ਆ ਸੋਹਣੀ ਬਹੁਤ ਹੈ ਤੂੰ ਐਂ ਕਰ ਮੈਨੂੰ ਕੋਠੇ ਤੋਂ ਧੱਕਾ ਹੀ ਦੇ ਦੇ ਥੱਲੇ ਥੱਲੇ ਜਾਣਾ ਤਾਂ ਤੇਰੀ ਦਾਦੀ ਗੱਲ ਗੱਲ ਤੇ ਪਿਸਤੌਲ ਕੱਢ ਲੈਂਦੀ ਹੈ ਇਹੋ ਜਿਹੀ ਉਹ ਹੋਣੀ ਤੂੰ ਤਾਂ ਆਪਦੇ ਦਾਦੇ ਵਰਗਾ ਹਾਲ ਕਰਨਾ ਚਾਹੁੰਦਾ ਮੇਰਾ ਓਏ ਪਾਈਆ ਕਿਦਾਂ ਰਹਿ ਗਿਆ ਤੇਰਾ ਦਾਦਾ ਤੇਰੀ ਦਾਦੀ ਦੀਆਂ ਝਿੜਕਾਂ ਖਾ ਖਾ ਕੇ ਮੈਨੂੰ ਤਾਂ ਪੂਰਾ ਯਕੀਨ ਹੈ ਤੇਰੀ ਦਾਦੀ ਵੀ ਇਹਦੇ ਨਾਲ ਦੀ ਹੈ ਹੋਣੀ ਜਵਾਨੀ ਵੇਲੇ ਬਸ ਸਾਲੀ ਆਹੀ ਯਾਰੀ ਸੀ ਇੰਨਾ ਕੁ ਵੀ ਨਹੀਂ ਕਰ ਸਕਦਾ ਭਰਾ ਦੇ ਪਿਆਰ ਲਈ ਟੱਟੂ ਦਾ ਪਿਆਰ ਹੈ ਇਹ ਅਖੇ ਕੱਟੇ ਦਾ ਬਲਦ ਬਣੋਈਆ ਉਹ ਤਾਂ ਤੈਨੂੰ ਕਰਦੀ ਨਹੀਂ ਤੂੰ ਹੀ ਆਪਦੀਆਂ ਫੀਲਿੰਗਾਂ ਲਈ ਫਿਰਦਾ ਉਹਦੇ ਨਾਲ ਯਾਰ ਮੈਂ ਤਾਂ ਕਰਦਾ ਯਾਰ ਪਿਆਰ ਤਾਂ ਮੈਂ ਵੀ ਨੀਰੂ ਬਾਜਵਾ ਨੂੰ ਬਹੁਤ ਕਰਦਾ ਪਰ ਸਵਾਦ ਤਾਂ ਜੇ ਨੀਰੂ ਬਾਜਵਾ ਵੀ ਕਰੇ ਮੈਨੂੰ ਗੱਲ ਤਾਂ ਤੇਰੀ ਠੀਕ ਹੈ ਪਹਿਲਾਂ ਮਨਰਾਜ ਤੇ ਮੱਥਾ ਮਾਰ ਲਈ ਵੱਡੀ ਛੂਟ ਤੋਂ ਬਾਅਦ ਚਾਪੇ ਕਰ ਲਾਂਗੇ ਬੇਬੇ ਬੇਬੇ ਤੂੰ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੀ ਰਹੀ ਹੈ ਕਿਉਂ ਰਾਤ ਨਾ ਮੈਂ ਇੱਕ ਫਿਲਮ ਦੇਖੀ ਸੀ ਉਹਦੇ ਵਿੱਚ ਇੱਕ ਖੜੂਸ ਜੀ ਬੁੜੀ ਸੀ ਗੁਲਾਬੋ ਮਾਸੀ ਬਣੀ ਹੋਈ ਜੋ ਵੀ ਬੇਬੇ ਤੇਰੇ ਵਰਗੀ ਬੇ ਤੈਨੂੰ ਮੈਂ ਫਿਲਮਾਂ ਦੇਖਣ ਵਾਸਤੇ ਰੱਖਿਆ ਬੇਬੇ ਜਰਾ ਓ ਬੇਬੇ ਜਰਾ ਆਇਆ ਹਾਂਜੀ ਬੀਬੀ ਹਾਂਜੀ ਦਾ ਲੱਗਦਿਆ ਉਹ ਤੇਰਾ ਪਿਓ ਗਿਆ ਤੇਰੀ ਮਾਂ ਮਗਰ ਓ ਪਰ ਬੀਬੀ ਪਿਓ ਤਾਂ ਆ ਬੈਠਾ ਹਟੇ ਹੁਣ ਤੇਰੇ ਜਨ ਜਾਂਦੀ ਤੈਨੂੰ ਪਤਾ ਵੀ ਕਿੱਥੇ ਗਏ ਨੇ ਮੈਥੋਂ ਕਿਹੜਾ ਬੀਜਾ ਲਵਾ ਕੇ ਗਿਆ ਤੈਨੂੰ ਸਭ ਪਤਾ ਹੈ ਤੂੰ 100 ਕੁੱਤਿਆਂ ਦਾ ਕੁੱਤਾ ਹੈ ਮੈਂ ਤੇਰੇ ਮੂਹਰੇ ਹੱਥ ਜੋੜਦੀ ਆ ਇਹ ਰਿਸ਼ਤਾ ਸਿਰੇ ਚੜਾ ਦੇ ਨਹੀਂ ਤਾਂ ਪਹਿਲੀ ਗੋਲੀ ਮਾਰੂ ਮੈਂ ਤੇਰੀ ਬੁੜਬੁੜੀ ਚ ਦੂਜੀ ਮਾਰੂ ਮੈਂ ਆਪਦੇ ਮੇਰਾ ਨਾਂ ਦਲੀਪ ਕੌਰ ਹੈ ਮੈਂ ਨੱਕ ਮੜਾ ਕੇ ਨਹੀਂ ਜਿਉ ਸਕਦੀ ਮੁੰਡਿਆਂ ਨੂੰ ਜਮਾ ਸ਼ਰਮ ਨਹੀਂ ਕੁੜੀਆਂ ਦੇ ਮਗਰ ਭੱਜੇ ਹੀ ਭੱਜੇ ਫਿਰਦੇ ਨੇ ਆਕੜ ਵੀ ਬਣਾ ਮੈਨੂੰ ਮੈਨੂੰ ਉਠਾਈ ਜਰਾ ਕਿਤੇ ਤੈਨੂੰ ਮੈਂ ਗੋਦੀ ਦਾ ਚੱਕ ਲਾਂ ਆਪੇ ਖੜਾ ਹੋ ਜਾ ਬੂਹ ਮੈਂ ਮਰ ਜਾ ਕੱਟਾ ਚੁੰਘੀ ਜਾਂਦਾ ਕੁਝ ਨਹੀਂ ਪੁੱਤ ਹਾਂ ਹੌਸਲਾ ਰੱਖ ਪੁੱਤ ਰੱਬ ਦੇ ਲਿਖੇ ਨੂੰ ਕੌਣ ਟਾਲ ਸਕਦਾ ਹੁਣ ਆਹੀ ਆ ਜੋ ਉਹਨੇ ਲਿਖਿਆ ਚਾਚੇ ਨੂੰ ਕੀ ਹੋ ਗਿਆ ਜੀ ਆਇਆਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਉਹ ਲਿਆਓ ਵੀ ਕੋਈ ਚਾਹ ਪਾਣੀ ਕਰਾਂ ਪ੍ਰਾਹੁਣਾ ਆਇਆ ਆਪਣਾ ਨਹੀਂ ਜੀ ਬਸ ਮੈਂ ਤਾਂ ਕਾਲਜ ਚੱਲਿਆ ਸੀ ਮੈਂ ਸੋਚਿਆ ਮਨਰਾਜ ਨੂੰ ਵੀ ਨਾਲ ਹੀ ਲੈ ਚੱਲਾਂ ਵਿਚਾਰੀ ਗੱਲੀ ਕਿੱਥੇ ਬੱਸਾਂ ਹੀ ਧੱਕੇ ਖਾਊਗੀ ਤਾਇਆ ਜੀ ਮੈਂ ਬੱਸ ਤੇ ਹੀ ਠੀਕ ਹਾਂ ਉਹ ਪੁੱਤ ਬੱਸ ਨੂੰ ਕੀ ਹੈ ਆਪਣਾ ਹੀ ਮੁੰਡਾ ਕਿਹੜਾ ਉੱਪਰ ਹੈ ਜਵਾਈ ਹੈ ਆਪਣਾ ਹਾਂਜੀ ਨਾਲੇ ਤੁਹਾਨੂੰ ਤਾਂ ਪਤਾ ਹੀ ਹੈ ਜੀ ਅੱਜ ਕੱਲ੍ਹ ਦੀ ਮੰਡੀਰ ਦਾ ਐਵੇਂ ਕੁੜੀਆਂ ਨੂੰ ਵੇਖ ਕੇ ਪਿੱਛੇ ਪੈ ਜਾਂਦੇ ਆ ਆ ਜਾਓ ਜੇ ਲੇਟ ਹੋ ਗਏ ਤਾਂ ਕਲਾਸ ਮਿਸ ਹੋ ਜੂਗੀ ਹਾਂ ਹਾਂ ਮਨਰਾਜ ਬੈਠ ਪੁੱਤ ਹਾਂ ਹਾਂ ਠੀਕ ਤਾਂ ਕਹਿ ਰਹੇ ਜੀਜਾ ਜੀ ਜਾ ਮਨਰਾਜ ਚਲੀ ਜਾ ਤੂੰ ਹਾਂ ਹੁਣ ਵੀ ਤਾਂ ਬੈਠੀ ਹਾਂ ਨਾ ਚਿੱਟਾ ਨਾ ਕਾਲਾ ਕੋਈ ਵੈਲ ਨਹੀਂ ਪਤਾ ਇਕੱਲਾ ਕਹਿ ਰਿਹਾ ਮੁੰਡਾ ਮਾਪਿਆਂ ਦਾ ਨਾ ਕੋਈ ਦਰਾਣੀ ਨਾ ਜਠਾਣੀ ਨਾਲੇ ਪੰਜ ਸੱਤ ਕੁੜੀਆਂ ਪੱਕਾ ਗੋਡਿਆਂ ਸਿਰ ਦੇ ਕੇ ਰੋਂਦੀਆਂ ਹੁਣ ਵੀ ਮੈਂ ਤੇਰੇ ਪਿੱਛੇ ਹਾਂ ਯਾਰ ਦੱਸ ਕਮੀ ਕੀ ਹੈ ਮੇਰੇ 'ਚ ਹੋਣ ਵਾਲਾ ਜੀਜਾ ਤੂੰ ਮੇਰਾ ਹੁਣ ਬਾਲੀ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਆ ਲੈ ਮੈਂ ਇੱਡਾ ਸੋ ਲੰਘਾ ਮੈਂ ਨਾ ਤੇਰੀ ਭੈਣ ਨਾਲ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਮੈਂ ਵੇਖ ਲੂੰਗਾ ਜੋ ਹੁੰਦਾ ਤੁਹਾਡੇ ਤੋਂ ਕਰ ਲਿਓ ਤੇ ਨਾਲੇ ਦਾਜ ਲਈ ਤੰਗ ਕਰਾਂਗੇ ਲਹਿਦਾ ਨਾਲੇ ਤੀਜੇ ਦਿਨ ਝੋਲਾ ਚੱਕ ਕੇ ਤੋਰੂੰਗਾ ਮੈਂ ਲਾ ਲਿਓ ਹਿਸਾਬ ਸਾਰੇ ਟੱਬਰ ਨੂੰ ਟਿੰਡੀ ਵਾਲੇ ਵੀ ਤੇ ਨਾ ਨਾ ਚਾੜਦਾ ਮੈਨੂੰ ਵੀ ਫਿਰ ਤੁਸੀਂ ਨਿੱਕਾ ਨਾ ਕਿਓ ਮੋਟਰਸਾਈਕਲ ਰੋਕ ਮੈਂ ਕਹਿੰਦੀ ਰੋਕ ਮੋਟਰਸਾਈਕਲ
की समझदा अपने आप नू? साड़ी कोई इज्जत नहीं हैगी? मेरी भैन सिदरी तू बाला सियाणा है। मैं मजाक करदा सी यार। तेनू पंडित ने कहा सी मेरे घर रिश्ता लेके आउण लई? बोला पंडितां दा मुंडा ही वैसे, उन्हें दित्ती स्कीम। ज्यादा ड्रामा नहीं, हर चीज ना मजाक नहीं हुंदी। जे तू रिश्ता तोड़ देगा मेरी भैन की सोचूगी? नाले पिंड च की इज्जत रह जूगी साड़ी? मैं ना हाथ जोड़ दिया तेरे अगे, ऐदा दी गलती ना करी प्लीज। नाले हर चीज तेरी मर्जी ना नहीं होगी हुण। तू तो पतंदरा फिर जमी घोगा चित कराया है। मैं लगता तू दुनिया का पहला आशक होवेगा जड़ा अपनी मशूक की भैन नाल ब्याह कराऊगा। हुण तो तू अमृता विरक वांगू गीत गाउंदा फिरी। ओ मशूक मेरी साली बणगी। नहीं चल स्वाद गंजरा, मैं बर्फ च लग्या पिया यार। नहीं ढंग नाल गल करनी आउंदी, मैं की करां यार? प्यार तो सच्चा करदा कि नहीं? मैं करौनी आं तुहानूं सच्चा प्यार। प्यार ही जांदा मेरे प्यो दे कुछ लगदे हो? भाई जो गब्बर सिंह आ गया। की लक्षण करदे फिरदे ने? ਵਾਹਿਗੁਰੂ ਨਾ। ਹੁਣ ਤੂੰ ਕਿੱਧਰ ਨੂੰ ਤੁਰ ਪਿਆ? ਪੰਜਾਬ ਕਰਨ ਚੱਲਿਆ ਸੀ। ਸੂਰਜ ਖੜੇ ਨਹੀਂ ਜਾਇਆ ਜਾਂਦਾ ਤੇਰੇ ਤੋਂ? ਜੇ ਠੋਕਰ ਖਾ ਕੇ ਡਿੱਗ ਪਿਆ ਮੈਂ ਉਹ ਕਬੂਤਰ ਨੂੰ ਸਾਂਭੂਗੀ ਕਿ ਤੇਰਾ ਟਕੋਰਾ ਕਰਦੀ ਫਿਰੂੰਗੀ ਸਾਹਿਬ ਕਰਕੇ? ਇੱਕ ਤਪਾਉਣ ਵਾਲਾ ਮਰਿਆ ਨੀ, ਦੂਜਾ ਜਵਾਕ ਖੜਾ ਹੋ ਗਿਆ। ਮਾਰ ਲਈ ਮੈਂ ਇਹਨਾਂ ਨੇ। ओ फुफड़ा। किवें छड़ू? ठीक हां। भुआ किथे तेरी वे? तेरे वाली दा घरे सुत्ती पई आ। छोटी किथे? कॉलेज गई हुई आ। घरे ना दसो चंगा, चॉकलेट दूंगा आके। फुफड़ दे लक्षण ठीक नहीं लग रहे मैनू। चल मनराज, बस आ गई। एक मिनट। चलो भाई शेर पर रोने की सवारी ना बैठी रह जावे कोई। कता काली बड़ी रहती है यार। चल भाई चल तोर ला गाड़ी। ਮਨਰਾਜ ਗੱਲ ਤਾਂ ਸੁਣ ਲੈ। ਤੇਰੀ ਗੱਲਾਂ 'ਚ ਨਹੀਂ ਆਉਣ ਵਾਲੀ, ਮੈਂ ਅੱਜ ਦੀ ਕੁੜੀ ਹਾਂ। ਯਾਰ ਮੈਂ ਕਿਹੜਾ ਸਿੰਧੂ ਘਾਟੀ ਵੇਲਦਾ, ਮੈਂ ਵੀ ਤਾਂ ਅੱਜ ਦਾ ਹੀ ਹਾਂ। ਸਾਲੀ ਬਣ ਕੇ ਹੀ ਸੁਣ ਲਾ, ਘੜੀ 'ਤੇ ਵੇਖ ਕੇ ਇੱਕੋ ਮਿੰਟ ਬਸ। ਅੱਜ ਕੰਪਿਊਟਰ ਦੀ ਕਲਾਸ 'ਚ ਬਹੁਤ ਬੋਰ। ਮੈਂ ਵੀ ਯਾਰ। ਅੱਛਾ ਹਾਂ ਸੱਚ, ਭੈਣ ਦੇ ਸੂਟ ਪੜਨੇ ਬਾਜ਼ਾਰੋਂ, ਆਪਾਂ ਫੇਰ ਚੱਲਦੇ ਹਾਂ। ਹਾਂ ਕੋਈ ਰਿਕਸ਼ਾ ਕੀ ਭਾਈ? ਚੱਲ ਬੈਠ। ਖਿੱਚਦੇ ਵੀਰਾ ਬਣ ਕੇ ਭਜਾਲਾ। ਉਹ ਤੂੰ ਰਿਕਸ਼ਾ ਰੋਕ, ਮੈਂ ਪੈਸੇ ਨਹੀਂ ਦੇਣੇ। ਸਰਦਾਰਾ ਦੱਬੀ ਰੱਖ ਪੈਸੇ ਜਿਹਨੇ ਮਰਜ਼ੀ ਵੀਰਾ ਬਣ ਕੇ। ਤੂੰ ਰਿਕਸ਼ਾ ਰੋਕ ਯਾਰ, ਇੱਕ ਵਾਰੀ ਗੱਲ ਤਾਂ ਸੁਣ ਲੈ ਪਲੀਜ਼। ਪਲੀਜ਼ ਉੱਤਰ ਜਾ, ਕਿਉਂ ਜਲੂਸ ਕਢਾ ਰਿਹਾ? ਕੋਈ ਦੇਖ ਲੂਗਾ? ਸੋਹਣੀ ਜੋੜੀ ਕੌਣ ਨਹੀਂ ਦੇਖਦਾ? ਓਏ ਆਪਾਂ ਜੱਜਦੇ ਵਾਲੇ ਆ, ਨਾਲੇ ਤੂੰ ਲੋਕਾਂ ਤੋਂ ਫੜੀ ਲੈਣੀ ਆ। ਕਮਲੀਆ ਇੰਨਾ ਸੁਨੱਖਾ ਮੁੰਡਾ ਤੇਰੇ ਨਾਲ ਬੈਠਾ ਹੈ, ਹੋਰਾਂ ਨਿਗਾਹ ਉਹਦੇ ਤੇ ਵੀ ਮਾਰ ਲਾ। ਯਾਰ ਮੇਰਾ ਤਰੀਕਾ ਗਲਤ ਹੋ ਸਕਦਾ ਪਰ ਪਿਆਰ ਤਾਂ ਸੱਚਾ ਕਰਦਾ ਨਾ ਮੈਂ। ਮੈਨੂੰ ਪਤਾ ਤੇਰੇ ਘਰ ਰਿਸ਼ਤਾ ਨਹੀਂ ਸੀ ਭੇਜਣਾ ਚਾਹੀਦਾ, ਪਹਿਲਾਂ ਤੈਨੂੰ ਮਨਾਉਣਾ ਚਾਹੀਦਾ ਸੀ। ਓਏ ਅਸੀਂ ਜੱਟਾਂ ਨੇ ਤਾਂ ਇਹਦੇ ਨਾਲ ਹੀ ਜਾਣਾ ਹੁੰਦਾ, ਇਹਦੇ ਨਾਲ ਹੀ ਮਰ ਜਾਂਦੇ ਆ। ਕੋਈ ਨਾ ਸਗਲਾਬਾਂ ਵਾਂਗੂ ਕੰਡੇ ਨਹੀਂ ਨਾ ਹੁੰਦੇ, ਨਾ ਕੰਡ ਹੁੰਦੀ ਹੈ ਮਾੜੀ ਮਾੜੀ। ਪੜ੍ਹ ਲਾ ਯਾਰ ਪਲੀਜ਼। ਚੱਲ ਜੇ ਨਹੀਂ ਰੱਖਣੇ ਘਰ ਜਾ ਕੇ ਆਟੇ ਭਿਆਲੀ। ਬਣ ਗਈ ਗੱਲ ਵੀ, ਰੋਕ ਦੇ ਗੱਡੀ, ਨਹੀਂ ਰਿਕਸ਼ਾ। ਲੈ ਵੀ ਸਰਦਾਰਾ ਰੋਕ ਦੇ। ਧਿਆਨ ਰੱਖੀ ਨਹੀਂ ਸੱਚ
गुस्से रह भावे राजी रह लैनिया तेरे नाल लावा ही हाँ रीवन निकटाउना तेथों चल जा की कर दी है कुछ नहीं नहीं सिरे तेनु सच्ची मुंडा पसंद नहीं है पसंद दी गल नहीं है ऐ थोड़ी व्याह हुंदे घर दे तां अपने हिसाब नाल लगे हुए है कोई मुंडा होवे अपनी बुलेट ते तुहाडे अगे पिछे गेड़ी मारे चक्कर कट्टे पांच सात मुंडिया ना लड़े जिदे वास्ते तुहाडे तो बाद कुछ ना होवे तुहानू प्यार करे घरदिया दी मनो ना तो हमेशा थले ही लग के रहना पऊगा दाल लिया रोटी लिया ऐ जिंदगी रह जाती रोटी बना दे हुण चल चलने मैं आनी हेलो मनराज बोलती कौन मनराज मनराज हाँ जी हाँ जी गल करनी है तेरे मिल सकता आ गया पांच मिनट आ गया ले पोले पानी पिलाओ हट जाओ तेरी जाग तेरी थोड़ी बुड़ी नहीं टिकन दी सुत्ता पैनू तू खड़ जा आ सब ठीक नहीं है यार जो हो रहा है बड़ा बढ़िया हो रहा है यार तू आप सोच तेरी भैन ना व्याह किवें करा ला मैं फिर हुण तो तेनू ही पता है नाले यार जे कोई तू हाथ पल्ला फड़ावे तेरे घर दा तो मैं आपे बना लेना नाले तेरे घर दा इंप्रेसिव आ तो मेरे तो अच्छा एक गल दस एहो जिहा मेरे च की देखिया जो इन्ने सालों तक किसी होर कुड़ी च नहीं देखिया तू जदों मैं निक्का जिहा हुंदा सी ना मेरी बेबे ने मेरियां भैणां नूं नरमे दी छट्टी दे लीरां बन्न के गुड्डी बना के दित्ती सी ते ना सुई धागे नाल तोपे ला के उहदे नक्क बुल बणाए सी प्लास्टिक दीआं गुड्डियां नालों किते ज़्यादा सोहणी सी उह ते मेरियां भैणां मेरा उहदे नाल विआह कर दिंदियां सी ते तूं ना मेरी बेबे दी उह गुड्डी वरगी आ ਵਿਆਹ ਤੋਂ ਬਾਅਦ ਆਪਾਂ ਘੁੰਮਣ ਜਾਵਾਂਗੇ ਕੋਈ ਨਾ ਮੈਂ ਮਿਲਾ ਲੂੰਗਾ ਬੇਬੇ ਨੂੰ ਜਵਾਕਾਂ ਦੇ ਨਾਂ ਵੀ ਮੈਂ ਹੀ ਰੱਖੂੰਗੀ ਪੱਕੇ ਤੂੰ ਰੱਖ ਲਈ ਕੱਚੇ ਮੈਂ ਰੱਖੂੰਗਾ ਅੱਛਾ ਚੱਲ ਠੀਕ ਹੈ ਮੇਰੇ ਕਾਲਜ ਦਾ ਟਾਈਮ ਹੋ ਗਿਆ ਮੈਂ ਚੱਲਦੀ ਹਾਂ ਉਹ ਇੱਕ ਤਾਂ ਕਾਲੀ ਬਾਲੀ ਆਈ ਯਾਰ ਓਏ ਹਾਂ ਤਾਂ ਕਰਦੇ ਯਾਰ ਜਵਾਕਾਂ ਦੇ ਨਾਂ ਤੱਕ ਗੱਲ ਆ ਗਈ ਹਲੇ ਵੀ ਹਾਂ ਦੀ ਲੋੜ ਆ ਉਹ ਤਾਂ ਬੜਾ ਸਿਆਣਾ ਬਣਦਾ ਤੂੰ ਮਜ਼ਾਕ ਤਾਂ ਨਹੀਂ ਕਰਦੀ ਯਾਰ ਮੈਨੂੰ ਯਕੀਨ ਨਹੀਂ ਹੋ ਰਿਹਾ
अज गल कर ली। तू फिकर ना कर, मैं आपे सामलू। आ जीजा जी, लंघे हो इधर ही। भाई आओ आओ, ये साडा वड्डा जवाई है। कुछ दिन पहले ही रिश्ता तय होया जी। सत श्री अकाल जी। अच्छा अच्छा अच्छा। ये गुलशेर सिंह कनेडा तो अपने काके वास्ते मनराज दे लई रिश्ता लेके आए है। भाभी एवं किवें? मैं किसी होर मुंडे नूं पसंद करदी हां, मैं नहीं मिलना किसी मुंडे नूं। मनराज जाओ, मनराज नूं तैयार करके लेके आओ। गल सुनो जी, मनराज कहिंदी उहदी किसी होर मुंडे नाल गलबात है। फुफड़ा, पापा बुलाउंदे आ। रख रख इत्थे, इक लै लैंदे। चल उधर। हाँ जी भाई। चीजा जी, हुण साडी इज्जत तुहाडी इज्जत है, हुण तुहाडे तों कादा लुकोआ है। अपनी मनराज दा चक्कर है किसे मुंडे नाल, आपां टोटे टोटे कर देणे उस वड्डे मिर्जे दे। नाम तां नहीं दस्सिया उहने? नहीं, हजे तां नहीं दस्सिया। फिर कोई चक्कर नहीं, मेरा मतलब पहलों जिहड़े आया उह कम्म नबेड़ लईए, बाद च वेख लांगे बाकी। आहो चल ठीक है भी। ਸਾਡੂ ਸਾਹਿਬ ਲੈ ਲਓ ਕੁਝ, ਇਹਦੇ ਨਹੀਂ ਭੱਜੀ ਚੱਲੀ, ਇੱਥੇ ਹੀ ਆ। ਪਸੰਦ ਹੈ ਜੀ? ਪਸੰਦ ਹੈ। ਅੱਛਾ ਜੀ, ਸਾਨੂੰ ਦਿਓ ਫਿਰ ਇਜਾਜ਼ਤ, ਅਸੀਂ ਕੈਨੇਡਾ ਜਾਣ ਤੋਂ ਪਹਿਲਾਂ ਮੰਗਣੀ ਕਰਕੇ ਜਾਵਾਂਗੇ। ਹਾਂਜੀ, ਜਿਵੇਂ ਤੁਸੀਂ ਠੀਕ ਸਮਝੋ ਜੀ। ਚੰਗਾ ਜੀ, ਚੱਲੀਏ ਫਿਰ। ਚਲੋ ਠੀਕ ਹੈ ਜੀ, ਆਜੋ ਜੀ, ਆਜੋ, ਆਓ ਆਓ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਰ ਗੱਲ, ਖੜ ਜਾ ਯਾਰ, ਇਹਤੇ ਟੋਟੇ ਟੋਟੇ ਵੱਢਣ ਦੀ ਗੱਲ ਕਰਦੇ। ਮੈਨੂੰ ਨਹੀਂ ਪਤਾ, ਹੁਣੇ ਗੱਲ ਕਰ ਯਾਰ। ਗੱਲ ਸੁਣਨੀ ਇਹਨਾਂ ਨੇ ਮੇਰੀ, ਅੱਗ ਤੇ ਸਾਲਿਆਂ ਨੂੰ ਕੈਨੇਡਾ ਦੇ ਲੱਗੀ ਆ। ਜੀਜਾ ਜੀ, ਲਾਤਾ ਫੜੇ ਗਏ ਯਾਰ। ਹਾਂਜੀ ਬਾਈ, ਪੁੱਛੋ ਇਹਨੂੰ ਕੌਣ ਆ। ਉਹ ਕੌਣ ਹੈ ਮੁੰਡਾ? ਮਾੜੇ ਕੰਮ ਵੀਰਾਂ ਦੀ ਰੱਖੜੀ ਦਾ ਭੋਰਾ ਵੀ ਚੇਤਾ ਨਹੀਂ ਆਇਆ। ਕੌਣ? ਲੈ ਰੰਗ ਦੇਖੋ ਸਾਰਿਆਂ ਦੇ। ਵੀਰੇ ਮੈਂ ਤਾਂ ਮਜ਼ਾਕ ਕਰਦੀ ਸੀ, ਵੈਸੇ ਅੱਖਾਂ ਬਹੁਤ ਸੋਹਣੀਆਂ ਸੀਗੀਆਂ ਮੁੰਡੇ ਦੀਆਂ। ਕਿਹੜੇ ਸ਼ਹਿਰ ਤੋਂ ਸੀਗਾ, ਕੈਨੇਡਾ ਕਿ ਇੰਗਲੈਂਡ? ਜੀਜੇ ਤੈਨੂੰ ਕਿਵੇਂ ਲੱਗਿਆ? ਸੋਹਣਾ ਆ ਨਾ ਜੱਚੂਗਾ ਮੇਰੇ ਨਾਲ। ਫਿੱਟੇ ਮੂੰਹ ਤੇਰੇ ਇਹੋ ਜਿਹੇ ਦੇ, ਡਰਾ ਕੇ ਰੱਖਤਾ। ਉਹ ਡਰਾ ਹੀ ਦਿੱਤਾ ਸੀ ਮੈਨੂੰ ਤਾਂ। ਨਿੱਕਿਆ ਬੇ, ਨਿੱਕਿਆ ਕੀ ਹੋਇਆ ਯਾਰ? ਲੈ ਨਹੀਂ ਮੈਂ ਸੱਦ ਕੇ ਜਾਵਾਂ, ਮੇਰਾ ਪੁੱਤ ਤਾਂ ਸੌ ਗਿਆ ਬੇ ਭੋਲਿਆ। ਹਾਂਜੀ, ਨਾਲੇ ਤਾਂ ਮੇਰੇ ਪੁੱਤ ਨੂੰ ਜਗਾ ਕੇ ਰੋਟੀ ਖਵਾ ਦੇ, ਨਾਲੇ ਆਪ ਝੁਲਸ ਲਈ। ਵਾਹ ਜੀ ਵਾਹ, ਪੁੱਤ ਖਾ ਲੇ ਮੈਂ ਝੁਲਸ ਲਾਂ। ਕੀਨੂੰ ਹੌਸਲੇ ਦੇਈ ਜਾਂਦਾ, ਆ ਲੈ ਰੋਟੀ ਖਾ ਲੈ। ਮਨਾਲੀ ਮੈਂ ਭੋਲੇ ਯਾਰ, ਇੱਥੋਂ ਨੀ ਹੁੰਦੀ ਵੱਡੀ ਦੀ ਛੋਟੀ। ਮੈਥੋਂ ਵੱਡੀ ਛੋਟੀ ਹੁਣ ਨੂੰ ਹੋਰ ਰਬੜ ਦੀਆਂ ਕੁੱਟੀਆਂ ਨੇ ਵੀ ਮੈਂ ਖਿੱਚ ਕੇ ਕਰ ਦੂੰਗਾ। ਜਿੱਦੇ ਮਰਵਾਇਆ ਮੈਨੂੰ ਤੂੰ ਮਰਵਾਏਗਾ, ਜਾਂ ਤਾਂ ਤੁਹਾਡੀ ਬੁੜੀ ਮਾਰ ਦੂ ਗੋਲੀ ਮਾਰ ਕੇ, ਜਾਂ ਫਿਰ ਉਹਦੇ ਘਰ ਦੇ ਮਾਰ ਦੇਣਗੇ। ਭੋਲੇ ਓਏ, ਹਾਂ ਮੈਨੂੰ ਲੱਗਦਾ ਮੇਰੇ ਪਿੱਤਰ ਰੁੱਸ ਗਏ ਯਾਰ। ਕੌਣ ਰੁੱਸ ਗਏ? ਮੈਂ ਨਾ ਕਈ ਦਿਨ ਪਹਿਲਾਂ ਯਾਰ ਚੌੜ ਚੌੜ ਚਾ ਮਿਰਜੇ ਰਾਂਝੇ ਇਹਨਾਂ ਨੂੰ ਗਾਲਾਂ ਕੱਢਤੀਆਂ ਸੀ ਯਾਰ, ਮੈਨੂੰ ਲੱਗਦਾ ਇਹ ਬਣਾਉਣੇ ਪੈਣਗੇ ਮੈਨੂੰ। ਓਏ ਉਹ ਤਾਂ ਕੱਚੀ ਲੱਸੀ ਨਾਲ ਹੀ ਮੰਨ ਜਾਣਗੇ ਜੇ ਪਾ ਦੇਗਾ ਉਹਨਾਂ ਦੀ ਸਮਾਧ 'ਤੇ। ਆ ਤੇਰੀ ਜਿਉਂਦੀ ਜਾਗਦੀ ਪਿੱਤਰੀ ਮੰਨਣੀ ਔਖੀ ਹੈ। ਐਂ ਤਾਂ ਨਾ ਕਰ ਯਾਰ, ਕੋਈ ਤਾਂ ਸਕੀਮ ਲਾ ਦੇ। ਯਾਰ ਮੇਰੀਆਂ ਸਕੀਮਾਂ ਤਾਂ ਸਾਰੀਆਂ ਫੇਲ ਹੋ ਜਾਂਦੀਆਂ ਨੇ ਤੁਹਾਡੇ ਘਰੇ ਆ ਕੇ, ਆ ਜਦੋਂ ਤੁਹਾਡੀ ਬੁੜੀ ਵਾਲਾ ਜੈਮਰ ਲੱਗ ਜਾਂਦਾ।
भन दे जेड़े चार भांडे भन दे मरण वाला हो गया अगर पता नहीं कदों आऊगी तेनू बेबे ओ आपा गड्डी दी ते गल ही नहीं कीती कुड़ी वाले नाल हां पुत गड्डी ते दवानी है तेनू भला गड्डी वाली केड़ी गल है सद अपने ओ झोला चुक नू बोले ओए ओ थल्ले मारी यार किवें याद कीता सी बेबे करी बेना याद करनु तू जोता वाला बाबा वे ना दाज बारे की विचार है हैं दाज दाज लेना था पाप होंदा बेबे जदा लगदा पाप दा एदी मां नहीं सी लेके आई जब मैं नहीं सी लेके आई मैं मेरे बिजू जे मुंडे वास्ते एक तां के मंगया सी नाले मेरा पोता दा सोना सुरखा है सानू देने उन्होंने आपकी कुड़ी नु देना मैं बना के कांटे बना लूंगी मैं कहना बना के सगी फुल बना लो बेबे नाले इस उम्र च जचूगा भी मैं जो मारू करना ते तुरदा हो हां अकल नहीं ढेले दी बचोला बन के बह गया ना उदो ता तू कहंदा सी जवानी नहीं लगदी ते हुण हां जी ओ कहंदे पंजे दसियां दी भान इकट्ठी करके की करना तू रुपईयां दी गल करके आ रुपये भाल दे जी बस ताया मैं व्याह नहीं करवाना इन्हां दहेज दे लालचियां दे घर ताया जी जे सीरत व्याह नहीं कराओगे तो तुसी की मुंह दिखाओगे लोकां नूं वीरे थोड़ी तां इज्जत रोल जूगी पर तुसी टेंशन ना लो इस घर मेरा व्याह कर दो मैं रखूंगी तुहाडी पग की दी पग रखेंगी तू हैं सारे ता एक कोने तुरे फिरदे है मैनू बंदे हिलदे दींदे आ मैं तैनू दसा कोई ना डम्मांगे मथा तू फोन करते आज तो पांचवे दिन व्याह रख बस छेती कम नबेड़ ऐनी छेती चार दिन अपने घरे ते रख लैंदे बेचारियां चिड़ियां नू ਇੰਨਾ ਪੱਥਰ ਦਿਲ ਕਿਉਂ ਹੋ ਗਿਆ ਮੇਰਾ ਬਾਬਲਾ ਓਏ ਤੂੰ ਫੋਨ ਕਰ ਲੱਗਾ ਕੀਰਨੇ ਪਾਉਣ ਆ ਗਿਆ ਭੋਲੇ ਦਾ ਫੋਨ ਮੈਨੂੰ ਲੱਗਦਾ ਦੇ ਦਿੱਤਾ ਜਵਾਬ ਉਹਨਾਂ ਨੇ ਆ ਕਰੋ ਗੱਲ ਆ ਬਾਪੂ ਨੂੰ ਭਾਬੀ ਬਾਅਦ 'ਚ ਬਣਾ ਲਿਓ ਮੈਥੋਂ ਨਹੀਂ ਕਰਾ ਹੁੰਦੀ ਬੇਇੱਜ਼ਤੀ ਹੈਲੋ ਸਤਿ ਸ਼੍ਰੀ ਅਕਾਲ ਹਾਂ ਬੋਲ ਮੇਜਰ ਸਿੰਘ ਬੋਲ ਰਿਹਾ ਮੈਂ ਅੱਛਾ ਅੱਛਾ ਇੱਕ ਮਿੰਟ ਬੀਬੀ ਹਾਂ ਪੰਜਾਂ ਦਿਨਾਂ ਬਾਅਦ ਵਿਆਹ ਕਹਿੰਦੇ ਆ ਲੈ ਚੋਪੜੀਆਂ ਵੀ ਪੁੱਛ ਕਹਿੰਦੇ ਉਹਨਾਂ ਨੂੰ ਸਾਡੀ ਹਾਂ ਬੇਬੇ ਬੇਬੇ ਇੰਨੀ ਛੇਤੀ ਤੂੰ ਰੋਟੀ ਨਹੀਂ ਚੋਪੜਦੀ ਜਿੰਨੀ ਛੇਤੀ ਮੈਨੂੰ ਚੋਪੜਦਾ ਬੇ ਛੇਤੀ ਨੂੰ ਕੀ ਹੈ ਆਪਾਂ ਮੁੰਡੇ ਵਾਲੇ ਆ ਆਪਾਂ ਕੀ ਕਰਨਾ ਗੱਲ ਸੁਣ ਘੁੱਟਵੀਂ ਜੀ ਪਜਾਮੀ ਪਾ ਕੇ ਤੈਨੂੰ ਲੈ ਚੱਲਾਂਗੇ ਉੱਥੇ ਨੱਚ ਟੱਪ ਕੇ ਕੁੜੀ ਨੂੰ ਘਰੇ ਲੈ ਆਵਾਂਗੇ ਹੱਥ ਨੂੰ ਦੇਖ ਪੁੱਤ ਬੁੜਿਆਂ ਨੂੰ ਵੀ ਵਿਆਹ ਦਿਖਾਉਣਾ ਚਾਹੀਦਾ ਇਹਦਾ ਕੀ ਹੈ ਕਦੋਂ ਮਰ ਜੇ ਨਾ ਮੈਨੂੰ ਕੀ ਹੋਣ ਲੱਗਿਆ ਹੋਰ ਤੂੰ ਮੰਜੇ ਦੀ ਬਾਈ ਫੜ ਕੇ ਬੈਠਾ ਰਹੇਗਾ ਕਦੇ ਤਾਂ ਸੱਚੇ ਪਾਤਸ਼ਾਹ ਮੇਰੇ ਸੁਣੂਗਾ ਹੀ ਸ਼ਰਤ ਲਾ ਲੈ ਐਤਕੀ ਗਰਮੀਆਂ ਤੂੰ ਨਹੀਂ ਕੱਟਦਾ ਬੀਬੀ ਮੈਂ ਵਿਆਹ ਵਾਸਤੇ ਹਾਂ ਕਰਤੀ ਚੰਗਾ ਪੁੱਤ ਕਦੇ ਕੁਛ ਅੱਜ ਦਾ ਕੰਮ ਨਾ ਕਰੀ ਬਾਪੂ ਬੀਬੀ ਜੇ ਤੂੰ ਆਖੇ ਤਾਂ ਮੈਂ ਨਵੀਂ ਪੈਂਟ ਸ਼ਰਟ ਸਵਾ ਲਾਂ ਆਪਣੇ ਵਾਸਤੇ ਲੈ ਤੂੰ ਕੀ ਕਰਨਾ ਤੇਰੇ ਵਿਆਹ ਵਾਲਾ ਹੈਗਾ ਤਾਂ ਹੈ ਠੀਕ ਹੈ ਬੀਬੀ ਤੂੰ ਦੱਸ ਪੁੱਤ ਤੂੰ ਕਿਹੜੀ ਕਾਰ ਲੈਣੀ ਹੈ ਚਾਰ ਛੱਲਿਆਂ ਵਾਲੀ ਕਾਰ ਦਵਾ ਦਿਆਂ ਤੈਨੂੰ ਮੈਂ ਨਹੀਂ ਲੈਣੀ ਇਹਨੂੰ ਲੈ ਦੇ ਵਾਕਰ Thank you.
तू पागल है की है? मैं तेनू व्याह तुड़वाउण वास्ते कहा सी, व्याह दी तरीक बनाउण वास्ते नहीं। नाले जान काट दूं मैं तेरी जे मेरे घरे बरात लैके आ गया। तो चल कोई ना, मैं भी 5.25 लाख रुपए मंगूंगी रीबन कटाई दा, तेरे ही सामने बाहर जाऊंगी। ना तेनू बाहर वाले ना जफियां पा पा के सेल्फियां सेंड कीतियां ना, तो मैनू भी तू की जानेगा। क्यों जीजा जी, गड्डी अग लगी तेनू बाहर जाण दी है? उत्थे भी जदों चेहरे नू बेर कह के तोड़ना पैना, तेनू मेरी याद आउणी आ। तू फिक्र ना कर यार, मैं सच्ची करदा कुछ। नाले पता कल जदों मैं मोटर ते पानी लई जांदा सी ते मैनू तेरी याद आई ते मेरे पैर ते कई वज गई पता। बस कर, बहुते ड्रामे ना कर, डर नहीं लगता तेनू? कल नू बथेरा लगता। पर जो तेरे को आ जाना फिर नहीं लगता। एहो जिया मिठिया ना घर दया दे नाल भी मार लिया कर। दसन नू तो मैं भी दस दवा करे, पर की इज्जत रह जू तेरी, गल होर बिगड़ जानी है। वो तो मेरी बेबे अगे मूह के बनाई जानी हूँ। मैं करदा गल अज आर पार। सरदार साहब गल करनी एक। मैनू नहीं पता, बीबी ना कर ला। यार तेनू प्यो किन्ने बनाता हैगा, तू हली भी न्याणा ही है। जो वेखो बीबी बीबी और बंदे का कोई अपना भी स्टैंड होंगे कि नहीं माड़ा मोटा। आ वेला मेरे मोटरसाइकिल है गई। सही गल है सरदार जी, हूँ सत श्रीकाल कर दिल नहीं करता तुम दसा मैं। काम कर ले टुट टुट के रामा मरे, ते जो तो पैसे की गल हो बीबी तो लो लो तो बीबी अगर पछतावर कर लेंदी है। सरदार जी हूँ मरकने रही थोड़ी, तुम दसा ना हैगा मेजर ते काम हौलदार वाले बनी, ते तुसी सरदार जी चूड़ियां पा लो चूड़ियां, तुम दसा मैं। लगा रहा की पता तेरे कई ती माड़ी मोटी शर्मा जाए। हाँ ऐ काम छड़ गए ना तुसी, कितना दिहाड़ी लगो तुम दसा। सरदार वाली कोई गलबात रही नहीं तुम दसा मैं, तुहानू पता लगा किसी गरीब बंदे ने किदा पैसे मारी दे आ, ऐ झाकी की जाना। चल हुण चल बस कर, कह दो यार आ वेख लो हैगा जे मौका प्यो दा दर्जा हासिल करन वाला, वेख लो। हाँ तू दस की कहंदा सी? बीबी मेरा पुत खुश नहीं इस व्याह तो। तैनू की हो गया वे? नहीं बीबी मैं ठीक है, मैनू कुछ नहीं होया। आ निक्का खुश नहीं इस व्याह तो। कोई भी नहीं खुश हुंदा व्याह तो, मर्दे नू अक तां जपना ही पैंदा। होर 2 साल कट ले ते कल च सुख दे अड्डियां चक चक फा लिया इसने। बेबे तैनू पता नहीं मेरा छोटी ना। मैं कौला मार के तदीरियां भगा दूं तेरियां जे पुठियां गल्लां कीतियां मेरे नाल। ਤੁਹਾਡੀ ਜੀਜਾ ਸਾਲੀ ਦੀ 100 ਗੱਲ ਹੋ ਸਕਦੀ ਹੈ, ਮੈਂ ਕੀ ਕਰਨਾ? ਪਕਾਈ ਮਰੀ ਜਾਂਦਾ ਹੈ ਬਾਪੂ, ਮਿੰਨਤ ਵਾਲੀ ਗੱਲ ਹੈ ਮਨਾਲਾ ਯਾਰ ਬੇਬੇ ਨੂੰ ਬਾਈ ਬਣ ਕੇ। ਉਹ ਯਾਰ ਮੇਰੇ ਗਿੱਟੇ ਬਣਾਵੇਂਗਾ ਇਸ ਉਮਰੇ? ਉਹ ਭਰਾਵਾ ਬੀਬੀ ਦਾ ਭਾਣਾ ਮਿੱਠਾ ਮੰਨ ਕੇ ਨਾ ਘੋੜੀ ਚੜ ਜਾ ਪੁੱਤ, ਮੈਂ ਤੇਰੇ ਵਾਸਤੇ ਕੁਛ ਨਹੀਂ ਕਰ ਸਕਦਾ। ਲੱਖ ਲਾਣਤਾਂ ਮੇਰੇ ਨਾਨੇ ਤੇ ਜਿਹਨੇ ਤੇਰੇ ਵਰਗਾ ਜਵਾਈ ਲੱਭਿਆ। बापू आ चाची ताड़का कितों ले आया तू? यार मैं निक्का जिहा सी 5-7 साल दा, घर दे कहिंदे आ तैनू चीजी दवा के लियाईए, आ चीजी दवाती। इन्ने माड़े घर दे जिन्हां ने बच्चे जिन्हू इन्नी कौड़ी चीजी दवाती? ब्याह कि दन्नियां कढ़ी जाने हो, परां होके बैठ साडा बुढ़ा ना बिगाड़ दी। बेबे आ पिस्तौल असली है? नहीं ਇਹਦੇ ਨਾਲ ਚੋਰ ਸਪਾਈ ਖੇਡਣ ਵਾਸਤੇ ਲਈ ਹੈ। ਜੱਜੜ ਜੀ ਜਵਾਰੇ ਮੈਂ ਜਿੰਦੀ ਆਹੋ ਅਬ ਜੀ ਲਾ ਦੇ ਸਭ ਨੂੰ ਆ ਚਾ ਇੱਧਰ ਵੀ ਫੜਾ ਦੋ ਜਰਾ ਤੁਸੀਂ ਲੋ ਜੀ ਮਨਰਾਜ ਗਲਤਾਂ ਸੁਣ ਯਾਰ, 2 ਮਿੰਟ 'ਚ ਆ ਗਿਆ ਬਸ, ਮੈਂ 2 ਮਿੰਟ 'ਚ ਆ ਗਿਆ। ਨਿੱਕੇ ਤੇਰਾ ਨਾ ਪਿਓ ਬਹਾਨੇ ਚ ਨਾ ਮੇਰਾ ਸਿਰ ਜਾ ਪਲੋਸਦਾ ਰਹਿੰਦਾ, ਮੈਨੂੰ ਤਾਂ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ। ਉਹ ਤੂੰ ਉਹਦੀਆਂ ਬਹੁਤੀਆਂ ਗੱਲਾਂ ਚ ਨਾਇਆ ਕਰ, ਉਹੀ ਚੁੱਪ ਕੀਤਾ ਲੱਗਦਾ ਉਹ।
ਚਮਕੀਲੇ ਵੇਲੇ ਦਾ ਪੱਟਿਆ ਨਾ ਹੁਣ ਤੇ ਰਾਸ ਨਹੀਂ ਆਇਆ ਨਹੀਂ ਬਾਬੇ ਗੁੱਡਣੀਏ ਮੁੰਡੇ ਦਾ ਵਿਆਹ ਧਰਤਾ ਤੂੰ ਇੱਥੇ ਸਵਾਹ ਲੈਣ ਆਈ ਹੈ ਬੇਬੇ ਮੈਂ ਤਾਂ ਵਧਾਈਆਂ ਦੇਣ ਆਈ ਸੀ ਲਓ ਕਰ ਲਓ ਗੱਲ ਆ ਰੰਗ ਭਾਗ ਤੇਰੇ ਕਰਕੇ ਹੀ ਲੱਗੇ ਹੋਏ ਨੇ ਪੁੱਤ ਤੂੰ ਕਿੱਥੇ ਚੱਲੇ ਮਾੜਾ ਜਿਹਾ ਕੰਮ ਚੱਲਾ ਸੀ ਬੇਬੇ ਨਾ ਪੁੱਤ ਅੱਜ ਤਾਂ ਤੇਰੇ ਮਾਈਆਂ ਲੱਗਣੀਆਂ ਤੂੰ ਨਾ ਜਾ ਘਰੋਂ ਬਾਹਰ ਬੇਬੇ ਲੱਸੀ ਹੈਗੀ ਹੈ ਆ ਬੰਨੇ ਤੇਰੇ ਮੂਰੇ ਹੱਥ ਉਹ ਕਿੱਲੇ ਤੋਂ ਨਾ ਮੱਝ ਖੋਲ ਕੇ ਲੈ ਜਾ ਪਰ ਹੱਥਾਂ ਸਾਡੇ ਘਰੇ ਨਾ ਆਈ ਚੱਲ ਪੁੱਤ ਜਾਣ ਦੇ ਮਖਿਆ ਆ ਜਾ ਹੁਣ ਮੋਬਾਈਲ 'ਚ ਪੈਸੇ ਪਾਲਾਂ ਨਾ ਮੇਰਾ ਪੁੱਤ ਮੈਂ ਆਪੇ ਪਾ ਦੂੰਗੀ ਤੂੰ ਚੱਲ ਆ ਜਾ ਕਿਸੇ ਨੂੰ ਕਹਿ ਕੇ ਪਾ ਦੂੰਗੀ ਚੱਲ ਮੇਰਾ ਪੁੱਤ ਇੰਨਾ ਪੈਸਾ ਇੰਨਾ ਕੋਲੇ ਬੇਬੇ ਵਿਚਾਰੀ ਨੂੰ ਪਤਾ ਨਹੀਂ ਫੇਰ ਵੀ ਦਵਾਈ ਕਿਉਂ ਨਹੀਂ ਦਵਾਉਂਦੇ ਆ ਜਾ ਤੈਨੂੰ ਮੈਂ ਇੱਕ ਬਾਤ ਸੁਣਾਵਾਂ ਵਿਆਹ ਬੰਨੇ ਤੇ ਇੱਕ ਮੁੰਡਾ ਸਾਡੇ ਪਿੰਡ ਦੀ ਕੁੜੀ ਨੂੰ ਭਜਾ ਕੇ ਲੈ ਗਿਆ ਮੇਰੇ ਪਿਓ ਨੇ ਉਹਨੂੰ ਲੱਭ ਕੇ ਆ ਜਮਲੇ ਦੇ ਚੱਲਦੇ ਅਖਾੜੇ 'ਚ ਗੜਾਸੇ ਨਾਲ ਵੜਦਾ ਸੀ ਬੇਬੇ ਬਾਤ ਨਾ ਸੁਣਾ ਮਾਮਾ ਰਾਹ ਭੁੱਲ ਜੂਗਾ ਭੁੱਲਦਾ ਤਾਂ ਭੁੱਲ ਜੇ ਨੰਗ ਨਾਨਕੇ ਨੇ ਤੇਰੇ ਆ ਬੂਟ ਲਾ ਦੇ ਬੇਬੇ ਮਰ ਜਾ ਅੱਜ ਰਾਬਾ ਪਾਟੀਆਂ ਪਾਈ ਫਿਰਦਾ ਤੂੰ ਓਏ ਅੱਜ ਕੱਲ ਇਹੋ ਚੱਲਦੀਆਂ ਚੱਲ ਲੈ ਆਏ ਹਾਏ ਚੱਲ हेलो हेलो चुप रह के भी वेख लिया मैं नजरां भी फेरियां तेरे तो दिल नू समझाया सी समा होर किते लाया सी पर कुछ भी ना होया मेरे तो फिर अंदरों मेरे आया एक जवाब ਕੋਲੋਂ ਬਚ ਨਹੀਂ ਹੋ ਸਕਦਾ ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ ਤੂੰ ਯਾਰ ਕੋਲੋਂ ਬਚ ਨਹੀਂ ਹੋ ਸਕਦਾ ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ ਤੂੰ ਪਿਆਰ ਕੋਲੋਂ ਬਚ ਨਹੀਂ ਹੋ ਸਕਦਾ ਤੂੰ ਯਾਰ ਬਿਨਾ ਰਹਿ ਨਹੀਂ ਹੋ ਸਕਦਾ ਲੈ ਮੈਨੂੰ ਫੜਾ ਤੂੰ ਕਿੱਥੇ ਚੱਲੇ ਹੈਲੋ ਹੈਲੋ ਕਿੱਥੇ ਆ ਯਾਰ ਮੇਰਾ ਤਾਂ ਇੱਥੇ ਜਲੂਸ ਕੱਢਿਆ ਪਿਆ ਬੁੱਢੀਆਂ ਨੇ ਗੀਤ ਗਾ ਗਾ ਕੇ ਨਾਲੇ ਆ ਪਤਾ ਨਹੀਂ ਕੀ ਬੰਨਤਾ ਮੇਰੇ ਹੱਥ ਨੂੰ ਗਾਨਾ ਜਾ ਕਹਿੰਦੇ ਆ ਬੰਨ ਕੇ ਘਰੋਂ ਬਾਹਰ ਨਹੀਂ ਨਿਕਲੀ ਦਾ ਦੱਸ ਫਿਰ ਹੁਣ ਮੈਂ ਕੀ ਕਰਾਂ ਮੇਰਾ ਤਾਂ ਮਰਨ ਹੋਇਆ ਪਿਆ ਹੈਲੋ ਹੈਲੋ ਤੂੰ ਫੋਨ ਬਾਅਦ ਚ ਸੁਣ ਲਈ ਚੱਲ ਪਹਿਲਾਂ ਛੱਗਾ ਦਾ ਕੰਮ ਨਿਬੇੜ ਲਈਏ ਆ ਜਾ ਮੇਰੇ ਵੀਰ ਐਵੇਂ ਸੋਚਾਂ ਸੋਚ ਕੇ ਕੀਤਾ ਖੁਦ ਨੂੰ ਪਰੇਸ਼ਾਨ ਤੂੰ ਮੰਨਦਾ ਕਿਉਂ ਨਹੀਂ ਤੇਰੀ ਉਹਦੇ ਵਿੱਚ ਹੈ ਜਾਨ ਤੇਰੀ ਉਹਦੇ ਵਿੱਚ ਹੈ ਜਾਨ ਤੂੰ ਕਿਉਂ ਘਬਰਾਇਆ ਏ ਦਿਲ ਵੀ ਪਰ ਆਇਆ ਏ ਕਿਉਂ ਉੱਡਿਆ ਨੂਰ ਮੁਖੜੇ ਤੇਰੇ ਤੂੰ ਕੋਸ਼ਿਸ਼ ਕਰਕੇ ਹੋ ਗਿਆ ਨਾ ਕਾਂ ਤੂੰ ਯਾਰ
प्यार कोलों बच नहीं हो सकदा, तू प्यार कोलों बच नहीं हो सकदा, तू यार बिना रह नहीं हो सकदा, तू प्यार कोलों बच नहीं हो सकदा, तू यार कोलों बच नहीं हो सकदा, तू प्यार कोलों बच नहीं हो सकदा, तू यार बिना रह नहीं हो सकदा, तू प्यार कोलों बच नहीं हो सकदा। बस हो के तेही जानो सजना वे मेरी मन ले आशिका तेरा दिल में बोलदा दो लफ्जां च तेरी जिंदगी में खोलदा जिंदगी में खोलदा ओदा हथ छड़ देना जिंदगी चो कढ़ देना फिर बच जावेगा तू हनेरे तो फिर वेखी यारा हुंदा की कमा तू यार कोलों बच नहीं हो सकदा तू यार बिना रह नहीं हो सकदा तू प्यार कोलों बच नहीं हो सकदा तू यार बिना रह नहीं हो सकदा। अपनी भैन गल करें सीरत की है निक्की का फोन है। हैलो हैलो हाँ जी तेन सौ लगे रौला ना पाई प्लीज वेला मिनत वाली गल ही ध्यान ना सुनी मैं ते मनराज एक दूजे नूं पसंद करते हां मैनूं पता तेनूं दुख होगा वी इन्ना सोहना मुंडा तेरे हत्थों निकल गया पर तू प्लीज अपनी भैन दा सोच यार मैं प्रोमिस करदा मैं लभदूं तेरे लई कोई सिरा जा मैनूं क्या मंगिया सी फिर और रिश्ता ते तेरी भैन लई भेजिया सी तेरे नाल ते तारां गलत पिट गईआं यार तू बदल नहीं सकदी कल नूं लावां वेले मनराज नाल वेला भैन बन के मनराज दी मरौना तुसी मैनू मेथों ये खेडा नहीं होनिया ते ना ही इत्थे किसी ने मनना जे भज सकदे हो तां भज जाओ हाँ भैन तेरी लगदी कमली जी आ पर गल्लां सेणियां करदी आ तू तैयार आ भजन लई पहला हूं आही करना पैना यार बस फिर तू तैयार ही मैं रात में बस आप चुप च पीते शांति निकल जाना मैं पुत क्यों तबाणा किया होया टिक जा लिया अपना मैनू सालियां खो लैन गियां ब्याह तो पिछो ले ली देखी मेरा पुत अज त अपनी दादी को सौगा बड़ा चा है मैनू तेरे ब्याह का देख अखे कहते होंगे ने ना मूल नालों ब्याज प्यारा होंगे चल मेरा पुत आ की कहता कहता भजना तू टेंशन ना ले मैं तेरे नाल पी के किलो कमूत किवे मच्छर फिरते हैं चको ब्याह की डंडी फाड़ी तड़क्यों बरात च किसी ने नहीं उठना ना तू इत की करना है भोरा कटिया तड़ा के बह जाएगा चल अंदर चल पुत चल मेरे पुत चल बापू जाओ बहुत पालिया लुटिया लै वीरे दुध लै बेबी लिया पुत भैने तू पीना ना बस मैं नहीं पीना
असल च जवाक सारे इस दे पुट्टे हुए ने जय खाने दे पता नहीं उंगला मार मार की भालदे रहंदे ने इन फूकी आवां किते हाय वे अद्धी राती उठ के छड़े खांदा फिरदा हुण लोड़ सी तां नींदरां चढ़ियां पईआं बेचारे नूं पता नहीं की खा के जम्मिया इहने बीजी मैनूं भी 30 वरे हो गए नूं देखदे नूं जिहड़ा तुसीं जम्मे आ बे मैजरा तेरी तां किस्मत ही माड़ी है ना तेरी औलाद चजदी ना तेरा प्यो चजदा चलो आओ हुण शांति दे घर चलिए आपां चलो 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 आलो जल्दी आलो चलो चलो बेबे हले तां डेकोरेशन रहिंदी आ डेकोरेशन नूं मार गोली फुफड़ दा तेरा भज गया भुआ नूं लाइया फुल ला के तूं चलिए थैंक यू कोई नहीं चलो तुसी निकलो चलता चल छेती कर आजा खड़ा की कर दे चाबी लिया ते गड्डी कढ की हो गया ओ होया कुछ नहीं हैगा बस शांति रखो शांति ओ मैं लोकां नु की फोन किथे ओए फोन लगा के नहीं लगा ला रहे ओ चल तो तू पता जल्दी बैठ कर चलो 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 ओ खड़े की कर फट करो यार चलो हुन खड़े की कर दियो यार चलो चलो चलो
ਜਾ ਮੈਂ ਉਧਰ ਵਾਜਾ ਮਾਰ ਮਾਰ ਥੱਕੀ ਤੂੰ ਖੰਜ ਖਜੂਰੇ ਵਾਂਗੂ ਇੱਥੋਂ ਨਿਕਲਿਆ ਆ ਕੀ ਗੱਲ ਜੈਲਦਾਰਨੀ ਏ ਮਹਿੰਦੀ ਦੀ ਲੋੜ ਪੈ ਗਈ ਮੈਂ ਤੇਰੇ ਜਾਣਦਿਆਂ ਨੂੰ ਰੋਣ ਆਈ ਆ ਮੈਨੂੰ ਇਹ ਦੱਸ ਤੇਰੀ ਸ਼ਾਂਤੀ ਕਿੱਥੇ ਆ ਉਹ ਤਾਂ ਆਪਦੇ ਨਾਨਕੇ ਗਈ ਹੋਈ ਹੈ ਤੇਰੀ ਮਾਂ ਦਾ ਸਿਰ ਸਾਡੇ ਜਵਾਕ ਨੂੰ ਭਜਾ ਕੇ ਲੈ ਗਈ ਹੈ ਨਾ ਨਾ ਜੈਲਦਾਰਨੀ ਸੱਚ ਕਹਿੰਦਾ ਮੈਂ ਉਹ ਤਾਂ ਆਪਣੇ ਮਾਮੇ ਨਾਲ ਗਈ ਹੈ ਮੈਨੂੰ ਲੱਗਦਾ ਕੁੱਤੀ ਵੀ ਚੋਰੇ ਨਾਲ ਰਲ ਗਈ ਹੈ ਤੂੰ ਵੀ ਸਾਡੇ ਕੋਲ ਮਰਨ ਨੂੰ ਫਿਰਦਾ ਹੈ ਸੱਚੋ ਸੱਚੀ ਦੱਸ ਕਿੱਥੇ ਤੇਰੀ ਸ਼ਾਂਤੀ ਆ ਦਿਨੇ ਤੈਨੂੰ ਦਿਨੇ ਤੈਨੂੰ ਹੈਲੋ ਹੈ ਅੱਛਾ ਨਹੀਂ ਨਹੀਂ ਓ ਬੀਬੀ ਹਾਂ ਨਿੱਕੇ ਦੇ ਸਾਰਿਆਂ ਦਾ ਫੋਨ ਸੀ ਕਹਿੰਦੇ ਆ ਨਿੱਕਾ ਆਪਣੀ ਛੋਟੀ ਸਾਲੀ ਲੈ ਕੇ ਭੱਜ ਗਿਆ ਹੈ ਵੇ ਬੇ ਨਿੱਕਾ ਦੋ ਲੈ ਕੇ ਭੱਜ ਗਿਆ ਗੰਦੀ ਔਲਾਦ ਤੇਰੀ ਬੇ ਤੁਸੀਂ ਚੌਧਰੀ ਬਣੇ ਖੜੇ ਹੋ ਜਾਓ ਕੁਛ ਕਰ ਲੋ ਹਾਈਵੇ ਮੈਂ ਮਰ ਜਾ ਮੇਰੇ ਤਾਂ ਬੋਲ ਬੋਲ ਕੇ ਸੰਗ ਸੁੱਕ ਗਿਆ ਬੀਬੀ ਸਿਰ ਤੋਂ ਪਤਾ ਫੜ ਲਾ ਕਿਉਂ ਨਹੀਂ ਮੈਂ ਤੈਨੂੰ ਦੁੱਧ ਪਾ ਸੋਡਾ ਚੱਲ ਬੇ ਆ ਗੱਡੀ ਦੇ ਫੁੱਲ ਦਾ ਲਾਹ ਫੁੱਕ ਦੇ ਰਹੇ ਸੀ ਕਿਉਂ ਜਲੂਸ ਕੱਢਦੇ ਹੋ ਮੈਂ ਤੋਰ ਲੈ ਵੇ ਖੇਤੀ ਤੇਰੇ ਘਰ ਦੇ ਪਿੱਛੇ ਗੱਡੀ ਵਾਲੀ ਲੈਨ ਤੇ ਪਿਆ ਆਉਣੀ ਹੈ ਤਾਂ ਆ ਜਾ ਨਹੀਂ ਪੌਣੇ ਦਸ ਵਾਲੀ ਗੱਡੀ ਤਾਂ ਆਉਣ ਵਾਲੀ ਹੋਈ ਹੈ ਦੇਖ ਲਾ ਭੂਤ ਬਣ ਕੇ ਬਚ ਕਰਦੀ ਇੱਥੇ ਕੀ ਕਰਦੀ ਹੈ ਭਾਬੀ ਮੈਂ ਤਾਂ ਚੜੀ ਜਵਾਨੀ ਰੋਲ ਗਈ ਮੈਂ ਕੀ ਪਾਪ ਕੀਤਾ ਸੀ ਕੁਛ ਨਹੀਂ ਹੁੰਦਾ ਸਭ ਠੀਕ ਹੋ ਜੂ ਚੱਲ ਪਤਾ ਨਹੀਂ ਕਿੱਥੇ ਰਹਿ ਗਿਆ ਆਇਆ ਨਹੀਂ ਹਲੇ ਤੱਕ ਉਹ ਕਿੱਥੇ ਰਹਿ ਗਿਆ ਸੀ ਪਤੰਦਰਾ ਇੱਧਰ ਮੱਛਰਾਂ ਨੇ ਮੇਰਾ ਬੁਰਾ ਹਾਲ ਕਰਤਾ ਲੈ ਫੜ ਸਿੱਧਾ ਲਿਆ ਕੇ ਕਮਰੇ ਠੱਲ ਦੀ ਐਵੇਂ ਦਵੱਲੀ ਨਾ ਫਿਰੀ ਇਹਨੂੰ ਚੰਗਾ ਚੰਗਾ ਮੈਂ ਇਹਦੇ ਨਾਲ ਕੱਦੂ ਕਰਨਾ ਮੇਰੇ ਤਾਂ ਆਪ ਘਰੇ ਦੋ ਖੜੇ ਨੇ ਭਾਬੀ ਜੀ ਸਤਿ ਸ਼੍ਰੀ ਅਕਾਲ ਬਾਗ ਜਾ ਕੇ ਹੁਣ ਗੋਡੇ 'ਤੇ ਵੀ ਬਹਿ ਕੇ ਜਾਏਗਾ ਗੋਡੇ 'ਤੇ ਦਿਓਰ ਬੈਠਦੇ ਆ ਮੈਂ ਤਾਂ ਜੇਠ ਲੱਗਦਾ ਚੰਗਾ ਫਿਰ ਹੈਪੀ ਰਨਿੰਗ ਮੈਰਿਜ ਲਾਈਫ ਹੈ ਚਲੋ ਵੀਰੇ ਨਾਲੇ ਤਾਂ ਕਹਿੰਦਾ ਸੀ ਘਰ ਦੋ ਖੜੇ ਆ ਗੇਰ ਕੱਢ ਲਾ ਫੁੱਫੜ ਦਾ ਥੈਂਕ ਯੂ ਨਿੱਕੇ ਮਾੜਾ ਹੋਇਆ ਭਾਈ ਸਾਹਿਬ ਅਸੀਂ ਤੁਹਾਨੂੰ ਅਫਸੋਸ ਕਰਨ ਨੂੰ ਨਹੀਂ ਸੱਦਿਆ ਇੱਥੇ ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ ਭਜਾ ਕੇ ਤੇ ਤੂੰ ਕੀ ਜਵਾਕ ਨੂੰ ਦਬਕੇ ਚ ਮਾਰੀ ਜਾਂਦਾ ਇੱਧਰ ਗੱਲ ਕਰ ਤੂੰ ਤਾਂ ਤੂੰ ਵੱਡਾ ਮੋਹਤ ਪਰ ਬਣਿਆ ਫਿਰਦਾ ਹੈ ਉਦੋਂ ਤੇਰੀ ਅਕਲ ਮੌਤ ਕਿੱਥੇ ਗਈ ਸੀ ਵੇ ਜਦੋਂ ਮੋਟਰਸਾਈਕਲ ਤੇ ਬਿਠਾ ਕੇ ਤੋੜਦੇ ਸੀ ਉਹਦੇ ਨਾਲ ਲਓ ਕਰ ਲਓ ਗੱਲ ਇੱਕ ਤਾਂ ਸਾਡੀ ਇੱਜ਼ਤ ਗਈ ਤੇਰਾ ਕੱਟਾ ਇਹਦੇ ਵਿੱਚ ਸਾਰੀ ਉਮਰ ਜਨਾਨੀ ਨਹੀਂ ਜੁੜੀ ਤੈਨੂੰ ਛੜਾ ਮਲੰਗ ਤੂੰ ਹੈਗਾ ਕਾਹਦੀ ਇੱਜ਼ਤ ਹੈ ਵੇ ਤੇਰੀ ਆਪਾਂ ਸੌਣ ਨਹੀਂ ਦਿੰਦਾ ਇੱਕ ਵਾਰੀ ਨਾ ਮਿੰਟ ਚ ਘੋੜੀ ਚੜਾ ਦੂੰ ਤੈਨੂੰ ਜਿਹੜੀ ਗੱਲ ਕਰਨੀ ਸੀ ਤਾਂ ਉਹ ਕਿ ਮੇਰੇ ਨਾਲ ਕਰ ਯਾਰ ਕੋਈ ਬੰਦਾ ਹੈ ਨਹੀਂ ਤੁਹਾਡੇ ਚ ਗੱਲ ਕਰਨ ਨੂੰ ਇਹਦੇ ਨਾਲ ਕਿਹੜਾ ਮੱਥਾ ਮਾਰੇ ਤੁਹਾਡੀ ਕੱਲਿਆਂ ਦੀ ਕੁੜੀ ਨਹੀਂ ਨਿਕਲੀ ਸਾਡਾ ਮੁੰਡਾ ਵੀ ਤਾਂ ਨਿਕਲਿਆ ਨਾ ਕੀ ਬਣਿਆ ਲੈ ਤੂੰ ਹੁਣ ਬਾਲਾ ਖੀਰ ਚ ਹੱਥ ਜੇ ਇੱਕ ਵਾਰੀ ਕਿਸੇ ਨੇ ਨਾ ਤਾਂ ਫੁੜਕਦਾ ਜਾਏਗਾ ਐ ਨਾ ਹੋਵੇ ਵਿਆਹ ਦੇ ਲੱਡੂ ਵਿੱਚ ਤੇਰਾ ਭਾਉ ਪਾਉਣਾ ਪੈ ਜੇ ਦਾਰੂ ਪਿਲਾ ਦੋ ਬਈ ਆ ਦੇਖ ਇਹਨਾਂ ਦੇ ਛੇ ਛੇ ਮਹੀਨੇ ਦੇ ਬੋਲਦੇ ਨੇ ਤੁਹਾਡੇ ਕੀ ਦੰਦੂਆ ਪਿਆ ਹੋਇਆ ਅਸੀਂ ਪੁਰਾਣੇ ਹਾਂ ਅੱਛਾ ਲੈ ਹੋ ਮੂਰੇ ਫਿਰ ਪਵਾਲਾ ਲੈ ਲੈ ਮਿਲਣੀ ਵਾਲੇ ਕੰਬਲ ਤੇ ਤੂੰ ਪਵਾਲਾ ਛਾਪਾ ਓਏ ਆਪਣੇ ਵਾਲੇ ਬਹਿ ਜਾਓ ਯਾਰ ਇਹਨਾਂ ਨੂੰ ਲੜ ਲੈਣ ਦੋ ਆਪਾਂ ਬਾਅਦ ਚ ਲੜ ਲਾਂਗੇ ਮਸਕਰੀਆਂ ਜੀਆਂ ਨਾ ਕਰ ਆ ਫੈਰ ਮੈਂ ਬਰਾਹ ਚ ਕੱਢਣਾ ਸੀ ਆਪਦੀਆਂ ਛਾਤੀਆਂ ਚ ਨਾ ਕਢਾ ਲਿਓ ਤੂੰ ਠੀਕ ਆ
तेनू डर लग रहा? नहीं, तेनू थोड़ा थोड़ा। यार अपना व्याह भी हो जूगा पर मेरे तो पानी कौन वारूगा? सब तो टूट जाएंगे आपा। मनराज मैं तेनू भजाना नहीं सी चाहता यार। मैं भी भजना नहीं सी चाहती। एहो जी प्यार दा की फायदा यार जो कर दिया दी इज्जत ही रोल दे। तो ठीक है यार, जो भी होया बहुत माड़ा होया यार सच्ची। पता नहीं मैनू क्यों लग रहा कि सानू एक बार घरदिया दे नाल गल करनी चाहिए सी। एवें किवें कर लेंदे जे तेरा छड़ाया तां कुटन पै जांदा फिर उन्हें कुट कुट के मेरे मोर सेक देने सी। माँ प्यो इदां दे नहीं हुंदे, वो हमेशा अपने बच्चों की खुशियां ही चाहते हैं। जे मार कुट करते भी ना तो उहदे च भी साडी भलाई हुंदी। कुटन पै गए तो थोड़ा बनूगा की? मैं तो चलो थोड़े बाली हां, हुण चाहे लम्मे पापा के कुटो ना। कल मुंडे दा कसूर है कुड़ी दा नहीं। मेरे कल की जागता है दे जवाब हूं आपके पतंदरा। बेबे तू शांति रख, मां गोली मार रही है तेरे गिट्टिया च। अज एक पासा कर ला, बड़ी रखनी है छोटी रखनी है कि शांति रखनी है? मैं मानता मेरे तो गलती हुई है। मैं थोड़ी कुड़ी जिवें लेके गया सी उवें थोड़े सामने खड़ी है जी वो। पर प्लीज तुसी मेरी गल सुन लो, मैं ते मनराज एक दूजे नूं पसंद करदे आं ते ओह रिश्ता भी मैं इसे लई भेजा सीगा जी। अच्छा जी, मैनू नहीं इस गल का पता सी। मनराज तैनू शर्म नहीं आई? तू पूरा ख्याल ना कीता साडा नाले सीरत दा? नहीं जी, मनराज की कोई गलती नहीं गई जी, इहदे मैं ही उहदे पिछे पिया सी। तुसीं चाहे शगन वाली फोटो कढ के देख लो जी, मैं तुहानूं कित्थे खुश लगदा उहदे च। नाले बाबे की सहुं मैं कदे किसी कुड़ी वल अख चक के नहीं वेख्या जी, ते मनराज नूं मैं सच्चे दिलों प्यार कीता जी, ते हुण उह वी मैनूं करदी है। मिन्नत वाली गल है जी, सानूं कुछ नहीं चाहीदा, ना टीवी ना फ्रिज ना कारां, बस तुसीं तिन कपड़िआं च कुड़ी तोर दिओ जी। ओ यार तुसी पैर पैर ते मैनू क्यों झूठा पाई जाने हो ना? रिश्तेदारी च जड़ी साड़ी नक बड़ी जाऊगी। भाई जी तुसी कह दे भी कार्डां ते ना गलत छप गई सी, किसे नू केड़ा पता लगदा जी। बस ओए, जे वड्डियां दी इज्जत दा ख्याल ना हुंदा तुर जा इत्थों। देखो जी, काम तां मुंडे साडे ने माड़ा कीता, जे हुण तुसी इहदे नाल कुटमार करनी है इनू पुलिस च देना, जिवें थोड़ी मर्जी। नहीं नहीं ठीक है, बस
गल कहनी है भाई, जवाका ने गलती जरूर की है पर सियाणप भी की है, वापस आ गए। जे भज जाते तो आप की कर लेंगे, छित्रो छित्री होके अपने अपने घरें वगदे। मुंडा साडा जवाक है, इन्हों दुख मेथों देखा नहीं जाना। जड़ी वड्डी छोटी मंगदा दे दियो भाई। आए कैसे दे दिए? तड़के बरात लेके आयो। ओए आजो भी आजो, चाह पानी पी के जायो, आजो आजो। ओ चलो भी कुड़ियो, तरो तुसी चाह पानी करा, शाबाश। ओ बस जी, रब जो करदा ठीक करदा। बेबे शांति नु बुला लियो हुण। पुत्त सेठ वाली कित्थे छड्डा है? ਉਹਦਾ ਬੇਬੇ ਮੈਂ ਹੀ ਤੇਰੀ ਚਿੱਠੀਆਂ ਲਿਖ ਲਿਖ ਕੇ ਭੇਜਦਾ ਸੀ, ਉਹਨੂੰ ਵਿਚਾਰੀ ਨੂੰ ਤਾਂ ਪਤਾ ਵੀ ਨਹੀਂ ਹੋਣਾ। ਹੋਠ ਮੈਂ ਐਵੇਂ ਗਰੀਬਣੀ ਦਾ ਬਾਪ ਖੜਦੀ ਰਹੀ? ਉਹ ਬੇਬੇ ਮੇਰੇ ਨਾਲ ਰਿਸ਼ਤਾ ਕਰਾ ਕੇ ਉਹਦਾ ਪੁੰਨ ਖੱਟ ਲੈ। ਹੌਸੜੇ ਨਾ ਖਾਲੀ ਮੈਂ ਤੋਂ। ਗੰਡਾਸੇ ਨਾਲੋਂ ਵੀ ਤਿੱਖੀ ਕੂਣੀ ਹੈ ਬੇਬੇ ਤੇਰੀ, ਬਖੀਏ ਪਾੜ ਦੇਣੀ ਸੀ। ਬਸ ਕਰ ਹੁਣ, ਕਿ ਖਟਾ ਕੇ ਲੈ ਕੇ ਜਾਏਗਾ। ਬਸ ਬੇਬੇ ਆਪਾਂ ਸੀਮਾ ਨੀ ਟੱਪਣੀ ਹੁਣ। ਬੇ ਆ ਸੀਮਾ ਕੌਣ ਹੈ? ਤੂੰ ਸ਼ਾਂਤੀ ਵੀ ਰੱਖ ਬੇਬੇ। ਦੇਖੋ ਜੀ, ਕੁੜੀ ਚਾਹੀਦੀ ਹੈ ਤਿੰਨ ਕੱਪੜਿਆਂ ਚ, ਬਾਕੀ ਦੁੱਕੀ ਨੀ ਚਾਹੀਦੀ। ਦੇਖੋ ਮੁੰਡਾ ਤੁਹਾਡੇ ਸਾਹਮਣੇ ਬੈਠਾ, ਬਣਿਆ ਤਣਿਆ ਸ਼ਹਿਰੀ ਮਾਨ ਹੈ, ਕੋਈ ਕੱਜ ਨੀ। ਜੇ ਤੋਰ ਕੇ ਦੇਖਣਾ ਤੋਰ ਕੇ ਦੇਖ ਲੋ, ਜੇ ਉਂਗਲਾਂ ਅਗਲਾਂ ਗੇਡੀਆਂ ਉਹ ਗਿਣ ਲੋ, ਬਾਕੀ ਬੇਬੇ ਵਾਲਾ ਅਸੀਂ ਜੱਬ ਹੀ ਮੁਕਾਤਾ ਹੈ ਜੀ। ਇਸੇ ਕਰਕੇ ਮੁੰਡਾ ਸਿੱਧਾ ਹੀ ਮਿਲਾਤਾ ਤੁਹਾਨੂੰ ਹੈ ਜੀ। ਐਵੇਂ ਬੁੜੀਆਂ ਆ ਕੇ ਨਗੋਚਾਂ ਕੱਢਦੀਆਂ, ਕੁੜੀ ਨੇ ਪੈਰੀ ਹੱਥ ਨਹੀਂ ਲਾਏ, ਮੱਥਾ ਨਹੀਂ ਟੇਕਿਆ, ਬਸ ਤੁਸੀਂ ਉਹਨੂੰ ਕੁੜੀ ਦਿਖਾ ਦਿਓ। ਨਹੀਂ ਜੀ, ਕੁੜੀ ਦਾ ਤਾਂ ਕੀ ਦੇਖਣਾ, ਨਾਲੇ ਰੰਗ ਤਾਂ ਦੋ ਹੀ ਹੁੰਦੇ ਜੀ, ਰੰਗਾਂ ਨੂੰ ਕੀ ਚੱਟਣਾ। ਧੀ ਪੁੱਤ ਸਿਆਣਾ ਹੋਣਾ ਚਾਹੀਦਾ, ਸ਼ਕਲਾਂ ਸ਼ੁਕਲਾਂ 'ਚ ਕੀ ਰੱਖਿਆ, ਜੋ ਉਹਨੇ ਲੇਖਾਂ 'ਚ ਲਿਖਤਾ ਹੋਣਾ ਤਾਂ ਉਹੀ ਹੈ। ਬਈ ਕਾਕਾ ਜੀ, ਪਹਿਲੀ ਵਾਰ ਤਾਂ ਮੈਂ ਧੋਖਾ ਖਾ ਗਿਆ ਸੀ, ਪਰ ਇਸ ਵਾਰੀ ਮੁੰਡਾ 16 ਨੇ ਸਹੀ ਹੈ, ਮੈਨੂੰ ਪਤਾ ਹੈ। ਬਈ ਆ ਮੁੰਡੇ ਦੀ ਅਖੀਰਲੀ ਗੱਲ ਨੇ ਧਰਮ ਨਾਲ ਮੈਨੂੰ ਕੀਲ ਕੇ ਰੱਖਤਾ। ਆ ਦੇਖ ਲਓ ਜੀ, ਇਹ ਅਖੀਰਲੀ ਗੱਲ ਤੇ ਹਮੇਸ਼ਾ ਕੀਲੇ ਜਾਂਦੇ ਆ। ਮਿਰਜ਼ੇ ਹੋਰੀ ਬਹੁਤ ਸਿਆਣੇ ਸੀ ਵੀਰੇ, ਪਿਆਰ ਕੀਤਾ ਵੀ ਦਿਲ ਨਾਲ ਜਾਂਦਾ ਤੇ ਜਿੱਤਿਆ ਵੀ ਦਿਲ ਨਾਲ ਹੀ ਜਾਂਦਾ, ਦਿਮਾਗ ਦਮੂਗ ਦਾ ਕੋਈ ਕੰਮ ਨਹੀਂ ਇੱਥੇ। ਹਾਂ ਸੱਚ, ਵਿਆਹ ਤੇ ਭੁੱਲੀ ਗਏ, ਜਵਾਕਾਂ ਦੀ ਲੋਹੜੀ ਤੇ ਸੱਦੂ ਦੋਨੂੰ। ਆਹ ਕਾਰਨਰ ਸੀਟਾਂ ਤੇ ਜਿਹੜੇ ਬੈਠੇ ਆ ਨਾ, ਵਿਆਹ ਕਰਾ ਲਓ ਵੀਰੇ।